राम स्वरूप अणखी का नॉवल बारह ताली का अगला अंग है गिंदर चमियार। उदा रंग काला सी, मूंह ते वड्डी माता दे दाग, अखां छोटियां छोटियां सन पर तिखियां ते चमकदार, कालियां अखां, नक वड्डा सी पर इन्ना तिखा नहीं सी। उह निक्कियां निक्कियां मुच्छां नूं वट दे के रखदा, दाढ़ी खोदी सी, उहदा कद लम्मा सी, चुगाठा वड्डा, हिक छज जिन्नी चौड़ी, उहदे हथ जिवें गिरजां दे पहुंचे होण, लम्मे लम्मे नौ, उहनां दी बरादरी च शायद नौ कट्टण दा रिवाज ही नहीं सी। वो तो काल नाल नहीं तुरिया जांदा सी, झूठे जे मार के पैर पुटदा, पैर लम्मे सन, उहदी जुत्ती नूं डेढ़ा सवाया चम लगदा होएगा, कन्नां तों घट सुणदा, गिंदर कहो गिंदरी चाहे जोगिंदर सूं, उहनूं कोई फर्क नहीं पैंदा सी, रला मिला के वह बस गिंदर चमियार सी। वह 10-12 साल की उम्र में ही जट्टां नाल पाली रलन लग पिया सी। छोटी उम्र तो ही उहदी खुराक बहुत सी, कणक दीआं हुंदीआं चाहे मक्की दीआं, वह 10 रोटियां खांदा, कौला दाल दा भरिया, एक रोटी दियां चार बुरकियां ही करदा, बुरकी तोड़दा, दाल च लबेड़ के मूँह च पा लैंदा, चप चप करके खांदा, मगरों दो छन्ने लस्सी दे पी जांदा सी। ज्यों ज्यों उहदी उम्र वधदी जांदी, उहदियां रोटियां भी वधदियां जांदियां, कोई तकड़ा घर ही उहनूं पाली रखदा जिहड़ा इन्नियां रोटियां खवा सकदा। 17-18 साल की उम्र तक वह पूरा जवान भर गया, जरवाणा भी बड़ा सी, झोटी का सिंघ फड़ के थां दी थां खड़ा लैंदा, झोटी नूं हिलण नहीं दिंदा सी। उह मझ दी वक्खी च कूणी दी हुज मारदा, मझ नीवी हो जांदी, कंबण लगदी। गिंदर दा प्यो जुत्तियां सिउंदा हुंदा, उहदे हत्थां च कला सी, ज्यौणे जे जुत्ती नहीं बणदी सी किसे तों वी, जिवें मशीन चों कढ़ी होवे। उहदी बणी जुत्ती पैरां च उडूं उडूं करदी, लगदी नहीं सी, ना मोकली ना तंग, बंदे दा पैर उहदे दिमाग च नक्शा बण के बैठ जांदा। ਉਹ ਕਦੇ ਕਦੇ ਨਵੀਂ ਜੁੱਤੀ ਨੂੰ ਕਲਬੂਤ ਦਿੰਦਾ, ਉਹ ਪਹਿਲਾਂ ਹੀ ਪੂਰੀ ਤਿਆਰੀ ਹੁੰਦੀ ਸੀ, ਪਰ ਜਿਉਣੇ ਨੇ ਗਿੰਦਰ ਨੂੰ ਜੁੱਤੀਆਂ ਦੇ ਇਸ ਬੈਠਕ ਦੇ ਕੰਮ 'ਚ ਨਹੀਂ ਪਾਇਆ ਸੀ। ਜਿਉਣਾ ਆਖਦਾ ਹੁੰਦਾ, ਦਰਜੀ ਮਿਸਤਰੀ ਅਤੇ ਰਮਦਾਸੀ ਇਹ ਲੱਤਾਂ ਦੇ ਆਰੀ ਹੁੰਦੇ ਹਨ, ਸਾਰਾ ਦਿਨ ਬੈਠਿਆਂ ਦੀਆਂ ਖੁੱਚਾਂ ਮਾਰੀਆਂ ਜਾਂਦੀਆਂ। ਜਿਉਣੇ ਨੇ ਪਹਿਲੇ ਦਿਨ ਉਹ ਦੇਖ ਲਿਆ ਸੀ ਕਿ ਗਿੰਦਰ ਦੇ ਹੱਥ ਜੁੱਤੀਆਂ ਸਿਉਣ ਵਾਲੇ ਨਹੀਂ ਸਨ, ਉਹਦਾ ਸਰੀਰ ਤਾਂ ਕਿਸੇ ਹੋਰ ਕੰਮ ਲਈ ਸੀ, ਅਤੇ ਫਿਰ ਰਮਦਾਸੀਆਂ ਨੂੰ ਤਾਂ ਦੋ ਹੀ ਕੰਮ ਸਨ, ਜੁੱਤੀਆਂ ਜਾਂ ਖੇਤੀ ਦਾ ਕੰਮ। ਹਾਲੀ ਤੋਂ ਬਿਨਾਂ ਖੇਤੀ ਦੇ ਬਾਕੀ ਕੰਮ ਉਹ ਪਹਿਲਾਂ ਹੀ ਕਰਦਾ ਸੀ। ਜੱਟ ਉਹ ਤੋਂ ਸਾਰਾ ਦਿਨ ਜਾਂ ਹਰ ਰੋਜ਼ ਮੈਸਾਂ ਹੀ ਥੋੜ੍ਹਾ ਚਰਾਉਂਦੇ, ਉਹ ਤੋਂ ਹੋਰ ਸਾਰੇ ਕੰਮ ਕਰਾਉਂਦੇ। ਉਹ ਆਖਦੇ, ਸਾਲੇ ਆਟੇ ਦੀ ਪਰਾਤ ਖਾ ਜਾਂਦਾ, ਇੱਧਰ ਹੁਣ ਕਪਾਹ ਵੀ ਗੁੱਡ, ਖਾਲ ਘੜ ਜਾਂ ਖਾਲ ਦੇ ਨੱਕੇ ਵੱਢ। ਪਾਲੀ ਦਾ ਕੰਮ ਉਹਨੇ ਕਈ ਜੱਟਾਂ ਦੇ ਕੀਤਾ। ਗਮਦੂਰ ਸੂੰ ਬੜਾ ਸੁਹਿਰਦ ਜੱਟ ਸੀ, ਆਖਦਾ ਰਹਿੰਦਾ, ਓਏ ਭਾਈ ਤੂੰ ਸਾਰੀ ਉਮਰ ਪਾਲੀ ਰਹਿਣਾ ਜਾਂ ਗਾਹਾਂ ਵੀ ਤੁਰੇਂਗਾ, ਹਲਵਾਇਆ ਕਰ, ਬੀ ਪਾਉਣਾ ਸਿੱਖ। ਉਹ ਆਪ ਹਲਵਾਉਂਦਾ ਤਾਂ ਕਦੇ ਕਦੇ ਮੁੰਨਾ ਗਿੰਦਰ ਦੇ ਹੱਥ ਵੀ ਫੜਾ ਦਿੰਦਾ, ਆਪ ਉਹਦੇ ਨਾਲ ਨਾਲ ਤੁਰਦਾ, ਸਾਹਮਣੇ ਰੱਖ ਨਿਗਾਹ, ਚੌਂ ਕੰਨੀ ਨਹੀਂ ਦੇਖਣਾ, ਦੇਖ ਦੇਖ ਚੌ ਵੱਲਦੇ ਪੈਰਾਂ ਕੰਨੀ ਜਾਂਦੀ ਹੈ। ਇਹ ਕੋਰਾ ਕੱਢ ਕੇ ਵੀ ਗਿੰਦਰ ਦਾ ਸਾਹ ਚੜ ਜਾਂਦਾ, ਬਸ ਐਵੇਂ ਜਿਵੇਂ ਸਿੱਖ ਜਾਏਗਾ। ਜਿੱਦਣ ਧੁੜਕੂ ਚੱਕਿਆ ਗਿਆ ਤੇਰਾ, ਉੱਦਣ ਹਾਲੀ ਬਣ ਗਿਆ ਸਮਝ। ਗਿੰਦਰ ਨੂੰ ਲੱਗਦਾ ਜਿਵੇਂ ਗਮਦੂਰ ਸੂੰ ਉਹਦਾ ਪਿਓ ਹੋਵੇ ਅਤੇ ਉਹਨੂੰ ਤਾੜ ਕੇ ਕੰਮ ਸਿਖਾ ਰਿਹਾ ਹੋਵੇ। ਅਤੇ ਫਿਰ ਗਮਦੂਰ ਨੇ ਗਿੰਦਰ ਨੂੰ ਪੋਰ ਨਾਲ ਬੀਜਣਾ ਵੀ ਸਿਖਾ ਦਿੱਤਾ ਸੀ। ਕਣਕ ਬੀਜਣੀ, ਕਪਾਹ ਦੇ ਵੜੇਵਿਆਂ ਦਾ ਛਿੱਟਾ, ਜੁਆਰ ਬੀਜਣੀ ਸਿਖਾਈ ਉਹਨੂੰ। ਅਗਲੇ ਸਾਲ ਹੀ ਗਮਦੂਰ ਸਿੰਘ ਨੇ ਹੋਰ ਪਾਲੀ ਰੱਖ ਲਿਆ ਅਤੇ ਗਿੰਦਰ ਸੀਰੀ ਦਾ ਕੰਮ ਕਰਨ ਲੱਗਿਆ। ਉਹ ਲਗਾਤਾਰ 7 ਸਾਲ ਗਮਦੂਰ ਸੂੰ ਨਾਲ ਹੀ ਸੀਰੀ ਰਿਹਾ। ਗਮਦੂਰ ਸੂੰ ਦੀ ਘਰਵਾਲੀ ਵੀ ਚੰਗੀ ਸੀ, ਗਿੰਦਰ ਨੂੰ ਚੰਗਾ ਰਜਵਾਂ ਖਾਣ ਪੀਣ ਨੂੰ ਦਿੰਦੀ। ਉਹਨਾਂ ਦੇ ਦੋ ਮੁੰਡੇ ਸੀ, ਇੱਕ ਕੁੜੀ, ਤਿੰਨੇ ਜਵਾਕ ਸਕੂਲ ਜਾਣ ਲੱਗੇ ਸੀ। ਗਮਦੂਰ ਸਿੰਘ ਚਾਹੁੰਦਾ ਸੀ ਉਹਦੇ ਮੁੰਡੇ ਪੜ੍ਹ ਲਿਖ ਕੇ ਸਰਕਾਰੀ ਨੌਕਰੀਆਂ ਕਰਨ, ਛਾਂ 'ਚ ਬੈਠਿਆ ਕਰਨ ਅਤੇ ਐਸ਼ ਕਰਨ। ਖੇਤੀ ਦੇ ਕੰਮ 'ਚ ਤਾਂ ਮਿੱਟੀ ਨਾਲ ਮਿੱਟੀ ਹੋਣਾ। ਕੁੜੀ ਵੱਡੀ ਸੀ, 10 ਜਮਾਤਾਂ ਕਰਾਈਆਂ, ਚੰਗੇ ਖਾਂਦੇ ਪੀਂਦੇ ਘਰ 'ਚ ਵਿਆਹਤੀ। ਦੋਵੇਂ ਮੁੰਡਿਆਂ ਨੇ 14-14 ਪਾਸ ਕੀਤੀਆਂ। 10ਵੀਂ ਤੱਕ ਉਹ ਧਰਮਗੜ੍ਹੀ ਪੜ੍ਹੇ ਅਤੇ ਫਿਰ ਬਰਨਾਲੇ ਕਾਲਜ 'ਚ ਜਾਣ ਲੱਗੇ ਸੀ। ਫਿਰ ਤੁਰ ਕੇ ਗਮਦੂਰ ਸਿੰਘ ਨੇ ਉਹਨਾਂ ਨੂੰ ਸਰਕਾਰੀ ਨੌਕਰੀਆਂ ਵੀ ਦਵਾਤੀਆਂ। ਉਹ ਬਹੁਤ ਚੰਗੇ ਘਰ ਵਿਆਹੇ ਗਏ ਅਤੇ ਫਿਰ ਬਹੂਆਂ ਨੂੰ ਲੈ ਕੇ ਦੂਰ ਸ਼ਹਿਰਾਂ 'ਚ ਆਪਣੀ ਨੌਕਰੀ ਵਾਲੇ ਥਾਵਾਂ 'ਤੇ ਰਹਿਣ ਲੱਗੇ। ਕਦੇ ਕਦੇ ਪਿੰਡ ਮਿਲਣ ਆਉਂਦੇ। ਉਦੋਂ ਤੱਕ ਗਮਦੂਰ ਸਿੰਘ ਸਰੀਰ ਪੱਖੋਂ ਹਾਰ ਗਿਆ ਸੀ। ਪਹਿਲਾਂ ਵਾਂਗ ਖੇਤਾਂ 'ਚ ਉਦੋਂ ਕੰਮ ਨਹੀਂ ਹੁੰਦਾ ਸੀ। ਖੇਤੀ ਕਰਨ ਦੀ ਫਿਰ ਲੋੜ ਵੀ ਕੋਈ ਨਹੀਂ ਸੀ। ਜ਼ਮੀਨ ਵੀ ਥੋੜ੍ਹੀ ਸੀ, ਸਿਰਫ 18 ਕਿੱਲੇ, ਇੱਕੋ ਥਾਂ ਸੀ, ਨਹਿਰ ਦਾ ਪਾਣੀ ਲੱਗਦਾ, ਇੰਜਣ ਵੀ ਲੱਗਿਆ ਹੋਇਆ ਸੀ। ਉਹ ਆਪਣੀ ਜ਼ਮੀਨ ਹਿੱਸੇ ਉੱਤੇ ਦੇਣ ਲੱਗਿਆ, ਖੇਤ ਜਾ ਕੇ ਉਂਝ ਫਸਲ ਬਾੜੀ ਦੀ ਨਿਗਰਾਨੀ ਕਰਦਾ। ਗਿੰਦਰ ਆਪੇ ਵਿਹਲਾ ਹੋ ਗਿਆ।
7 साल वो अपने घर वांग ही उन्हां नाल सीरी रहा सी। जदों हुण इही काम करना सी उह भानसू नाल सीरी जा रलिया। भानसू कोल 20 किले जमीन सी, उह इक सीरी रखदा ते इक पाली, पाली नौकर दा वी काम करदा। भानसू दे 5 जवाक सी। जिस वेले गिंदर उन्हां नाल रलिया, 2 कुड़ियां व्याहियां जा चुकियां सी। छोटा मुंडा स्कूल जांदा सी, वड्डा मुंडा हरदेव 20-22 साल दा सी ते भानसू नाल ही खेती दा काम करदा। इक कुड़ी जिहड़ी हाले व्याहुणी सी उहदे लई टिकाणा लभदे फिरदे सी। 3 कुड़ियां वड्डियां सी, मुंडे छोटे। हरदेव खेती दे काम च हुशियार सी, काम करन नूं तकड़ा ते छोला। छोटा गुरदेव पढ़ाई च तिखा सी, उह कदे वी स्कूल जाण तों अटकिया नहीं सी। खेती दा काम तां सिर सुट के करदा, पर अकल पक्खों दी मोटी बुद्धि सी। शकलों भी कसोबला सी, कई कई दिन नहाउंदा नहीं सी। दाढ़ी मुछा सुआर के नहीं रखदा सी, वाल मूँह च पई जांदे। कदे मुछा दाढ़ी ते नक दा सींझ जम्मिया हुंदा। गल खद्दर दा कुर्ता पाउंदा, मैल दा भरिया बटन हमेशा टुट्टे हुंदे। नंगी हिक रहिंदी सी, तेड़ कहाई हुंदी, उत्थों दी मैली जी चिट्टी चादर बंधदा। सिर ते चिरां पुरानी पग बंधदा नहीं, बस रस्से वांग वलेट लैंदा सी। कुड़ियां रौला पाउंदियां रह जांदियां, लिया बापू लीड़े धोदीए तेरे, किन्ने महीने हो गए। पर वह मनदा नहीं सी, कदे खेत नूं तुरिया जांदा, रोटी खांदा जांदा। पैरां च फिड़े छित्तर, जिन्हां दी धूड़ उहदी पिट्ठ उत्ते पैंदी रहिंदी। हमीरो ने उहनूं इक दिन भी पसंद नहीं कीता सी। फिर उहदे जवाक जम्मी जांदे, उह इधर उधर भी मूँह मारदी, पर भानसू नूं उहदी कोई परवाह नहीं सी। उन्हें एक दिन भी कदे हमीरों उत्ते कोई शक नहीं किया। दोपहर की रोटी तो सब नूं खेत पहुँच जाती, आथन की रोटी गिंदर उन्हां दे घरों खा के जाता सी। दुध वधाउण तो बाद उन्हूं तौड़ी का दुध भी दिता जाता। गिंदर नूं सीरी रले नूं थोड़े दिन होए सी कि हमीरों दे रोटी टुक का खास ख्याल रखन लगी। उहदी दाल सब्जी च उत्तों दी घिओ पा दिंदी। जे कदे कुड़ी उन्हूं रोटी फड़ा चुकी हुंदी तां हमीरों चुल्हे मूहरे रोटी पकाउंदी पकाउंदी उठदी, कौली च तत्ता कीता घिओ दी दाल सब्जी च पा के आउंदी। घिओ पाउंदी गिंदर दी अखां च डूंगा झाकदी, वी तौड़ी दे दुध च उहनूं मलाई पा के दिंदी। इन्ना वधिया खाण पीण देख के गिंदर नूं गमदूर दा घर याद आउंदा। उस घर च प्यार तां बहुत सी, पर इन्नी सेवा नहीं सी। हमीरो तां इउं खवाउंदी पिआउंदी है जिवें उहने किसे घोल खेड ते चढ़ना होवे। उहनूं सीरी रले नूं 4 क महीने लंघे सी। इक दिन आथण वेले घर च दोवें मुंडे नहीं सी। भानसू पहले ही रोटी खा के साथ च बैठा सी। उन्हों पिंड दियां गल्लां सुनन दा चस्का सी। कुड़ी मैस दी धार कढ़न गई हुई सी। हमीरो गिंदर नूं रोटी देन गई, उहदे सामने ही बैठ गई। कहन लगी, इधर झाक वे गूंगिया गूंगिया जिहा, तैनू इन्ना घिओ खवाउनी आ, तू मूँह क्यों नहीं बोलदा। हमीरो ने उहदे मोढे नूं झंझोड़िया, की बोला मैं, जिवें उहनूं कोई पता ना होवे। उंज मोढे नूं हथ लगन करके उहदे शरीर च इक तार जी फिर गई। आपे बोलेंगा जिदन वट कढ़े तेरे। वह घर दे बार वल भी झाकी सी। वह किवें चाची, गिंदर शांत चित बोलिया, चंगा तड़के मूँह नेरे बारले घर आई। ये तेरा चाचा तो उस वेले उत्थे हुंदा नहीं, खेतां नूं जंगल पानी उठ जांदा, फिर उधरों सीधा अंदरले घर नूं आउंदा। तड़के फिर डंगरां नूं कख कौन पाउंदा है, उहने पुछिया। तू डंगरां दे कखां तों टिंडियां लैणियां, तू आ जी बस, जे ना आया तां कुट्टू नहीं, कुट्टू तैनूं इह देख लै। ओए चाची, ढेका चाची दा, चाची चूची कोई नहीं तेरी, मैं होर की बनेगी चाची, तैनूं आपे पता लग जू की आ तेरी मैं। चाची डंगरां नूं कख पे फिटे मूँह तेरी अकल दे, कख दिन चढ़े हरदेव पौन जांदे सिधरा ना होवे। डंगरां दे कखां च वड़िया बैठा हाली ताईं। गिंदर हसन लग पिया, कहिंदा चंगा चाची आऊँगा मैं। वे हस ना वे, कोई आजूगा। हमीरो काल नाल चुल्हे वाले चौंतरे ते चढ़न लगी। हमीरो की उम्र 44-45 साल की सी, वह एड्डी लगती नहीं सी। कद मदरा, शरीर गुंदवां खिदो वांग मड़िया होया, वह हड्डा पैरां दी खुली सी सफर जी। 5 जवाक जम के भी उहदा शरीर ठलिया नहीं सी। नैन नक्श तिखे सी, रंग गोरा तांबे वर्गा, वह तो 35-38 साल की मसा लगती। वह जदों व्याही सी सारी 20-22 साल की सी। भानसू तो 10-12 साल वड्डा सी। हमीरो टुटे हुए घर की धी सी। भानसू नूं कल्ला मुंडा ते 20 किले जमीन होण करके साख हो गया, नहीं तां कौण दिंदा सी कुड़ी इहनूं रिच नूं। गिंदर जदों पहले साल उहनां नाल सीरी रलिया, उह 25-26 साल दा सी, पर देखण नूं 32-33 दा लगदा सी। देखण नूं उह बंदा बिल्कुल नहीं लगदा सी, कोई जंगली जानवर सी। उदों तक उहदा विआह वी नहीं होया सी। सिलसिला शुरू हो गया तां गिंदर नित मूँह नेरे भानसू दे बाहरले घर आउंदा।
ਉਦੋਂ ਤੱਕ ਹਮੀਰੋ ਵੀ ਉੱਥੇ ਪਹੁੰਚ ਚੁੱਕੀ ਹੁੰਦੀ। ਹੱਥ 'ਚ ਪਾਣੀ ਦੀ ਗੜਵੀ ਫੜ ਕੇ ਨਿਆਈਆਂ 'ਚ ਜੰਗਲ ਪਾਣੀ ਜਾਣ ਦੇ ਬਹਾਨੇ, ਮਗਰ ਉਹੀ ਡੰਗਰਾਂ ਨੂੰ ਕੱਖ ਪਾਉਂਦਾ। ਹਰਦੇਵ ਨੂੰ ਮੌਤ ਸੀ, ਉਹ ਹੁਣ ਜਦੋਂ ਮਰਜ਼ੀ ਮੰਜਾ ਛੱਡਦਾ। ਇਸੇ ਤਰ੍ਹਾਂ 4-5 ਸਾਲ ਲੰਘੇ। ਗਿੰਦਰ ਦੇ ਕੰਮ 'ਚ ਕੋਈ ਕਮੀ ਨਹੀਂ ਆਈ, ਉਹ ਦੇਹ ਤੋੜ ਕੇ ਖੇਤੀ ਦਾ ਕੰਮ ਕਰਦਾ। ਹਰਦੇਵ ਸਗੋਂ ਉਹਦੇ ਕਰਕੇ ਸੁਖਾਲਾ ਰਹਿੰਦਾ ਸੀ। ਹਮੀਰੋ ਅਤੇ ਗਿੰਦਰ ਦੇ ਸੰਬੰਧਾਂ ਵਿੱਚ ਕੋਈ ਕਮੀ ਨਹੀਂ ਸੀ। ਦੋਵੇਂ ਇੱਕ ਦੂਜੇ ਨੂੰ ਚਾਹ ਕੇ ਮਿਲਦੇ। ਜਿੱਦਣ ਦਾ ਗਿੰਦਰ ਉਹਨਾਂ ਨਾਲ ਸੀਰੀ ਰਲਿਆ ਸੀ, ਹਮੀਰੋ ਨੇ ਭਾਨਸੂ ਨੂੰ ਦੂਰ ਕਰਤਾ। ਉਹਨਾਂ ਦਾ ਤੀਵੀਂ ਆਦਮੀ ਵਾਲਾ ਕੋਈ ਸੰਬੰਧ ਨਹੀਂ ਰਹਿ ਗਿਆ ਸੀ। ਇਸੇ ਦੌਰਾਨ ਹਮੀਰੋ ਨੇ ਕੁੜੀ ਨੂੰ ਵਿਆਹਤਾ। ਕੁਝ ਸਾਲਾਂ ਬਾਅਦ ਹਰਦੇਵ ਨੂੰ ਵੀ ਸਾਕ ਲੈ ਲਿਆ। ਬਹੂ ਘਰ ਆ ਗਈ, ਉਹਨੇ ਸਾਰਾ ਚੁੱਲ੍ਹਾ ਚੌਂਕਾ ਬਹੂ ਨੂੰ ਸੰਭਾਲ ਕੇ ਆਪ ਵਿਹਲੀ ਹੋ ਗਈ। ਚੰਗਾ ਖਾਂਦੀ ਅਤੇ ਦੜਕਾਉਂਦੀ, ਉਹਨੂੰ ਕੋਈ ਬਿਮਾਰੀ ਨਹੀਂ ਸੀ। ਹਮੇਸ਼ਾ ਉਹਦੀ ਨਿਗਾਹ ਗਿੰਦਰ 'ਚ ਰਹਿੰਦੀ। ਤੜਕੇ ਮੂੰਹ ਹਨੇਰੇ ਤੋਂ ਮਿਲਦੇ ਹੀ ਸੀ, ਪਿੱਛੋਂ ਵੀ ਕਦੇ ਜੇ ਉਹਨਾਂ ਨੂੰ ਮੌਕਾ ਮਿਲਦਾ ਤਾਂ ਟਲਦੇ ਨਹੀਂ ਸੀ। ਗੁਰਦੇਵ 12 ਜਮਾਤਾਂ ਪਾਸ ਕਰ ਗਿਆ ਸੀ। ਭਾਨਸੂ ਨੇ ਇਲਾਕੇ ਦੇ MLA ਮਗਰ ਪੈ ਕੇ ਗੁਰਦੇਵ ਨੂੰ ਪਟਵਾਰੀ ਭਰਤੀ ਕਰਾ ਦਿੱਤਾ ਸੀ। ਖਾਸੇ ਪੈਸੇ ਦਿੱਤੇ ਸੀ, ਜਿਨ੍ਹਾਂ 'ਚੋਂ ਕੁਝ ਹਿੱਸਾ MLA ਦਾ ਸੀ। ਗਿੰਦਰ ਦੀ ਮਾਂ ਅਤੇ ਪਿਓ ਬੁਢਾਪੇ ਵੱਲ ਕਦਮ ਪੁੱਟ ਰਹੇ ਸਨ। ਉਹ ਡੂੰਘਾ ਸੋਚਦੇ ਕਿ ਇਹ ਤੋਂ ਬਾਅਦ ਫਿਰ ਉਹ ਮੁੰਡੇ ਨੂੰ ਕਦੋਂ ਵਿਆਹੁਣਗੇ, ਉਹ ਕਦੋਂ ਦਾ ਧੀਹਾਂ ਨੂੰ ਟੱਪ ਗਿਆ। ਫਿਰ ਤਾਂ ਉਹ ਉਮਰ ਉਤਾਰ ਹੋ ਜੂਗਾ, ਫਿਰ ਤਾਂ ਕਿਸੇ ਚਮਿਆਰ ਨੇ ਉਹਨੂੰ ਕੁੜੀ ਦੇਣੀ ਵੀ ਨਹੀਂ, ਨਾਲੇ ਉਹਨਾਂ ਨੇ ਕਦੋਂ ਨੂੰਹ ਦਾ ਸੁੱਖ ਦੇਖਿਆ। ਗਿੰਦਰ ਦੀ ਮਾਂ ਦੀਆਂ ਅੱਖਾਂ ਦੀ ਨਜ਼ਰ ਬਹੁਤ ਘੱਟ ਗਈ ਸੀ, ਰੋਟੀਆਂ ਪਕਾਉਂਦੀ ਹੱਥ ਮਚਾ ਲੈਂਦੀ। ਗਿੰਦਰ ਦੇ ਪਿਓ ਨੂੰ ਵੀ ਹੁਣ ਧਾਗਾ ਨਹੀਂ ਦਿਸਦਾ ਸੀ, ਪਤਲਾ ਹੈ ਕਿ ਮੋਟਾ, ਤੱਕ ਸੁੱਧੇ ਹੀ ਜੁੱਤੀਆਂ ਸਿਉਂਈ ਜਾਂਦਾ, ਹੱਥ ਟਿਕਿਆ ਹੋਇਆ ਸੀ, ਨਹੀਂ ਤਾਂ ਨਿਗਾਹ ਬਗੈਰ ਉਹਦਾ ਕੋਈ ਹੱਜ ਨਹੀਂ ਸੀ ਕੰਮ ਕਰਨ ਦਾ। ਪਰ ਉਹ ਕੀ ਕਰਦੇ, ਗਿੰਦਰ ਮੰਨਦਾ ਨਹੀਂ ਸੀ, ਟਾਲਦਾ ਰਹਿੰਦਾ, ਕੋਈ ਬਹਾਨਾ ਘੜਦਾ, ਹੱਸਣ ਲੱਗਦਾ, ਆਖਦਾ ਹਾਲੇ ਵਿਆਹ ਨੂੰ ਕੀ ਹੈ, ਮੈਂ ਕਿਤੇ ਬੁੜਾ ਤਾਂ ਨਹੀਂ ਹੋ ਗਿਆ। ਉੱਧਰ ਜਦੋਂ ਹਮੀਰੋ ਕੋਲ ਵਿਆਹ ਦੀ ਗੱਲ ਛੇੜਦਾ ਤਾਂ ਉਹ ਕੰਧ 'ਚ ਟੱਕਰ ਮਾਰਨ ਨੂੰ ਤਿਆਰ ਹੋ ਜਾਂਦੀ। ਆਖਦੀ ਜਿੱਦਣ ਤੇਰਾ ਵਿਆਹ ਹੋਇਆ ਸੁਣ ਲਿਆ ਨਾ, ਮੈਂ ਖੂਹ 'ਚ ਛਾਲ ਮਾਰ ਦੂੰਗੀ, ਨਾਲੇ ਤੇਰਾ ਨਾਂ ਲੈ ਕੇ ਡਿੱਗੂ ਖੂਹ 'ਚ, ਤੂੰ ਗੱਲਾਂ ਕਿਹੜੀਆਂ ਕਰਦਾ ਵੇ, ਜਦੋਂ ਮੈਂ ਹੈਗੀ ਹਾਂ, ਜਦੋਂ ਮੈਂ ਮੁੱਕਗੀ ਫੇਰ ਕਰਾਉਂਦਾ ਫਿਰੀ। ਉਹ ਧਮਕੀ ਦਿੰਦਾ, ਮੈਂ ਤੁਹਾਡਾ ਸੀਰ ਛੱਡ ਦਿੰਦਾ। ਕਿਵੇਂ ਛੱਡ ਦੇਂਗਾ ਸੀਰ, ਮੈਂ ਵੀ ਹਮੀਰੋ ਹਾਂ, ਹਮੀਰੋ ਖੂਹ ਫਿਰ ਤਿਆਰ ਹੈ। ਉਹ ਗਿੰਦਰ ਨੂੰ ਪੂਰਾ ਡਰਾ ਕੇ ਰੱਖਦੀ। ਮਾਂ ਪਿਓ ਆਖਰ ਮਾਂ ਪਿਓ ਸਨ, ਉਹ 8 ਦਿਨ ਉਹਨਾਂ ਦੇ ਕੰਮ 'ਤੇ ਨਾ ਆਇਆ, ਚੁੱਪ ਗੁੜਪ ਵਿੱਚ ਹੀ ਵਿਆਹ ਕਰਾ ਲਿਆ। ਜਦੋਂ ਭਾਨਸੂ ਉਹਨਾਂ ਦੇ ਵਿਹੜੇ ਜਾਂਦਾ ਉਹ ਘਰ ਨਹੀਂ ਹੁੰਦਾ ਸੀ। ਗਿੰਦਰ ਦੇ ਮਾਂ ਪਿਓ ਦੇ ਪੱਲੇ ਕੱਖ ਨਾ ਪਾਉਂਦੇ। ਹਰਦੇਵ ਵੀ 4 ਦਿਨਾਂ ਪਿੱਛੋਂ 4 ਦਿਨ ਲਗਾਤਾਰ ਉਹਨਾਂ ਦੇ ਘਰ ਆਥਣ ਸਵੇਰ ਜਾਂਦਾ ਸੀ, ਪਰ ਨਾ ਉਹ ਪਹਿਲਾਂ ਹੀ ਇੱਧਰ ਉੱਧਰ ਕਿਧਰੇ ਵਿਹੜੇ 'ਚ ਹੀ ਕਿਸੇ ਦੇ ਘਰ ਲੁਕ ਜਾਂਦਾ। ਜੱਟਾਂ ਨੂੰ ਗਿੰਦਰ ਡਾਹ ਨਹੀਂ ਦਿੰਦਾ ਸੀ। ਪਿਛਲੇ 4 ਦਿਨਾਂ ਤੋਂ ਹਮੀਰੋ ਨੇ ਰੋਟੀ ਨਹੀਂ ਖਾਧੀ ਸੀ, ਪਾਣੀ ਪੀਂਦੀ ਜਾਂ ਦਿਨ 'ਚ 2 ਵਾਰੀ ਚਾਹ ਦੀ ਬੁੱਕ ਉਹਦੀ ਨੂੰਹ ਉਹਨੂੰ ਦੇ ਦਿੰਦੀ। ਉਹ ਅੰਦਰਲੀ ਸਭਾ 'ਚ ਖਣਪੱਟੀ ਲੈ ਕੇ ਪਈ ਸੀ, ਜਿਵੇਂ ਉਹਦਾ ਕੋਈ ਖਰਾ ਪਿਆਰਾ ਮਰ ਗਿਆ ਹੋਵੇ। ਭਾਨਸੂ ਉੱਚਾ ਉੱਚਾ ਬੋਲਦਾ ਫਿਰਦਾ, 7 'ਚ ਲੋਕਾਂ ਨੂੰ ਸੁਣਾਉਂਦਾ, ਸਾਲੇ ਚਮਿਆਰ ਦੀਆਂ ਦਿਹਾੜੀਆਂ ਕੱਟਾਂਗੇ, ਐਂ ਕਿਵੇਂ ਜਾਣੂਗਾ ਉਹ। ਓਏ ਭਾਨਸਿਆ, ਉਹਦਾ ਵਿਆਹ ਸੀ, ਫਿਰ ਕੀ ਹੋ ਗਿਆ, ਕਿਉਂ ਕੱਟੇਗਾ ਦਿਹਾੜੀਆਂ ਉਹਦੀਆਂ, ਜਾਂ ਤਾਂ ਵਿਚਰ ਕੇ ਬੈਠਾ ਹੋਵੇ। 7 ਦਾ ਕੋਈ ਵੱਡਾ ਬੁੜਾ ਬੋਲਦਾ, ਵਿਆਹ ਸੀ ਤਾਂ ਚੱਲ ਠੀਕ ਹੈ ਤਾਇਆ, ਵਿਆਹ ਸੀ, ਪੁੱਛ ਕੇ ਜਾਂਦਾ ਫਿਰ। ਇੱਧਰ ਹਰਦੇਵ ਤੰਗ ਹੋ ਗਿਆ, ਮੈਥੋਂ ਹੁਣ ਹੁੰਦਾ ਨਹੀਂ। ਕੋਈ ਨਹੀਂ, ਹਾਰਨ ਮਾਰ ਕਰ ਲਓ ਭਾਈ, ਬੁੜੇ ਨੇ ਠੰਡਾ ਛਿੜਕਿਆ। 9ਵੇਂ ਦਿਨ ਭਾਨਸੂ ਖਾਸਾ ਮੂੰਹ ਹਨੇਰੇ ਉਹਨਾਂ ਦੇ ਘਰ ਗਿਆ, ਪਰਾਂ ਕੰਧ ਨਾਲ 2 ਮੰਜੇ ਡਾਹੇ ਸੀ। ਗਿੰਦਰ ਉੱਤੇ ਪਤਲੀ ਚਾਦਰ ਲੈ ਕੇ ਸੁੱਤਾ ਪਿਆ ਸੀ। ਬਹੂ ਸੱਸ ਨਾਲ ਚੁੱਲ੍ਹੇ ਦਾ ਕੋਈ ਕੰਮ ਕਰਦੀ ਫਿਰਦੀ ਸੀ। ਬਾਹਰ ਵਾਲੀ ਛੋਟੀ ਬੈਠਕ 'ਚ ਗਿੰਦਰ ਦਾ ਪਿਓ ਗੱਦੀ 'ਤੇ ਬੈਠਾ ਇੱਕ ਅਣਸਿਉਤੀ ਜੁੱਤੀ ਨੂੰ ਅੱਖਾਂ ਦੇ ਬਹੁਤ ਨੇੜੇ ਕਰਕੇ ਦੇਖ ਰਿਹਾ ਸੀ। ਭਾਨਸੂ ਜਾਣ ਸਾਰ ਉੱਚਾ ਉੱਚਾ ਬੋਲਣ ਲੱਗਿਆ। ਗਿੰਦਰ ਦੇ ਪਿਓ ਨੇ ਉਹਨੂੰ ਲੋਹੇ ਦੀ ਕੁਰਸੀ 'ਤੇ ਬੈਠਣ ਨੂੰ ਕਿਹਾ, ਪਰ ਉਹ ਬੈਠਾ ਨਹੀਂ, ਬੋਲਦਾ ਹੀ ਜਾ ਰਿਹਾ ਸੀ। ਬੈਠਕ 'ਚ ਰੌਲਾ ਜਿਹਾ ਸੁਣ ਕੇ ਗਿੰਦਰ ਜਾਗ ਪਿਆ ਅਤੇ ਤੇੜ ਨੂੰ ਚਾਦਰਾ ਬੰਨ੍ਹ ਕੇ ਨੰਗੇ ਪਿੰਡੀ ਅੱਖਾਂ ਮਲਦਾ ਬੈਠਕ 'ਚ ਜਾ ਖੜਾ। ਬਹੁਤ ਅਧੀਨ ਜਿਹਾ ਹੋ ਕੇ ਆਖਣ ਲੱਗਾ, ਚਾਚਾ ਮੈਂ ਆਪ ਹੀ ਅੱਜ ਆਉਣਾ ਸੀ ਕੰਮ 'ਤੇ, ਤੂੰ ਕਾਹਨੂੰ ਖੇਚਲ ਕੀਤੀ। ਉਹ ਨਿਕੰਮਿਆਂ, ਦੱਸਣਾ ਤਾਂ ਸੀ ਵੀ ਵਿਆਹ ਹੈ, ਆਉਂਦਾ ਨਹੀਂ ਮੈਂ, ਅਸੀਂ ਫਿਕਰ ਕਰੀ ਜਾਂਦੇ ਹਾਂ, ਤੇਰਾ ਕਪਾਹ ਸੁੱਕੀ ਜਾਂਦੀ ਹੈ, ਹਰਦੇਵ ਤੋਂ ਇਕੱਲੇ ਤੂੰ ਕਿੱਥੇ ਹੁੰਦਾ। ਮੈਂ ਤਾਂ ਬਸ ਅੱਜ ਆਉਣਾ ਹੀ ਸੀ ਆਪ ਹੀ। ਹਰਦੇਵ ਤਾਂ ਕਹਿੰਦਾ ਸੀ ਦਿਹਾੜੀਆਂ ਕੱਟਾਂਗੇ, 8 ਦਿਹਾੜੀਆਂ ਹੋ ਗਈਆਂ। ਮੈਂ ਕਿਹਾ ਉਹ ਜਾਣੇ, ਕੰਮ ਤਾਂ ਬੰਦੇ ਨੂੰ ਪੈ ਹੀ ਜਾਂਦੇ ਆ, ਆਪਾਂ ਨੂੰ ਕਿਹੜਾ ਹੁੰਦਾ ਨਹੀਂ ਕੋਈ ਕੰਮ, ਛੱਡ ਦਿਹਾੜੀਆਂ ਨੂੰ। ਭਾਨਸੂ ਉੱਤੋਂ ਦੀ ਲੱਤ ਰੱਖ ਕੇ ਚਲਾ ਗਿਆ, ਬੈਠਾ ਨਹੀਂ, ਆ ਜਾ ਬਸ ਚਲੀਏ ਖੇਤ ਨੂੰ, ਕਪਾਹ ਨੂੰ ਪਾਣੀ ਲਾਓ ਪਹਿਲਾਂ। ਢੋਲੀ ਲਿਆਂਦੀ ਪਈ ਹੈ ਕੋਠੇ 'ਚ ਇੰਜਣ। ਤਿਆਰ ਹੋ ਕੇ ਗਿੰਦਰ ਭਾਨਸੂ ਦੇ ਅੰਦਰਲੇ ਘਰ ਨੂੰ ਤੁਰ ਪਿਆ।
ਅਮੀਰੋ ਵਰਾਂਡੇ 'ਚ ਚਾਹ ਪੀ ਕੇ ਹਟੀ ਸੀ। ਖਾਲੀ ਬਾਟੀ ਉਹਦੇ ਸਾਹਮਣੇ ਪਈ ਸੀ। ਗਿੰਦਰ ਨੂੰ ਦੇਖਣ ਸਾਰ ਪਹਿਲਾਂ ਤਾਂ ਉਹਦੀਆਂ ਅੱਖਾਂ ਦੇ ਚਿਰਾਗ ਬਲ ਉੱਠੇ, ਫਿਰ ਉਹਨਾਂ 'ਚ ਲਾਲੀ ਉਤਰਨ ਲੱਗੀ। ਉਹ ਕ੍ਰੋਧਵਾਨ ਹੋ ਚੁੱਕੀ ਸੀ। ਖਾਲੀ ਬਾਟੀ ਚੁੱਕ ਕੇ ਗਿੰਦਰ ਦੇ ਮੱਥੇ ਨਾਲ ਮਾਰੀ। ਉੱਠ ਕੇ ਦੁਹੱਥਣੀ ਪਿੱਟਣ ਲੱਗੀ। ਛਿਮਿਆਰਾ, ਵੇ ਤੂੰ ਸਾਰਾ ਘਰ ਖਾ ਗਿਆ ਮੇਰਾ, ਹੁਣ ਇੱਥੇ ਕੀ ਖਾਣਾ ਹੈ? ਜਾ ਮੁੜ ਜਾਏ ਨਹੀਂ ਪੈਰੀ, ਮੈਨੂੰ ਨਹੀਂ ਲੋੜ ਤੇਰੀ ਕੰਮ ਦੀ। ਉਹਦੇ ਬੋਲਾਂ 'ਚ ਪੂਰੀ ਜ਼ਹਿਰ ਸੀ। ਗਿੰਦਰ ਵਾਪਸ ਘਰ ਨੂੰ ਮੁੜ ਗਿਆ। ਉਹਦੇ ਪਿਓ ਨੇ ਪੁੱਛਿਆ, ਕਿਉਂ ਏ ਐਡੀ ਛੇਤੀ ਮੁੜ ਵੀ ਆਇਆ, ਕੀ ਗੱਲ ਹੋ ਗਈ? ਉਹ ਨਹੀਂ ਕਰਾਉਂਦੇ ਕੰਮ ਇੱਥੋਂ, ਅਮੀਰੋ ਦਾ ਚਾਰੇ ਪੈਸੇ ਚਾਰੇ ਪੈਰ ਚੱਕ ਕੇ ਪੈ ਗਈ। ਹਰਦੇਵ ਕੋਲ ਹੀ ਖੜਾ ਸੀ, ਉਹਨੇ ਕੁਛ ਨਹੀਂ ਆਖਿਆ ਬੁੜੀ ਨੂੰ। ਗਿੰਦਰ ਨੇ ਖਿਜਿਆ ਹੋਇਆ ਜਵਾਬ ਦਿੱਤਾ। ਉਦੋਂ ਤਾਂ ਹਰਦੇਵ ਬੋਲਿਆ ਨਾ, ਗਿੰਦਰ ਦੇ ਜਾਣ ਪਿੱਛੋਂ ਮਾਂ ਨੂੰ ਕਹਿਣ ਲੱਗਿਆ, ਇਹ ਕੀ ਕੀਤਾ ਤੂੰ? ਉਹ ਮੋੜਤਾ, ਉਹਦੇ ਕੰਨੀ ਪੈਸੇ ਨੇ ਆਪਣੇ, ਨਵਾਂ ਸੀਰੀ ਹੁਣ ਹੋਰ ਕਿਹੜਾ ਭਾਲਾਂਗੇ ਉਹਨਾਂ ਦਿਨਾਂ 'ਚ। ਅਮੀਰੋ ਬੋਲੀ ਨਹੀਂ, ਵਰਾਂਡੇ 'ਚ ਮੰਜੇ 'ਤੇ ਪੈ ਗਈ, ਅੱਖਾਂ ਉੱਤੇ ਬਾਂਹ ਕਰ ਲਈ। ਹਰਦੇਵ ਨੇ ਦੁਬਾਰਾ ਉਹਨੂੰ ਬੁਲਾਇਆ, ਵੀ ਕਿਵੇਂ ਕਰੀ ਜਾਓ, ਮੈਨੂੰ ਕੀ ਪਤਾ? ਤੈਨੂੰ ਪਤਾ ਤਾਂ ਬੇਬੇ ਕਾਸੇ ਦਾ ਹੈ ਨਹੀਂ, ਐਵੇਂ ਭੱਜ ਕੇ ਪੈ ਗਈ ਉਹਨੂੰ। ਜਾ ਫਿਰ ਤੂੰ ਵਗ ਜਾ ਹੁਣ, ਪਹਿਲਾਂ ਪਿਓ ਗਿਆ ਸੀ। ਅਮੀਰੋ ਜਿਵੇਂ ਠੰਡੀ ਸੀਲੀ ਹੋ ਚੁੱਕੀ ਹੋਵੇ, ਜਿਵੇਂ ਉਹ ਤੋਂ ਕੋਈ ਕਮੱਕਲੀ ਹੋ ਗਈ ਹੋਵੇ। ਜੋਗਿੰਦਰ ਸਿਆਂ, ਹਰਦੇਵ ਨੇ ਹਾਕ ਮਾਰੀ। ਬੈਠਕ 'ਚ ਪਿਓ ਬੈਠਾ ਸੀ, ਗਿੰਦਰ ਅੰਦਰ ਕਿਧਰੇ ਸੀ। ਕਹਿਣ ਲੱਗਿਆ, ਉਹ ਭਾਈ ਸਾਡੀ ਬੁੜੀ ਤਾਂ ਕਮਲੀ ਹੈ, ਐਵੇਂ ਬੋਲ ਪਈ। ਨਵੇਂ ਸੀਰੀ ਰਲਿਆਂ ਨੂੰ ਮਹੀਨਾ ਡੇਢ ਮਹੀਨਾ ਮਸਾਂ ਹੋਇਆ ਸੀ। ਗਿੰਦਰ ਦਾ ਪਿਓ ਕਹਿੰਦਾ, ਦੋ ਚਾਰ ਦਿਨਾਂ ਨੂੰ ਭਾਈ ਹਰਦੇਵ ਤੁਹਾਡੀ ਰਕਮ ਖਰੀ ਕਰ ਦਿਆਂਗੇ, ਤੁਸੀਂ ਹੋਰ ਬੰਦੋਬਸਤ ਕਰੋ। ਹੁਣ ਸਾਡਾ ਜੋਗਿੰਦਰ ਤਾਂ ਹੋਰ ਕਿਸੇ ਦੇ ਰਲੂ, ਹੁਣ ਉੱਧਰ ਕਿਧਰੇ ਹੀ ਗਿਆ। ਗਿੰਦਰ ਦੇ ਪਿਓ ਨੇ ਗੁੱਸੇ ਭਰਿਆ ਪਰ ਸੱਚ ਜਿਹਾ ਝੂਠ ਮਾਰਿਆ। ਹਰਦੇਵ ਫੇਰ ਨਹੀਂ ਬੋਲਿਆ, ਵਾਪਸ ਹੋ ਗਿਆ। ਘਰ ਜਾ ਕੇ ਆਪਣੀ ਮਾਂ ਨੂੰ ਬੁਰਾ ਭਲਾ ਕਹਿਣ ਲੱਗਿਆ। ਚੰਗਾ ਭਲਾ ਮੰਨ ਗਿਆ ਸੀ ਉਹ, ਤੂੰ ਬੇਬੇ ਬੋਲ ਕੇ ਸਿਆਪਾ ਖੜਾ ਕਰਤਾ। ਜਮਿਆਰ ਕਹਿੰਦੇ, ਨਵਾਂ ਸੀਰੀ ਭਾਲੋ ਕੋਈ, ਅਸੀਂ ਤੁਹਾਡੇ ਨਹੀਂ ਜਾਣਾ। ਅਮੀਰ ਕੌਰ ਨੂੰ ਜਿਵੇਂ ਕੋਈ ਖਾਸਾ ਹੰਮਾ ਹੋਵੇ, ਪੈਰਾਂ 'ਚ ਜੁੱਤੀ ਪਾਈ ਤੁਰ ਪਈ ਕਾਲੇ ਕਦਮੀ ਰਾਮਦਾਸੀਆਂ ਦੇ ਘਰਾਂ ਨੂੰ। ਬੈਠਕ 'ਚ ਗਿੰਦਰ ਪਿਓ ਨਾਲ ਕੋਈ ਰਾਏ ਮਸ਼ਵਰਾ ਕਰ ਰਿਹਾ ਸੀ। ਅਮੀਰੋ ਨੇ ਜਾਣ ਸਾਰ ਪੈਰੋਂ ਜੁੱਤੀ ਲਾਈ, ਕਹਿੰਦੀ, ਚੱਲ ਉੱਠ ਤੁਰ ਇੱਧਰ, ਨਹੀਂ ਤਾਂ ਸੇਕਾਂ ਤੇਰਾ ਤਾਲੂਆ, ਤੂੰ ਗੱਲਾਂ ਕਿਹੜੀਆਂ ਕਰਦਾ ਵੇ? ਗਿੰਦਰ ਤੇ ਪਿਓ ਦੀ ਅੱਖ ਮਿਲੀ। ਗਿੰਦਰ ਉੱਠ ਖੜਾ ਤੇ ਉਹ ਕਹਿੰਦਾ, ਲਾਣੇਦਾਰ ਨਹੀਂ ਏ, ਆਪੇ ਤਾਂ ਤੂੰ ਇਹਨੂੰ ਘਰੋਂ ਸ਼ਿਸ਼ਕਰਤਾ ਸੀ, ਹੁਣ ਆਪ ਹੀ ਲੈਣ ਆ ਗਈ ਮੁੰਡੇ ਨੂੰ, ਇੱਕ ਥਾਂ ਤੇ ਖੜ ਜਾ ਤਾਂ। ਅਮੀਰੋ ਨੇ ਉਹਦੀ ਗੱਲ ਨਹੀਂ ਸੁਣੀ, ਤੁਰ ਪਈ। ਗਿੰਦਰ ਉਹਦੇ ਪਿੱਛੇ ਪਿੱਛੇ ਸਿਰ ਸੁੱਟੀ ਜਾ ਰਿਹਾ ਸੀ। ਵਿਹੜੇ ਤੋਂ ਭਾਨਸੂ ਦੇ ਅੰਦਰਲੇ ਘਰ ਤੱਕ ਉਹਨਾਂ ਨੇ ਕੋਈ ਗੱਲ ਨਹੀਂ ਕੀਤੀ। ਘਰ ਪਹੁੰਚੇ ਤਾਂ ਹਰਦੇਵ ਕਹਿੰਦਾ, ਬੇਬੇ ਤੂੰ ਹੀ ਤਕੜੀ ਰਹੀ, ਦਿਨ ਖਾਸਾ ਚੜ੍ਹ ਆਇਆ ਸੀ। ਹਰਦੇਵ ਦੀ ਬਹੂ ਨੇ ਤਿੱਖੀ ਜਿਹੀ ਚਾਹ ਬਣਾਈ ਅਤੇ ਉਹ ਬਾਟੀ ਬਾਟੀ ਪੀ ਕੇ ਖੇਤ ਨੂੰ ਤੁਰ ਪਏ। ਕਪਾਹ ਦੇ ਨਿੱਕੇ ਬੂਟੇ ਧੁਰ ਤੋਂ ਧੁਰ ਤੱਕ ਕੁੰਬਲਾਏ ਪਏ ਸੀ। ਇੰਜਣ ਨੇ ਦੁੱਖ ਦੁੱਖ ਕੀਤੀ ਅਤੇ ਉਹ ਕਪਾਹ ਨੂੰ ਪਾਣੀ ਦੇਣ ਲੱਗੇ। ਗਿੰਦਰ ਅਤੇ ਹਰਦੇਵ ਉਪਰਿਆਂ ਵਾਂਗ ਕਦੇ ਕਦੇ ਕੋਈ ਗੱਲ ਕਰਦੇ। ਹਰਦੇਵ ਅੱਖਾਂ ਵਿੱਚ ਹੀ ਹੱਸਦਾ ਪਰਾਂ ਮੂੰਹ ਕਰ ਲੈਂਦਾ। ਤੂੰ ਕੀ ਗੁੱਜਾ ਗੁੱਜਾ ਹੱਸਦਾ? ਤੇਰੀ ਮਾਂ ਮੈਨੂੰ ਲੈਣ ਨਾ ਜਾਂਦੀ ਤਾਂ ਮੁੱਕੀ ਪਈ ਸੀ ਕਹਾਣੀ, ਤੈਨੂੰ ਕੀ ਪਤਾ ਕਾਸੇ ਦਾ? ਗਿੰਦਰ ਮਨ ਨਾਲ ਗੱਲਾਂ ਕਰਦਾ। ਗਿੰਦਰ ਪੂਰੇ 17 ਸਾਲ ਭਾਨਸੂ ਕਿਉਂ ਨਾਲ ਹੀ ਸੀਰੀ ਰਿਹਾ। ਉਹ ਕੰਮ ਵੀ ਪੂਰਾ ਕਰਦਾ, ਉਹਨੂੰ ਦਾਣੇ ਵੀ ਬਹੁਤ ਆਉਂਦੇ। ਉਹਨਾਂ ਨਾਲੋਂ ਸੀਰ ਛੱਡਣ ਦਾ ਕਾਰਨ ਤਾਂ ਕੋਈ ਨਹੀਂ ਸੀ, ਪਰ ਹਰਦੇਵ ਉਹਦੇ ਨਾਲ ਬਿਨਾਂ ਕਿਸੇ ਗੱਲੋਂ ਹੀ ਖੈਬੜ ਪੈਂਦਾ ਸੀ, ਖਾਮ ਖਾ ਤੰਗ ਕਰਦਾ ਉਹਨੂੰ। ਗਿੰਦਰ ਦਾ ਜੀ ਕਰਦਾ ਉਹਨਾਂ ਦਾ ਕੰਮ ਛੱਡ ਦੇਵੇ। ਅੱਕਿਆ ਹੋਇਆ ਹਮੀਰੇ ਨੂੰ ਕਹਿੰਦਾ, ਬਸ ਮੈਂ ਤਾਂ ਇਸੇ ਸਾਲ ਹਾਂ ਤੁਹਾਡੇ ਨਾਲ, ਜਿੰਨੀ ਨਿਭਗੀ ਚੰਗੀ ਨਿਭਗੀ। ਹਰਦੇਵ ਨੂੰ ਪਤਾ ਨਹੀਂ ਕਦੇ ਕਦੇ ਕੀ ਭੂਤ ਚੜ ਜਾਂਦਾ, ਇਹਨੂੰ ਮੁੰਡੇ ਸਾਡੇ ਨੂੰ ਪਕਾਈ ਮਾਰਨ ਦੀ ਵਾਣ ਹੈ, ਪਿਓ ਵਾਂਗ ਮੂੰਹ ਇਹਦੇ ਦਿਲ 'ਚ ਕੁਛ ਨਹੀਂ, ਕਿਤੇ ਕਿਸੇ ਗੱਲ ਦਾ ਪਤਾ ਨਾ ਹੋਵੇ ਇਹਨੂੰ। ਨਾ ਡਾਲ ਨਹੀਂ, ਮੈਂ ਆਏ ਤਾਂ ਇਹ ਜਮਾਂ ਸ਼ੱਕੀ ਨਹੀਂ, ਪਿਓ ਵਰਗਾ ਐਵੇਂ ਕਦੀ ਕੰਮ ਧੰਦਿਆਂ 'ਚ ਹੀ ਖਿੱਚ ਉੱਠਦਾ, ਇਹੀ ਜੀ ਕੋਈ ਗੱਲ ਨਹੀਂ। ਫਿਰ ਆਖਣ ਲੱਗੀ, ਜਿੰਨਾ ਚਿਰ ਮੈਂ ਹਾਂ ਤੈਨੂੰ ਮੈਂ ਕਿਧਰੇ ਨਹੀਂ ਜਾਣ ਦੇਣਾ, ਤੂੰ ਤਾਂ ਮੇਰਾ ਸਹਾਰਾ, ਤੈਥੋਂ ਬਿਨਾਂ ਮੈਂ ਕੱਖ ਦੀ ਨਹੀਂ। ਗਿੰਦਰਾ ਉਹ ਭਿੱਜ ਜਾਂਦਾ ਅਤੇ ਸੀਰ ਛੱਡਣ ਦਾ ਖਿਆਲ ਦਿਮਾਗ 'ਚੋਂ ਕੱਢ ਦਿੰਦਾ। ਪੂਰੇ 17 ਸਾਲ ਇੱਕ ਲੰਮਾ ਅਰਸਾ ਹੁੰਦਾ ਹੈ, ਇਸ ਦੌਰਾਨ ਬਹੁਤ ਕੁਝ ਵਾਪਰ ਗਿਆ। ਭਾਨਸੂ ਚੜ੍ਹਾਈ ਕਰ ਗਿਆ, ਪਟਵਾਰੀ ਦਾ ਵਿਆਹ ਹੋ ਗਿਆ ਸੀ, ਉਹ ਬਰਨਾਲੇ ਕਚਹਿਰੀ ਚੌਂਕ ਕੋਲ ਨਵੀਂ ਕਲੋਨੀ 'ਚ ਕੋਠੀ ਪਾ ਕੇ ਰਹਿਣ ਲੱਗਿਆ ਸੀ। ਉਹਦੇ 2 ਬੱਚੇ ਹੋ ਚੁੱਕੇ ਸੀ ਜੋ ਉੱਥੋਂ ਦੇ ਪਬਲਿਕ ਸਕੂਲ 'ਚ ਪੜ੍ਹਦੇ। ਹਰਦੇਵ ਦੇ ਵੀ 2 ਮੁੰਡੇ ਸੀ, ਉਹਨਾਂ ਨੂੰ ਹਰਦੇਵ ਨੇ ਪੜ੍ਹਨ ਨਹੀਂ ਲਾਇਆ ਸੀ, ਕਹਿੰਦਾ ਸੀ ਖੇਤੀ ਕਰਵਾਵਾਂਗੇ ਇਹਨਾਂ ਤੋਂ, ਪੜ੍ਹ ਗਏ ਤਾਂ ਵਿਗੜ ਜਾਣਗੇ। ਗਿੰਦਰ ਦੀ ਬਹੂ ਨੇ ਵੀ 3 ਮੁੰਡੇ ਜੰਮੇ ਸੀ, ਕੁੜੀ ਕੋਈ ਨਹੀਂ ਸੀ। ਅਮੀਰੋ 60 ਨੂੰ ਟੱਪਣ ਲੱਗੀ, ਉਹ ਦੇਖਣ ਨੂੰ ਬੁੜੀ ਤਾਂ ਨਹੀਂ ਲੱਗਦੀ ਸੀ, ਪਰ ਹੁਣ ਉਹਦੇ ਸਰੀਰ 'ਚੋਂ ਚੱਸ ਜੀ ਬਾਕੀ ਨਹੀਂ ਸੀ, ਹੁਣ ਉਹ ਗਿੰਦਰ ਨੂੰ ਉਡੀਕਦੀ ਨਹੀਂ ਸੀ। 5-5 6-6 ਦਿਨ ਬਾਹਰਲੇ ਘਰ ਤੜਕੇ ਉੱਠ ਕੇ ਜਾਂਦੀ ਨਾ,
ਗਿੰਦਰ ਪਸ਼ੂਆਂ ਦੀਆਂ ਖੁਰਲੀਆਂ 'ਚ ਫਜ਼ੂਲ ਹੱਥ ਮਾਰਦਾ ਰਹਿ ਜਾਂਦਾ। ਕਣਕ ਪੱਕਣ ਦੀ ਰੁੱਤ ਸੀ। ਇਹਨਾਂ ਦਿਨਾਂ 'ਚ ਵਾਢੀ ਨੂੰ ਉਡੀਕਦੇ ਕਿਸਾਨ ਲਗਭਗ ਵਿਹਲੇ ਹੁੰਦੇ। ਉਸ ਦਿਨ ਗਿੰਦਰ ਖੇਤ ਨਹੀਂ ਗਿਆ ਸੀ। ਅੰਦਰਲੇ ਘਰ ਵਰਾਂਡੇ 'ਚ ਬੈਠਾ ਉਹ ਹਮੀਰੋ ਕੋਲ ਘਿਣਾਂ ਜਿਹੀਆਂ ਪਾ ਰਿਹਾ ਸੀ। ਉਹ ਚਾਹ ਪੀ ਕੇ ਮੰਜੇ 'ਤੇ ਪਈ ਸੀ ਅਤੇ ਗਿੰਦਰ ਇੱਕ ਪੁਰਾਣੇ ਰੱਸੇ ਨੂੰ ਵਿਚਾਲਿਓਂ ਵੱਢ ਕੇ ਸੰਢ ਲਾ ਰਿਹਾ ਸੀ। ਕਹਿੰਦਾ, ਹੁਣ ਤਾਂ ਚਾਚੀ ਅਖੀਰ ਹੈ, ਇਸ ਸਾਲ ਮੈਂ ਹੋਰ ਕਿਸੇ ਦੇ ਜਾਊਂ। ਤੇਰੀ ਮਰਜ਼ੀ ਹੈ ਗਿੰਦਰਾ, ਮੈਂ ਤਾਂ ਤੈਨੂੰ ਕੁਛ ਆਖ ਨਹੀਂ ਸਕਦੀ। ਹਮੀਰੋ ਪਾਸਾ ਮਾਰ ਕੇ ਮੰਜੇ ਦੀ ਬਾਹੀ ਨਾਲ ਜਾਣ ਲੱਗੀ। ਕਣਕ ਵੱਢ ਲਈ, ਫੇਰ ਕੱਢ ਵੀ ਲਈ। ਗਿੰਦਰ ਦਾਣੇ ਵੰਡਾ ਕੇ ਦਾਨਸੂ ਦੇ ਵੱਡੇ ਮੁੰਡੇ ਕੇਰੇ ਨਾਲ ਸੀਰੀ ਜਾ ਰਲਿਆ। ਕੇਰੇ ਤੋਂ ਪੈਸੇ ਲੈ ਕੇ ਉਹਨੇ ਹਰਦੇਵ ਦੀ ਰਕਮ ਧਾਰਤੀ। ਉਹ ਥੋੜ੍ਹੇ ਪੈਸੇ ਸੀ, ਕੇਰੇ ਤੋਂ ਤਾਂ ਉਹਨੇ ਖਾਸੇ ਲਏ ਸੀ। ਜਿਸ ਦਿਨ ਆਖਰੀ ਵਾਰ ਮਿਲ ਕੇ ਗਿੰਦਰ ਹਰਦੇਵ ਦੇ ਘਰੋਂ ਜਾਣ ਲੱਗਿਆ ਤਾਂ ਹਮੀਰੋ ਨੇ ਉਹਨੂੰ 2 ਕਿਲੋ ਦਾ ਡੱਬਾ ਦਿੱਤਾ, ਜਿਸ 'ਚ ਘਰ ਦਾ ਦੇਸੀ ਘਿਓ ਸੀ। ਕਹਿੰਦੀ, ਗਿੰਦਰਾ ਲੈ ਭਾਈ, ਤੇਰੇ ਜਵਾਕ ਖਾ ਲੈਣਗੇ। ਕੇਰੇ ਕੋਲ ਬਹੁਤੀ ਜ਼ਮੀਨ ਨਹੀਂ ਸੀ, ਸਿਰਫ 12 ਕਿੱਲੇ। ਜ਼ਮੀਨ ਬਹੁਤ ਤਕੜੀ ਸੀ, ਝੋਟੇ ਦਾ ਸਿਰ, ਕੇਰਾ ਆਪ ਵੀ ਤਕੜਾ ਸੀ। ਦੋਵੇਂ ਜਣੇ ਜ਼ਮੀਨ ਦਾ ਮੁੜਕਾ ਕੱਢ ਦਿੰਦੇ। ਗਿੰਦਰ ਨੂੰ ਭਾਂਸੂ ਗਿਆ ਨਾਲ ਥੋੜ੍ਹੇ ਹੀ ਘੱਟ ਦਾਣੇ ਆਉਂਦੇ, ਪਰ ਉਹ ਰਾਜ਼ੀ ਸੀ। ਘਰ ਦਾ ਕੋਈ ਬਹੁਤਾ ਖਰਚ ਨਹੀਂ ਰਹਿ ਗਿਆ ਸੀ। ਗਿੰਦਰ ਦੇ 3 ਮੁੰਡੇ ਉੱਪਰੋਂ ਥੱਲੀ ਦੇ ਸੀ, ਇੱਕੋ ਜਿਹੇ, 3 ਪਾਲੀ ਰਲ ਗਏ। ਤੀਜਾ ਛੋਟਾ ਜੋ ਹਾਲੇ ਨਿਆਣਾ ਸੀ, ਗਿੰਦਰ ਨੇ ਉਹਨੂੰ ਇੱਕ ਮਾੜੇ ਜੱਟ ਨਾਲ ਰਲਾ ਦਿੱਤਾ, ਜਿਨ੍ਹਾਂ ਦੇ ਘਰ ਦਾ ਬਹੁਤਾ ਕੰਮ ਨਹੀਂ ਸੀ। ਗਿੰਦਰ ਦੀ ਮਾਂ ਅਤੇ ਪਿਓ 2-2 ਮਹੀਨਿਆਂ ਦੇ ਫਰਕ ਨਾਲ ਦੋਵੇਂ ਮਰ ਗਏ। ਗਿੰਦਰ ਦੀ ਔਰਤ ਤਕੜੀ ਸੀ, ਜੱਟਾਂ ਦੇ ਖੇਤਾਂ 'ਚ ਉਹ ਵੀ ਕੰਮ ਕਰਨ ਜਾਂਦੀ, ਕਬੀਲਦਾਰੀ 'ਚ ਉਹਦਾ ਹਿੱਸਾ ਵੀ ਸੀ। ਗਿੰਦਰ ਜਦੋਂ 50 ਨੂੰ ਟੱਪਿਆ, ਉਹਦੀ ਘਰ ਵਾਲੀ ਖੇਤਾਂ 'ਚ ਖਾਲਾਂ ਦੀਆਂ ਵੱਟਾਂ ਤੋਂ ਕੱਖ ਖੋਤਣ ਗਈ ਸੀ, ਸੱਪ ਲੜ ਕੇ ਮਰ ਗਈ। ਗਿੰਦਰ ਜਿਵੇਂ ਅੰਨਾ ਹੋ ਕੇ ਰਹਿ ਗਿਆ ਹੋਵੇ। ਇੱਕ ਉਹਦੀ ਤੀਵੀਂ ਨਾ ਰਹੀ, ਜਿਹਦੀ ਗਿੰਦਰ ਨੂੰ ਹੁਣ ਇਸ ਉਮਰ 'ਚ ਬਹੁਤ ਲੋੜ ਸੀ। ਦੂਜਾ ਇਹ ਕਿ ਉਹਨੂੰ ਹੁਣ ਵੱਡਾ ਮੁੰਡਾ ਛੇਤੀ ਵਿਆਹਣਾ ਪਏਗਾ। ਵਿਆਹ ਕਰਨਾ ਕੋਈ ਸੌਖੀ ਗੱਲ ਨਹੀਂ, ਖਰਚ ਹੁੰਦਾ ਹੈ, ਨਾਲੇ ਕਬੀਲਦਾਰੀ 'ਚ ਇੱਕ ਵਾਰ ਦਾ ਉਛਾਲ ਜਿਹਾ ਆਉਂਦਾ ਹੈ, ਇੱਕ ਵਾਰ ਤਾਂ ਸਾਰਾ ਢਾਂਚਾ ਹੀ ਹਿੱਲ ਜਾਂਦਾ। ਘਰ 'ਚ ਨਵਾਂ ਜੀ ਆਉਣ ਕਰਕੇ ਘਰ ਦਾ ਨਕਸ਼ਾ ਹੀ ਬਦਲ ਜਾਂਦਾ। ਕਿਵੇਂ ਵੀ ਗਿੰਦਰ ਦੀ ਘਰ ਵਾਲੀ ਉਹਦੇ ਘਰ ਦਾ ਬੰਨ ਸੀ। ਕਿੰਨੀ ਸਿਆਣੀ ਸੀ, ਕਿੰਨੀ ਸੰਜਮ ਵਾਲੀ, ਕਿੰਨੀ ਸੰਤੁਸ਼ਟ। ਟਾਕੀਆਂ ਵਾਲੇ ਕੱਪੜੇ ਪਾਉਂਦੀ ਤਾਂ ਕਿ ਕਬੀਲਦਾਰੀ ਸੰਢੀ ਰਹੇ। ਹੁਣ ਉਹ ਨਹੀਂ ਸੀ ਤਾਂ ਗਿੰਦਰ ਦਾ ਘਰ ਇੱਕ ਹਨੇਰ ਸੀ। ਗਿੰਦਰ ਨੂੰ ਕਿਸੇ ਪਾਸੇ ਕੁਝ ਵੀ ਨਹੀਂ ਦਿਸਦਾ ਸੀ। ਖੈਰ, ਗਿੰਦਰ ਨੇ ਉਵੇਂ ਹੀ ਕੀਤਾ ਜਿਵੇਂ ਅਜਿਹੀ ਮੁਸੀਬਤ 'ਚ ਆਮ ਲੋਕ ਕਰਦੇ ਆ। ਉਹਨੇ ਵੱਡਾ ਮੁੰਡਾ ਅਮਰਜੀਤ ਵਿਆਹ ਲਿਆ। ਘਰ 'ਚ ਨੂੰਹ ਆ ਗਈ, ਰੋਟੀ ਪੱਕਦੀ ਹੋ ਗਈ। ਅਮਰਜੀਤ ਆਪ ਵੀ ਹਾਲੀ ਨਿਕਲ ਆਇਆ ਸੀ। ਗਿੰਦਰ ਨੇ ਉਹਨੂੰ ਸੀਰੀ ਰਲਾ ਦਿੱਤਾ, ਆਪ ਸੀਰੀ ਦਾ ਕੰਮ ਛੱਡਤਾ। ਉਹ ਥੱਕਣ ਲੱਗ ਪਿਆ ਸੀ, ਹੁਣ ਉਹ ਤੋਂ ਪਹਿਲਾਂ ਵਾਂਗ ਕੰਮ ਨਹੀਂ ਸੀ ਹੁੰਦਾ। ਐਵੇਂ ਜੱਟਾਂ ਦੀਆਂ ਝਿੜਕਾਂ ਖਾਣ ਦਾ ਕੀ ਲਾਭ। 1 ਸਾਲ ਵਿਹਲਾ ਰਹਿ ਕੇ ਉਹ ਫੁੰਮਣ ਨਾਲ ਰਲ ਗਿਆ ਅਤੇ ਪਸ਼ੂ ਮੰਡੀਆਂ ਉੱਤੇ ਜਾ ਕੇ ਦਲਾਲੀ ਕਰਨ ਲੱਗਿਆ। ਗਿੰਦਰ ਨੂੰ ਪਸ਼ੂ ਦੀ ਬਹੁਤ ਫਰਕ ਸੀ, ਖੜੀ ਮੱਝ ਨੂੰ ਦੱਸ ਦਿੰਦਾ ਕਿ ਉਹਦੇ 'ਚ ਕੀ ਨੁਕਸ ਹੈ। ਅਮਰਜੀਤ ਦੀ ਬਹੂ ਲਖਬੀਰੋ ਸਿਆਣੀ ਸੀ, ਉਹ ਕਿਸੇ ਚੰਗੇ ਘਰ ਦੀ ਧੀ ਸੀ। ਆਉਂਦੀ ਨਹੀਂ ਘਰ ਸਾਂਭਲਿਆ, ਸੱਸ ਨਹੀਂ ਸੀ ਤਾਂ ਕਿ ਲਖਬੀਰੋ ਨੇ ਸੱਸ ਦੀ ਕਮੀ ਮਹਿਸੂਸ ਨਹੀਂ ਹੋਣ ਦਿੱਤੀ। ਗਿੰਦਰ ਨੂੰ ਵੇਲੇ ਸਿਰ ਸਭ ਖਾਣ ਪੀਣ ਨੂੰ ਮਿਲਦਾ। ਬੜੇ ਆਦਰ ਸਤਿਕਾਰ ਨਾਲ ਉਹ ਗਿੰਦਰ ਨੂੰ ਰੋਟੀ ਦਿੰਦੀ, ਗਿੰਦਰ ਕੋਲ ਬਹਿ ਕੇ ਪਿਓ ਵਾਂਗ ਗੱਲਾਂ ਵੀ ਮਾਰ ਲੈਂਦੀ, ਉਹਦੇ ਕੱਪੜੇ ਧੋ ਕੇ ਦਿੰਦੀ, ਉਹਦੇ ਨਹਾਉਣ ਲਈ ਸਿਆਲ 'ਚ ਪਾਣੀ ਤੱਤਾ ਕਰਕੇ ਦਿੰਦੀ। ਆਪਣੇ ਵਾਂਗ ਪੁੱਛਦੀ, ਦਾਲ 'ਚ ਮਿਰਚ ਜ਼ਿਆਦੇ ਤਾਂ ਨਹੀਂ ਬਾਪੂ ਜੀ? ਆਖਦੀ, ਇਹ ਰੋਟੀ ਤਾਂ ਠੰਡੀ ਹੋ ਗਈ ਹੋਊ, ਆਹ ਤੱਤੀ ਤੱਤੀ ਖਾਓ, ਇਹ ਪਈ ਰਹਿਣ ਦਿਓ। ਘਰ 'ਚ ਹੋਰ ਸਭ ਸੁੱਖ ਆਰਾਮ ਸੀ, ਬਸ ਇੱਕ ਮੁੰਡਿਆਂ ਦੀ ਮਾਂ ਨਹੀਂ ਸੀ। ਔਰਤ ਵਾਲਾ ਸੁੱਖ ਗਿੰਦਰ ਨੂੰ ਕਿਧਰੋਂ ਵੀ ਨਹੀਂ ਮਿਲ ਸਕਦਾ ਸੀ। ਉਹ ਕਦੇ ਜਦੋਂ ਹੌਲ ਜਿਹਾ ਉੱਠਦਾ, ਭਾਂਸੂ ਦੇ ਅੰਦਰਲੇ ਘਰ ਚਲਿਆ ਜਾਂਦਾ। ਹਮੀਰੋ ਮੰਜੇ ਨਾਲ ਮੰਜਾ ਬਣੀ ਪਈ ਹੁੰਦੀ, ਪਰ ਗਿੰਦਰ ਨੂੰ ਦੇਖ ਕੇ ਜਿਵੇਂ ਜਿਉਂਦਿਆਂ 'ਚ ਹੋ ਜਾਂਦੀ। ਉੱਠ ਕੇ ਬੈਠ ਜਾਂਦੀ, ਹਰਦੇਵ ਦੀ ਬਹੂ ਨੂੰ ਕਹਿ ਕੇ ਗਿੰਦਰ ਲਈ ਚਾਹ ਬਣਵਾਉਂਦੀ। ਰੋਟੀ ਦਾ ਵੇਲਾ ਹੁੰਦਾ ਤਾਂ ਰੋਟੀ ਖਾਧੇ ਬਗੈਰ ਘਰੋਂ ਜਾਣ ਨਹੀਂ ਦਿੰਦੀ ਸੀ। ਗਿੰਦਰ ਉਹਦੀਆਂ ਰੋਟੀਆਂ ਖਾਣ ਥੋੜ੍ਹਾ ਜਾਂਦਾ ਸੀ, ਉਹ ਜਿਹੜੀ ਗੱਲ ਨੂੰ ਜਾਂਦਾ ਸੀ ਉਹ ਤਾਂ ਹਮੀਰੋ ਆਉਂਦੀ ਨਾ। ਦਾਜਿਆ ਤਕਾ ਕੇ ਉਹ ਸਿੱਧਾ ਹੀ ਪੁੱਛ ਬੈਠਦਾ ਤਾਂ ਹਮੀਰੋ ਮੱਥੇ 'ਤੇ ਤਿਊੜੀਆਂ ਪਾ ਲੈਂਦੀ, ਆਖਦੀ, ਹੁਣ ਗਿੰਦਰਾ ਕੀ ਹੈ ਇਹਨਾਂ ਕੰਮਾਂ 'ਚ, ਵੇਲੇ ਵੇਲੇ ਦੀਆਂ ਗੱਲਾਂ ਹੁੰਦੀਆਂ ਨੇ ਕਮਲਿਆ। ਮੈਂ ਤਾਂ ਉਹੋ ਜਿਹਾ ਪਿਆ ਚਾਚੀ, ਉਹ ਮੱਚ ਕੇ ਕਹਿੰਦਾ, ਤੂੰ ਤਾਂ ਠੀਕ ਹੋਏਗਾ, ਠੀਕ ਹੈ, ਮੇਰੀ ਉਮਰ ਨਹੀਂ ਭਾਈ ਹੁਣ, ਜੇ ਸਰਦਾ ਨਹੀਂ ਹੋਰ ਤੀਵੀਂ ਲਿਆ ਕੋਈ, ਹੋਰ ਵਿਆਹ ਕਰਾ ਲੈ। ਇੱਕ ਦਿਨ ਹਮੀਰੋ ਨੇ ਸੁਝਾਅ ਦਿੱਤਾ, ਵਿਆਹ ਦੀ ਕੋਈ ਉਮਰ ਹੈ ਮੇਰੀ? ਉਮਰ ਨੂੰ ਤੈਨੂੰ ਕੀ ਹੋਇਆ ਵੇ, ਮੈਥੋਂ ਤਾਂ ਕਿੰਨਾ ਛੋਟਾ ਹੈ ਤੂੰ, ਆਪਦੀਆਂ ਅੱਖਾਂ ਕੰਨੀ ਤਾਂ ਝਾਕ, ਤੂੰ ਸਾਨ ਹੈ ਸਾਨ। ਹਮੀਰੋ ਦੀਆਂ ਫੋਕੀਆਂ ਗੱਲਾਂ ਸੁਣ ਕੇ ਉਹ ਘਰ ਨੂੰ ਮੁੜ ਆਇਆ। ਅਮਰਜੀਤ ਤੋਂ ਛੋਟਾ ਵਿੰਦਰ ਤੇ ਸਭ ਤੋਂ ਛੋਟਾ ਪੀਤਾ। ਪਹਿਲਾਂ ਤਾਂ ਲਖਬੀਰੋ ਦੀ ਰੋਟੀ ਬੜੇ ਚਾਅ ਨਾਲ ਖਾਂਦੇ ਰਹੇ, ਲੱਗਦਾ ਜਿਵੇਂ ਉਹਨਾਂ ਦੀ ਮਾਂ ਦੀਆਂ ਪੱਕੀਆਂ ਹੋਣ। ਉਹ ਦੋਵਾਂ ਦਿਓਰਾਂ ਨੂੰ ਬਹੁਤ ਪਿਆਰ ਨਾਲ ਰੋਟੀ ਟੁੱਕ ਦਿੰਦੀ, ਉਹਨਾਂ ਨਾਲ ਭਰਾਵਾਂ ਜਿਹਾ ਸਲੂਕ ਕਰਦੀ, ਪਰ ਕੁਝ ਮਹੀਨਿਆਂ ਬਾਅਦ ਹੀ ਉਹ ਟੀਟਣੇ ਮਾਰਨ ਲੱਗੇ। ਵਿੰਦਰ ਆਖਦਾ, ਭਾਬੀ, ਤੇਰੀਆਂ ਰੋਟੀਆਂ ਦੇ ਕਿਨਾਰੇ ਕੱਚੇ ਰਹਿ ਜਾਂਦੇ ਆ,
ਸਮਾਰ ਕੇ ਰੜਿਆ ਕਰ। ਪਿਤਾ ਸੀਸੀ ਕਰਦਾ, ਸ਼ਿਕਾਇਤ ਲਾਉਂਦਾ, ਦਾਲ 'ਚ ਮਿਰਚਾਂ ਸੁੱਟਣ ਲੱਗ ਗਈ। ਭਾਬੀ ਦੇਖ ਤਾਂ ਲਿਆ ਕਰ, ਰੋਟੀ ਇੱਕ ਖਾਧੀ ਹੈ, ਪਾਣੀ ਦੇ 3 ਗਲਾਸ ਪੀ ਗਿਆ ਮੈਂ। ਲਖਬੀਰ ਉਹ ਨਿਰਣਾ ਕਰਦੀ, ਇਉਂ ਤਾਂ ਪੇਕੀ ਵੀ ਉਹ ਤੋਂ ਕਦੇ ਕਦੇ ਹੋ ਜਾਂਦਾ ਸੀ, ਇੱਥੇ ਹੋ ਗਿਆ ਤਾਂ ਕੀ ਹੈ। ਪਰ ਦਿਓਰ ਉਹਦੀ ਇੰਨੀ ਨੁਕਤਾਚੀਨੀ ਕਰਨ ਲੱਗੇ ਸੀ ਜਿਵੇਂ ਉਹਨੂੰ ਕੁਛ ਆਉਂਦਾ ਹੀ ਨਾ ਹੋਵੇ, ਜਿਵੇਂ ਉਹ ਕੁੱਢਰਦੀ ਵੀ ਹੋਵੇ। ਉਹਦਾ ਘਰ ਵਾਲਾ ਅਮਰਜੀਤ ਸਭ ਦੀਆਂ ਸੁਣਦਾ ਅਤੇ ਲਖਬੀਰ ਉਹ 'ਤੇ ਖਿੱਚਣ ਲੱਗਦਾ। ਉਹਨੂੰ ਆਪਣੇ ਭਰਾ ਸੱਚੇ ਲੱਗਦੇ ਸੀ, ਜਿਵੇਂ ਬਗਾਨੀ ਧੀ ਮਾੜੀ ਹੋਵੇ। ਅਮਰਜੀਤ ਲਖਬੀਰ ਉਹਦੇ ਨੁਕਸ ਕੱਢਣ ਲੱਗਿਆ ਇੱਕ ਦਿਨ ਕਹਿਣ ਲੱਗਿਆ, ਬਾਪੂ ਨੂੰ ਰੋਟੀ ਦੀ ਥਾਲੀ ਦੇਣ ਗਈ, ਤੂੰ ਉਹਦੇ ਸਾਹਮਣੇ ਖੜੀ ਕਿਉਂ ਰਹਿੰਦੀ ਹੈ। ਲਖਬੀਰ ਉਹ ਸੋਚਣ ਲੱਗੀ, ਇਹ ਉਹਦੇ ਨਾਲ ਕੀ ਹੋ ਰਿਹਾ, ਉਹਦਾ ਆਦਮੀ ਉਹਨੂੰ ਪੁੱਠੇ ਸਵਾਲ ਕਿਉਂ ਕਰਦਾ, ਉਹਦੇ ਦਿਓਰਾਂ ਨੂੰ ਉਹਦਾ ਰੋਟੀ ਟੁੱਕ ਹੁਣ ਸਵਾਦ ਕਿਉਂ ਨਹੀਂ ਲੱਗਦਾ, ਬਿੰਦਰ ਉਹਦੇ ਵੱਲ ਕਦੇ ਕਸੂਤਾ ਕਿਉਂ ਝਾਕਦਾ, ਪੀਤਾ ਉਹਦੀ ਚੁੰਨੀ ਦਾ ਲੜ ਕਿਉਂ ਖਿੱਚ ਦਿੰਦਾ, ਇਹ ਸਭ ਕੀ ਚਾਹੁੰਦੇ ਨੇ ਉਹਦੇ ਕੋਲੋਂ। ਕਿੰਦਰ ਦੂਰੀ ਮਾਰ ਚੱਲ ਰਿਹਾ ਸੀ, ਇੱਕ ਪਾਸੇ ਤਾਂ ਉਹ ਔਰਤ ਬਗੈਰ ਦੁਖੀ ਸੀ, ਦੂਜੀ ਗੱਲ ਉਹਨੂੰ ਇਹ ਸਮਝ ਨਹੀਂ ਆਉਂਦੀ ਸੀ ਕਿ ਅਮਰਜੀਤ ਉਹਦੇ ਵੱਲ ਅੱਖਾਂ ਪਾੜ ਕੇ ਕੀ ਝਾਕਦਾ ਹੁੰਦਾ। ਜਦੋਂ ਬੁਲਾਓ ਕੋਈ ਗੱਲ ਪੁੱਛੋ, ਖਰਬਾ ਖਰਬਾ ਕਿਉਂ ਬੋਲਦਾ, ਉਹ ਮਨ ਨਾਲ ਹੀ ਝੇੜਾ ਕਰਦਾ, ਮੈਂ ਬਾਪ ਹਾਂ ਯਾਰ, ਇਹ ਮੁੰਡਾ ਕੀ ਸਮਝਦਾ ਮੈਨੂੰ, ਮੈਂ ਇੰਨਾ ਤਾਂ ਨਹੀਂ ਨਿਗਰ ਗਿਆ। ਉਹਨਾਂ ਦਿਨਾਂ 'ਚ ਹੀ ਬਿੰਦਰ ਨੂੰ ਸਾਕ ਵਾਲੇ ਆਏ, ਉਹਨੇ ਝੱਟ ਹਾਂ ਕਰਤੀ, ਨਾ ਕੁੜੀ ਦੇਖੀ ਨਾ ਉਹਨਾਂ ਦਾ ਘਰ ਬਾਰ ਪੁੱਛਿਆ। ਵਿਚੋਲਾ ਜਿਵੇਂ ਦੱਸ ਰਿਹਾ ਸੀ ਬਸ ਠੀਕ ਸੀ, 2 ਮਹੀਨਿਆਂ ਵਿੱਚ ਵਿਆਹ ਵੀ ਹੋ ਗਿਆ, ਘਰ 'ਚ ਨਵੀਂ ਬਹੂ ਆ ਗਈ, ਲਖਬੀਰ ਉਹਨੂੰ ਸਹਾਰਾ ਹੋ ਗਿਆ। ਪਹਿਲਾਂ ਉਹ ਇਕੱਲੀ ਸੀ, ਹੁਣ 2 ਹਨ, ਤਾਂ ਗੱਲ ਗੁਰਬਤ ਕਰ ਲਿਆ ਕਰਨਗੀਆਂ। ਤੇਰ ਫੇਰ ਪੀਤੇ ਦਾ ਵਿਆਹ ਹੋ ਗਿਆ, ਉਦੋਂ ਤੱਕ ਬਿੰਦਰ ਦੇ ਅਤੇ ਪੀਤਾ ਹਾਲੀ ਬਣ ਚੁੱਕੇ ਸੀ ਅਤੇ ਜੱਟਾਂ ਦੇ ਸੀਰੀ ਸੀ, 3 ਮੁੰਡੇ ਕਮਾਈ ਕਰਦੇ, ਚੁੱਲ੍ਹਾ 1 ਸੀ, 3 ਬਹੂਆਂ ਨੇ ਕੰਮ ਵੰਡ ਲਏ, 3 ਦੇ ਜਵਾਕ ਹੋਣ ਲੱਗੇ ਸੀ। ਗਿੰਦਰ ਦਾ ਘਰ ਇੱਕ ਨਵੇਂ ਸੰਸਾਰ 'ਚ ਬਦਲਦਾ ਜਾ ਰਿਹਾ ਸੀ, ਜਿਉਂ ਜਿਉਂ ਘਰ 'ਚ ਰੌਣਕਾਂ ਲੱਗਦੀਆਂ ਹੋਰ ਇਕੱਲਾ ਹੁੰਦਾ ਜਾਂਦਾ। ਹਮੀਰੋ ਦੀ ਗੱਲ ਉਹਦੇ ਦਿਲ 'ਤੇ ਚੜ੍ਹਨ ਲੱਗੀ, ਜੇ ਸਰਦਾ ਨਹੀਂ, ਉਦੋਂ ਤੱਕ ਤਾਂ ਗਿੰਦਰ 54-55 ਦਾ ਹੋ ਚੁੱਕਿਆ ਸੀ, ਪਰ ਉਹਦੇ 'ਚ ਉਹੀ ਡੁੱਸ ਸੀ 40-42 ਸਾਲ ਵਾਲੀ, ਸਗੋਂ ਉਹਦੇ ਔਰਤ ਅੰਦਰ ਔਰਤ ਪ੍ਰਤੀ ਇੱਕ ਅੱਗ ਭੜਕ ਉੱਠੀ। ਉਹ ਰਾਤ ਨੂੰ ਬੇਚੈਨ ਰਹਿੰਦਾ, ਸਵਾਰ ਕੇ ਨੀਂਦ ਨਹੀਂ ਸੀ ਆਉਂਦੀ, ਮੂੰਹ ਸੁੱਕਦਾ, ਢਿੱਡ ਭਰ ਕੇ ਪਾਣੀ ਪੀਂਦਾ ਸੀ, ਪਾਣੀ ਪੀ ਕੇ ਕੁਛ ਦੇਰ ਬਾਅਦ ਫੇਰ ਪਿਸ਼ਾਬ ਕਰਨ ਜਾਂਦਾ। ਸਾਰੀ ਰਾਤ ਲੰਘ ਜਾਂਦੀ, ਦਿਨ ਚੜ੍ਹਦਾ ਉਹ ਚਾਹ ਪੀ ਕੇ ਫੁੰਮਣ ਕੋਲ ਜਾ ਬੈਠਦਾ ਅਤੇ ਉਹ ਮੈਸਾਂ ਦੀਆਂ ਗੱਲਾਂ ਕਰਨ ਲੱਗਦੀ। ਗਿੰਦਰ ਨੂੰ ਲੱਗਦਾ ਜਿਵੇਂ ਤੀਵੀਂ ਉਹਨੇ ਕਦੇ ਦੇਖੀ ਨਹੀਂ। ਉਹ ਔਰਤ ਸੁੱਖ ਨੂੰ ਤਰਸਣ ਲੱਗਿਆ, ਬੈਠਕ 'ਚ ਜਿੱਥੇ ਕਦੇ ਉਹਦਾ ਪਿਓ ਜੁੱਤੀਆਂ ਸੀ ਆਉਂਦਾ ਹੁੰਦਾ, ਉੱਚਾ ਚੌਂਤਰਾ ਸੀ, ਉੱਥੇ ਉਹਨੇ ਹੁਣ ਆਪਣਾ ਮੰਜਾ ਡਾਇਆ ਹੋਇਆ ਸੀ। ਫੁੰਮਣ ਨਾਲ ਕਿਧਰੇ ਜਾਣਾ ਨਾ ਹੁੰਦਾ ਤਾਂ ਉਹ ਸਾਰਾ ਸਾਰਾ ਦਿਨ ਉਸ ਮੰਜੇ ਉੱਤੇ ਹੀ ਪਿਆ ਰਹਿੰਦਾ, ਕੰਧਾਂ ਵੱਲ ਝਾਕਦਾ, ਕੰਧਾਂ ਉੱਤੇ ਪਰਛਾਵੇਂ ਜੇ ਬਣਨ ਲੱਗਦੇ, ਪਰਛਾਵਿਆਂ ਵਿੱਚੋਂ ਇੱਕ ਪਰਛਾਵਾਂ ਕੋਈ ਔਰਤ ਦਾ ਉੱਭਰ ਆਉਂਦਾ, ਕਦੇ ਉਹਦਾ ਮੂੰਹ ਕਿਹੋ ਜਿਹਾ, ਕਦੇ ਕਿਹੋ ਜਿਹਾ, ਉਹਨੂੰ ਉਸ ਚਿਹਰੇ ਦੀ ਪਛਾਣ ਨਹੀਂ ਸੀ, ਪਰ ਉਹ ਔਰਤ ਦਾ ਚਿਹਰਾ ਜ਼ਰੂਰ ਹੁੰਦਾ। ਇਸ ਚਿਹਰੇ ਤੱਕ ਪਹੁੰਚਣਾ ਹੁਣ ਉਹਦੀ ਜ਼ਿੰਦਗੀ ਦਾ ਇੱਕੋ ਇੱਕ ਟੀਚਾ ਰਹਿ ਗਿਆ ਸੀ। ਰਾਤ ਨੂੰ ਜਦੋਂ ਉਹਦੀ ਮਾੜੀ ਮੋਟੀ ਅੱਖ ਲੱਗਦੀ ਵੀ ਸੀ ਤਾਂ ਤੀਵੀਂ ਦਾ ਸੁਪਨਾ ਹੀ ਆਉਂਦਾ, ਰਾਤ ਨੂੰ ਨੀਂਦ ਤਾਂ ਆਉਂਦੀ ਨਹੀਂ ਸੀ। ਉਹ ਕਦੇ ਪੌ ਫੁੱਟਦੀ ਤੋਂ ਪਹਿਲਾਂ ਹੀ ਮੰਜਾ ਛੱਡ ਦਿੰਦਾ, ਖੇਤਾਂ ਨੂੰ ਜੰਗਲ ਪਾਣੀ ਜਾਣ ਲਈ ਤੁਰ ਪੈਂਦਾ, ਰਾਤ ਦੇ ਘੁਸਮੁਸੇ 'ਚ ਕੋਈ ਦੂਰ ਖੜਾ ਛੋਟਾ ਦਰਖਤ ਔਰਤ ਦਾ ਰੂਪ ਧਾਰ ਲੈਂਦਾ, ਗਿੰਦਰ ਉੱਧਰ ਨੂੰ ਹੀ ਤੁਰ ਪੈਂਦਾ। ਉਹਨੂੰ ਕੋਈ ਭੁਲੇਖਾ ਨਾ ਰਹਿੰਦਾ ਤਾਂ ਉਸ ਰੁੱਖ ਦੀ ਨਿੱਕੀ ਡਾਹਣੀ ਨੂੰ ਹੱਥ ਪਾ ਕੇ ਉੱਥੇ ਹੀ ਖੜਾ ਰਹਿੰਦਾ। ਫੁੰਮਣ ਕੋਲ ਜਾ ਕੇ ਮੈਸਾਂ ਦੇ ਵਪਾਰ ਦੀਆਂ ਗੱਲਾਂ ਕਰਦਾ ਕਰਦਾ ਇੱਕ ਦਿਨ ਉਹ ਔਰਤ ਦੀ ਗੱਲ ਕਰਨ ਲੱਗਿਆ, ਓਏ ਗਿੰਦਰਾ ਹੁਣ ਸਬਰ ਕਰ, ਕੀ ਰਹਿ ਗਿਆ ਤੇਰੇ 'ਚ, ਬਥੇਰੇ ਰੰਗ ਦੇਖ ਲਏ ਤੂੰ, ਅੱਧੀ ਲੰਘ ਗਈ, ਥੋੜ੍ਹੀ ਰਹਿ ਗਈ ਭਾਈ। ਨਹੀਂ ਯਾਰ ਮੈਂ ਤਾਂ ਉਹੋ ਜਿਹਾ ਪਿਆ, ਭੋਰਾ ਫਰਕ ਨਹੀਂ, ਸਾਲਾਂ ਦੀ ਗਿਣਤੀ ਤਾਂ ਮੈਂ ਕਦੇ ਕੀਤੀ ਨਹੀਂ, ਢਾਂਡੀ ਵਾਲੀ ਆਣ ਹੈ ਸੌਂ ਗੁਰੂ ਦੀ। ਗਿੰਦਰ ਬੋਲਣ ਲੱਗਦਾ ਜਿਵੇਂ ਕੋਈ ਬੇਅਕਲ ਬੰਦਾ ਗੱਲਾਂ ਕਰਦਾ ਹੋਵੇ, ਮੈਸਾਂ ਨੂੰ ਛੱਡ ਕੇ ਤਾਂ ਹੁਣ ਫਿਰ ਔਰਤਾਂ ਦੇ ਵਪਾਰੀ ਬਣੀਏ। ਫੁੰਮਣ ਹੱਸਣ ਲੱਗਿਆ, ਹੋਰ ਯਾਰ ਕੇਰਾਂ ਤਾਂ ਇਹ ਕੰਮ ਤੈਨੂੰ ਕਰਨਾ ਪਊ, ਹੋਰ ਕਿਹਦੇ ਕੋਲ ਰੋਵਾਂ ਦੁੱਖ ਮੈਂ, ਓਏ ਮੈਂ ਤਾਂ ਭਾਈ ਪੁੱਜ ਕੇ ਦੁਖੀ ਹਾਂ, ਇੱਕ ਤਰ੍ਹਾਂ ਨਾਲ ਉਹ ਜਿਵੇਂ ਰੋਈ ਪਿਆ। ਫੁੰਮਣ ਨੇ 2-4 ਦਿਨ ਲਾ ਕੇ ਆਪਣੀਆਂ ਸਾਰੀਆਂ ਰਿਸ਼ਤੇਦਾਰੀਆਂ 'ਚ ਨਿਗਾਹ ਮਾਰੀ, ਜੇ ਭਲਾ ਕੋਈ ਤੀਵੀਂ ਗਿੰਦਰ ਨੂੰ ਰਾਸ ਆਉਂਦੀ ਹੋਵੇ, ਆਖਿਰ ਗਿੰਦਰ ਉਹਦਾ ਸਾਥੀ ਸੀ, ਉਹ ਗਿੰਦਰ ਦੇ ਦੁੱਖ ਨੂੰ ਜਾਣਦਾ ਸੀ ਅਤੇ ਉਹਦੀ ਮਦਦ ਕਰਨਾ ਚਾਹੁੰਦਾ ਸੀ। ਫੁੰਮਣ ਦੀ ਸੁਰਤ ਕੋਟ ਦੁੰਨੇ ਪਹੁੰਚੀ, ਫੁੰਮਣ ਦੀ ਉਹਨਾਂ ਦੇ ਘਰ ਪੁਰਾਣੀ ਕੋਈ ਸਕੀਰੀ ਸੀ ਬੁੜਿਆਂ ਦੀ, ਪਰ ਉਹ ਹਾਲੇ ਤੱਕ ਵੀ ਵਰਤਦੇ ਸੀ। ਇੱਕ ਦੂਜੇ ਦੀ ਗਮੀ ਸ਼ਾਦੀ 'ਚ ਆਉਣ ਜਾਣ ਸੀ, ਉਹਨਾਂ ਦੀ ਇੱਕ ਛੁੱਟੜ ਕੁੜੀ ਸੀ, ਉਮਰ 40 ਦੀ ਹੋ ਚੁੱਕੀ ਹੋਏਗੀ, ਸਹੁਰਿਆਂ ਨੇ ਉਹਨੂੰ ਬਦਚੱਲਣ ਸਮਝ ਕੇ ਛੱਡਤਾ ਸੀ, ਉਹਦੇ ਕੋਈ ਜਵਾਕ ਵੀ ਨਹੀਂ ਹੋਇਆ ਸੀ। ਅਸਲ ਕਾਰਨ ਤਾਂ ਇਹੀ ਸੀ ਕਿ ਉਹਦੇ ਕੋਈ ਜਵਾਕ ਨਾ ਹੋਣ ਕਰਕੇ ਉਹਨੂੰ ਸੰਡ ਸਮਝ ਲਿਆ ਸੀ, ਬਦਚੱਲਣ ਹੋਣ ਦਾ ਤਾਂ ਇੱਕ ਬਹਾਨਾ ਸੀ।
ਕਿਸੇ ਨੇ ਬਦ ਚੱਲਣ ਜਾਂ ਨੇਕ ਚੱਲਣ ਦਾ ਕੀ ਸਬੂਤ ਹੋ ਸਕਦਾ? ਕਿਸੇ ਵੀ ਔਰਤ ਨੂੰ ਇਹ ਦੋਸ਼ ਦਿੱਤਾ ਜਾ ਸਕਦਾ? ਨੇਕ ਚੱਲਣ ਦਾ ਵੀ ਕੋਈ ਸਬੂਤ ਨਹੀਂ ਹੁੰਦਾ। ਪਰਦੇ ਪਿੱਛੇ ਕਿੰਨਾ ਕੁਝ ਵਾਪਰ ਰਿਹਾ ਸੰਸਾਰ 'ਚ। ਬਸ ਇੰਨਾ ਜ਼ਰੂਰ ਹੈ ਕਿ ਮਿੰਦਰੋਂ ਸੁਭਾਅ ਦੀ ਖੁੱਲ੍ਹੀ ਸੀ। ਇਸ ਖੁੱਲ੍ਹੇ ਸੁਭਾਅ ਨਹੀਂ ਤਾਂ ਉਹਨੂੰ ਉਹਦੀਆਂ ਬੇੜੀਆਂ 'ਚ ਵੱਟੇ ਪਾਤੇ ਸੀ। ਸੋਹਣੇ ਦੰਦ ਹੱਸਣੋਂ ਨਾ ਰਹਿੰਦੇ। ਬਸ ਇਹੀ ਕਹਾਣੀ ਵਾਪਰੀ ਮਿੰਦਰੋਂ ਨਾਲ। ਅਗਲਿਆਂ ਨੇ ਛੱਡਤਾ ਸੀ ਉਹਨੂੰ, ਹੁਣ ਉਹ ਘਰ ਬੈਠੀ ਪ੍ਰਾਹੁਣੇ ਤੋਂ ਖਰਚਾ ਲੈ ਰਹੀ ਸੀ। ਫੁੰਮਣ ਨੇ ਤਾਂ ਮਿੰਦਰੋਂ ਦਾ ਭਲਾ ਹੀ ਕੀਤਾ ਸੀ। ਜਵਾਕ ਨਹੀਂ ਹੋ ਸਕਦਾ ਸੀ ਤਾਂ ਕੀ ਉਹਦਾ ਵਸੇਬਾ ਹੋ ਗਿਆ। ਗਿੰਦਰ ਨੂੰ ਜਵਾਕ ਦੀ ਉੱਕਾ ਹੀ ਲੋੜ ਨਹੀਂ ਸੀ, ਉਹਨੂੰ ਤਾਂ ਤੀਵੀਂ ਚਾਹੀਦੀ ਸੀ। ਤੀਵੀਂ ਉਹ ਮਿੰਦਰੋਂ ਉਹਦੇ ਲਈ ਵਧੀਆ ਸੀ। ਗਿੰਦਰ ਨੇ ਬੈਠਕ ਨੂੰ ਹੀ ਆਪਣਾ ਘਰ ਬਣਾ ਲਿਆ। ਬੈਠਕ 'ਚ ਦੋ ਮੰਜੇ ਵਧੀਆ ਡਹਿ ਸਕਦੇ ਸੀ। ਬੈਠਕ ਤੋਂ ਬਾਹਰ ਵਿਹੜੇ 'ਚ ਉਹਨੇ ਇੱਕ ਨਿੱਕੀ ਜਿਹੀ ਰਸੋਈ ਛੱਤ ਲਈ। ਨਹਾਉਣ ਧੋਣ ਲਈ ਇੱਕ ਬੈਠਕ ਦੇ ਖੂੰਜੇ ਚੱਕੀ ਦਾ ਪੁੜ ਧਰ ਲਿਆ। ਮਿੰਦਰੋਂ ਨਹਾਉਣ ਵੇਲੇ ਬਾਰਾਂ ਨੂੰ ਕੁੰਡੇ ਲਾ ਲੈਂਦੀ। ਗਿੰਦਰ ਤੇਲ ਸਮੋਸਾ ਬੰਨ੍ਹ ਕੇ ਨਹਾ ਲੈਂਦਾ ਸੀ। 5-7 ਦਿਨਾਂ ਅੰਦਰ ਹੀ ਉਹਨੇ ਮਿੰਦਰੋਂ ਲਈ ਸਭ ਭਾਂਡਾ ਟਿੰਡਾ ਇਕੱਠਾ ਕਰਤਾ। ਉਹ 2 ਵਾਰੀ ਬਰਨਾਲੇ ਵੀ ਗਏ। ਮਿੰਦਰੋਂ ਪੂਰੀ ਖੁਸ਼ ਸੀ। ਗੁਲਾਬ ਦੇ ਫੁੱਲਾਂ ਵਾਂਗ ਖੇੜੀ ਰਹਿੰਦੀ। ਉਹਨੂੰ ਬੰਦਾ ਚਾਹੀਦਾ ਸੀ। ਬੰਦਾ ਤਾਂ ਉਹਦੇ ਪੈਰਾਂ ਥੱਲੇ ਹੱਥ ਦਿੰਦਾ, ਉਹਦੀਆਂ ਪਤਲੀਆਂ ਚੱਟਣ ਤੱਕ ਜਾਂਦਾ। ਬੰਦਾ ਤਾਂ ਉਹਨੂੰ ਖਿਡੌਣਾ ਬਣਾ ਕੇ ਰੱਖਦਾ। ਦਿਨ ਰਾਤ ਇਵੇਂ ਹੀ ਰਹਿੰਦਾ। ਇਹ ਸਿਲਸਿਲਾ 5-7 ਸਾਲ ਹੀ ਚੱਲ ਸਕਿਆ। ਮਿੰਦਰੋਂ ਨੂੰ ਮਹਿਸੂਸ ਹੋਣ ਲੱਗਿਆ ਕਿ ਉਹ ਤਾਂ ਹਾਰ ਗਿਆ। ਦਿਨੇ ਦਿਨ ਥੋਥਾ ਬਣਦਾ ਜਾ ਰਿਹਾ। ਇੱਕ ਦਿਨ ਮਿੱਟੀ ਹੋ ਕੇ ਰਹਿ ਜਾਏਗਾ। ਉਹ ਸਾਰੀ ਉਮਰ ਉਹਦੇ ਨਾਲ ਨਹੀਂ ਨਿਭ ਸਕੇਗਾ। ਉਹ ਪਹਿਲਾਂ ਵੀ ਰੰਡੀ ਸੀ, ਫਿਰ ਵੀ ਰੰਡੀ। ਹਾਲੇ ਤਾਂ ਉਹਦੀ ਉਮਰ ਹੈ, ਉਹਨੂੰ ਛੱਡ ਕੇ ਕਿਉਂ ਨਾ ਹੋਰ ਕਿਧਰੇ ਆਪਣਾ ਟਿਕਾਣਾ ਕਰ ਲਵੇ। ਜਿਹੜੇ ਕੰਮ ਨੂੰ ਗਿੰਦਰ ਉਹਨੂੰ ਲੈ ਕੇ ਆਇਆ ਸੀ, ਇਹ ਕੰਮ ਤਾਂ ਉਹ ਹੋਰ ਕਈ ਸਾਲ ਕਿਸੇ ਦਾ ਸਾਰ ਸਕਦੀ ਸੀ। ਕੁਝ ਦਿਨ ਤਾਂ ਮਿੰਦਰੋਂ ਉਹਨੂੰ ਹੋਰ ਪਰਖਦੀ ਰਹੀ। ਅਖੀਰ ਇੱਕ ਦਿਨ ਸਵੇਰੇ ਮੂੰਹ ਨੇਰੇ ਪਾਣੀ ਦੀ ਗੜਵੀ ਲੈ ਕੇ ਘਰੋਂ ਬਾਹਰ ਗਈ, ਫੇਰ ਮੁੜ ਕੇ ਨਹੀਂ ਆਈ। ਮਿੰਦਰੋਂ ਗਈ ਤਾਂ ਗਿੰਦਰ ਨੇ ਉਹਦੀ ਕਿਧਰੇ ਭਾਲ ਨਹੀਂ ਕੀਤੀ। ਉਹ ਆਪਣੀ ਬੈਠਕ ਅੰਦਰ ਹੀ ਸਾਰਾ ਸਾਰਾ ਦਿਨ ਬਿਮਾਰਾਂ ਵਾਂਗ ਪਿਆ ਰਹਿੰਦਾ, ਕਿਸੇ ਨੂੰ ਨਾ ਕੁਝ ਦੱਸਦਾ ਨਾ ਸੁਣਦਾ। ਮੁੰਡਿਆਂ ਦੇ ਕਹੇ ਤੋਂ ਨੂੰਹਾਂ ਉਹਨੂੰ ਚਾਹ ਦੇ ਜਾਂਦੀਆਂ, ਰੋਟੀ ਦੇ ਜਾਂਦੀਆਂ, ਨੀਵੀਂ ਪਾ ਕੇ ਚਾਹ ਰੋਟੀ ਫੜ ਲੈਂਦਾ। ਮਿੰਦਰੋਂ ਗਿੰਦਰ ਨੂੰ 1 ਸਾਲ ਪਹਿਲਾਂ ਹੀ ਆਖਣ ਲੱਗ ਪਈ ਸੀ ਕਿ ਉਹਦੇ 'ਚ ਹੁਣ ਕੁਝ ਨਹੀਂ ਰਿਹਾ, ਐਵੇਂ ਦੀਆਂ ਟੱਕਰਾਂ ਨੇ। ਮੈਂ ਇੱਥੇ ਕਿਤੇ ਤੇਰੀਆਂ ਰੋਟੀਆਂ ਖਾਣ ਆਈ, ਮੈਨੂੰ ਕੋਈ ਵੇਲ ਤੂੰਬੜੀ ਲੱਗੀ ਹੁੰਦੀ ਫਿਰ ਵੀ ਪੈਰਾਂ 'ਚ ਬੇੜੀਆਂ ਸਮਝ ਕੇ ਬੈਠੀ ਰਹਿੰਦੀ। ਮੈਂ ਤੇਰੇ ਇਸ ਘੁਰਨੇ 'ਚ ਮੇਰੀ ਦੇਹ ਨੂੰ ਨਿੱਤ ਜੂਠੀ ਕਰਦਾ। ਗਿੰਦਰ ਨਮੋਸ਼ੀ ਦਾ ਤਾਂ ਪੂਰੀ ਮੰਨਦਾ, ਪਰ ਬੇਸ਼ਰਮੀ ਦੇ ਤਾਣ ਅਗਲੇ ਦਿਨ ਫਿਰ ਉਹਦੇ ਸਿਰਾਣੇ ਖੜਾ ਹਿਣਕਣ ਲੱਗਦਾ। ਗਿੰਦਰ 15 ਦਿਨ ਘਰੋਂ ਬਾਹਰ ਨਹੀਂ ਗਿਆ। ਇੱਕ ਦਿਨ ਪੁੰਮਣ ਆਇਆ ਅਤੇ ਉਹਨੂੰ ਹੌਸਲਾ ਦੇ ਕੇ ਆਪਣੇ ਨਾਲ ਹੀ ਘਰ ਨੂੰ ਲੈ ਗਿਆ। ਉਹਨੂੰ ਸਮਝਾਉਣ ਲੱਗਿਆ, ਉਹ ਕੰਜਰਾ, ਮੈਂ ਤਾਂ ਤੈਨੂੰ ਪਹਿਲਾਂ ਕਹਿੰਦਾ ਸੀ ਬਈ ਹੁਣ ਸਬਰ ਕਰ, ਪਰ ਤੂੰ ਭਾਈ ਟਲਿਆ ਨਹੀਂ। ਤੇਰੀ ਉਮਰ ਹੁਣ ਢਲਦਾ ਪਰਛਾਵਾਂ ਹੈ ਭਾਈ। ਜਦੋਂ ਤੂੰ ਉਹਦੇ ਬਰੋਬਰ ਮੜਿਕ ਨਹੀਂ ਸਕਿਆ, ਉਹਨੇ ਫਿਰ ਜਾਣਾ ਹੀ ਸੀ। ਹੁਣ ਮਨ ਨੂੰ ਸਮਝਾ, ਛੋਟੇ ਭਾਈ ਚੱਲ ਚੱਲੀਏ ਕਿਤੇ ਕੋਈ ਸੌਦਾ ਕਰੀਏ। ਧਨੌਲੇ ਦੀ ਮੰਡੀ ਪੂਰੀ ਭਰੀ ਹੋਈ ਸੀ ਉਹਨਾਂ ਦਿਨਾਂ 'ਚ। ਉਹ ਰੋਟੀ ਪਾਣੀ ਛੱਕ ਕੇ ਧਨੌਲੇ ਨੂੰ ਤੁਰ ਪਏ। 2 ਦਿਨ ਮੈਸਾਂ ਦੀਆਂ ਦਲਾਲੀਆਂ ਕਰਦੇ ਰਹੇ। ਗਿੰਦਰ ਪਸ਼ੂਆਂ ਦੀ ਮੰਡੀ 'ਚ ਜਾ ਕੇ ਜਿਵੇਂ ਮਿੰਦਰੋਂ ਨੂੰ ਭੁੱਲਦਾ ਜਾ ਰਿਹਾ ਹੋਵੇ। ਕਦੇ ਇਕੱਲਾ ਬੈਠਾ ਥੁੱਕ ਕੇ ਗਾਲ ਕੱਢਦਾ, ਮੈਸ ਸੀ ਕੰਜਰ ਦੀ। ਉਹ ਮੰਡੀ ਉਹ ਮੁੜੇ ਤਾਂ ਗਿੰਦਰ ਦਾ ਮਨ ਕੁਝ ਹਲਕਾ ਸੀ, 4 ਪੈਸੇ ਵੀ ਕਮਾ ਲਿਆਏ ਸੀ। ਜਦੋਂ ਮਿੰਦਰੋਂ ਇੱਥੇ ਸੀ, ਉਹ ਫੁੰਮਣ ਨਾਲ ਇੱਧਰ ਉੱਧਰ ਨੇੜੇ ਦੀਆਂ ਮੰਡੀਆਂ ਉੱਤੇ ਜਾਂਦਾ ਹੁੰਦਾ, ਪਰ ਕਦੇ ਰਾਤ ਬਾਹਰ ਨਹੀਂ ਕੱਟੀ, ਹਮੇਸ਼ਾ ਪਿੰਡ ਆ ਕੇ ਰਾਤ ਕੱਟਦਾ। ਮਿੰਦਰੋਂ ਉਹਨੂੰ ਉਡੀਕ ਰਹੀ ਹੁੰਦੀ। ਬੈਠਕ ਦਾ ਗਲੀ ਵਾਲਾ ਬਾਰ ਖੋਲ੍ਹ ਕੇ ਬਾਹਰ ਝਾਕਦੀ, ਪਰ ਹੁਣ ਜਦੋਂ ਮਿੰਦਰੋਂ ਇੱਥੇ ਨਹੀਂ ਸੀ, ਉਹ 4-4 ਰਾਤਾਂ ਕਿੱਧਰੋਂ ਮੁੜਦਾ ਹੀ ਨਹੀਂ ਸੀ। ਉਹਨੂੰ ਪਤਾ ਸੀ ਧਰਮਗੜ ਉਹਨੂੰ ਕੋਈ ਨਹੀਂ ਉਡੀਕਦਾ। ਉਹਨੂੰ ਲੱਗਦਾ ਜਦੋਂ ਆਪਣੇ ਘਰ ਹੁੰਦਾ, ਨੂੰਹਾਂ ਉਹਨੂੰ ਕੁੱਤੇ ਵਾਂਗ ਰੋਟੀ ਪਾ ਦਿੰਦੀਆਂ। ਮੁੰਡੇ ਤਾਂ ਸਾਲੇ ਮੇਰੇ ਬੋਲਦੇ ਹੀ ਨਹੀਂ, ਤਿੰਨੇ ਨਹੀਂ ਝਾਕਦੇ। ਉਹ 2 ਸਾਲਾਂ ਤੋਂ ਵੱਧ ਪਿੰਡ ਨਹੀਂ ਰਹਿ ਸਕਿਆ, ਜਿਵੇਂ ਧਰਮਗੜ ਹੁਣ ਉਹਨੂੰ ਝੱਲਦਾ ਨਾ ਹੋਵੇ। ਮਾਨਸਾ ਕੈਂਚੀਆਂ ਕੋਲ ਖਿਆਲੇ ਵਾਲੇ ਪਾਸੇ ਟਿੱਬਿਆਂ ਦੀ ਜ਼ਮੀਨ ਸੀ। ਮਾਨਸਾ ਦੇ ਇੱਕ ਧਰਮੀ ਮਹਾਜਨ ਨੇ ਟਿੱਬੇ ਮੁੱਲ ਲੈ ਕੇ ਪੱਧਰ ਕਰਵਾਏ ਅਤੇ ਉੱਥੇ ਗਊਸ਼ਾਲਾ ਖੋਲ੍ਹਤੀ। ਪਹਿਲਾਂ ਤਾਂ ਥੋੜ੍ਹੀਆਂ ਹੀ ਰਿਆਂ ਢਾਂਡੀਆਂ ਸਨ, ਪਰ ਫਿਰ ਪਿੰਡਾਂ ਦੇ ਲੋਕ ਅਵਾਰਾ ਗਊਆਂ ਲਿਆ ਕੇ ਛੱਡਣ ਲੱਗੇ। ਦਾਨੀ ਸੱਜਣ ਵੀ ਉਮੜ ਪਏ। ਤੂੜੀ ਦੀਆਂ ਟਰਾਲੀਆਂ ਆਉਣ ਲੱਗੀਆਂ, ਹਰਾ ਚਾਰਾ ਆਉਂਦਾ, ਕੁਤਰੇ ਦੀਆਂ ਮਸ਼ੀਨਾਂ ਲੱਗ ਗਈਆਂ, ਆਟੇ ਦਾਣੇ ਦੀਆਂ ਬੋਰੀਆਂ ਸੁੱਟ ਜਾਂਦਾ ਕੋਈ। ਗਊਆਂ ਸਾਂਭਣ ਵਾਲੇ ਕਈ ਸੀ। ਗਿੰਦਰ ਗਿਆ ਤਾਂ ਦੂਜੇ ਪਾਲੀਆਂ ਨੂੰ ਮੱਤਾਂ ਦੇਣ ਲੱਗਿਆ। ਲਾਲਾ ਵੀ ਉਸ ਦਿਨ ਉੱਥੇ ਹੀ ਸੀ। ਉਹਨੂੰ ਗਿੰਦਰ ਸਿਆਣਾ ਲੱਗਿਆ, ਉਹਨੂੰ ਵੀ ਰੱਖ ਲਿਆ। ਕੀ ਕੰਮ ਕਰਦਾ ਰਿਹਾ ਭਾਈ? ਲਾਲਾ ਕਿਰਪਾ ਸਾਗਰ ਉਹਦੇ ਬਾਰੇ ਜਾਣਕਾਰੀ ਲੈ ਰਿਹਾ ਸੀ। ਮੈਂ ਤਾਂ ਲਾਲਾ ਜੀ ਸੀਰ ਹੀ ਰਿਹਾ ਸਾਰੀ ਉਮਰ, ਜੱਟਾਂ ਦਾ ਰਾਮਦਾਸੀਆ ਹੁੰਦਾ। ਫਿਰ ਮੈਸਾਂ ਦੀ ਦਲਾਲੀ ਕੀਤੀ, ਕਈ ਸਾਲ ਮੰਡੀਆਂ 'ਤੇ ਜਾ ਕੇ। ਬਾਲ ਬੱਚਾ ਸਭ ਕੁਛ ਹੈ ਮੇਰੇ, 3 ਮੁੰਡੇ ਨੇ ਵਿਆਹੇ, ਵਰੇ ਸਭ ਕੁਛ ਰੰਗ ਭਾਗ ਲੱਗਿਆ ਹੋਇਆ।
पर मैं घरे वेला बैठा रोटी नहीं खा सकता। गिंदर ने अपना सारा चिट्ठा खोल के सुना दिता। दो कु सालां दे अंदर अंदर गिंदर नूं गऊशाला दा सब कुछ संभाल दिता गया। वह चाहे अनपढ़ सी पर सारा हिसाब किताब रखता। पालियां चों एक पाली अठ जमाता पढ़िया सी, वह तो अपनी डायरी च लिखवाउंदा रहिंदा। गऊआं दा दुध आथन सवेर वेचिया जांदा सी। पाली गऊआं चों दिंदे दुध मिण मिण के गिंदर गाहकां नूं आप दिंदा। नगद पैसिया वाले गाहक घट आउंदे, महीने दे महीने हिसाब करके पैसे देने वाले बहुते सी। पिंडां दे लोक आउंदे ते मानसा शहर दे भी, जिन्हां नूं मझ दा दुध हजम नहीं हुंदा सी उन्हां नूं गां दा दुध गुणकारी सी। मरीजां लई ते बच्चियां लई वैद हकीम गां दा दुध पीण नूं आखदे। लोक तां गोमूत्र भी लैण आउंदे, जिहदा गिंदर कोई पैसा नहीं सी लैंदा। गोहे दीआं पातियां पत्तियां जांदियां। जदों लाला किरपा सागर गेड़ा मारदा, गिंदर उहनूं पैसे पैसे दा हिसाब दिंदा सी। पालियां दी तनखाह सी, गिंदर दी तनखाह भी सी, जिन्हों वाधू ही समझदा सी की करने सी पैसे। उन्हें खाण पीन पहनण सब लाले दे सिरों सी। रूप चंद स्कूल लैक्चरर वजो रिटायर होया सी। पिछले दिनों च मानसा दे सरकारी सीनियर सैकेंडरी स्कूल च सी। उत्थे उह कई साल रहा सी, उसे स्कूल चों रिटायर होया। मंडी च खासी वाकफियत हो जाण करके उन्हें आखिरी उम्र विच अपना मकान भी मानसा ही बना लिया। कोट रैड उत्ते गुरु गोबिंद सिंह नगर च ट्यूशन का काम कदों का छड रखिया सी। उहदे बस दो ही शौक सी, एक दा पंजाबी दे नावल पढ़ना, दूजियां भाषावां दे पंजाबी अनुवाद भी पढ़दा। पंजाबी च अनुवाद होए उहनूं लगभग सारे रूसी नावल पढ़े सी। दूजा शौक भी नेड़े तेड़े दे पिंडां च घूमना फिरना, साक्सकीरियां च जाणा। उहदे कोल राजदूत मोटरसाइकल सी, इह राजदूत ही उहदे लई सब कुछ सी। उह 50-60 मील जा के आथण नूं घर आ जांदा। महीने जां 2 महीनिआं बाद धर्मगढ़ दा गेड़ा जरूर मारदा। उहदे हाणी ते उह तों वड्डे बंदे उहनूं डेकदे रहिंदे। अपने पिंड जा के उहनूं मानसिक तसली मिलदी। उहनां दे अगवाड़ दीआं बुढ़ियां मिलदियां तां खड़ा आ के उहदे जवाकां दा हाल चाल पुछदियां। कोई तां उहनूं अपने घर लै जांदी ते बहू नूं कहि के उहनूं चाह पिआउंदी। हर बुढ़ी चों उहनूं अपनी मां ईसरी दा रूप दिसदा। एक दिन रूपचंद ने सुनिया कि मानसा कैंचियां कोल जो वड्डी गऊशाला है उहदा मुख प्रबंधक तुहाड़े धर्मगढ़ दा कोई रामदासी है। उहनूं तां चाह चढ़ गया। सवेर दा नाश्ता करन बाद उहने चुकिया अपना राजदूत ते चल पिया मानसा कैंचियां नूं। बाहरों तां टिब्बे टिब्बे दिसदे सी, चार दुआरी दे अंदर रौनकां लगियां सी। गऊआं दी कुरबल कुरबल सी, ठठे बड़कां मारदे गऊआं रंभदियां, नवीआं वैड़ां दे पिट्ठे सुंघदे ठठे ठां ਤਾਂ ਮੂੰਹ ਚੱਕ ਕੇ ਸੂਰਜ ਨੂੰ ਭਾਈਵਾਲ ਬਣਾਉਣ ਦੀ ਕੋਸ਼ਿਸ਼ ਕਰਦੇ। ਵਰਾਂਡੇ 'ਚ ਇੱਕ ਪਾਸੇ ਖੜਾ ਗਿੰਦਰ ਦੂਰ ਗਊਆਂ ਵੱਲ ਮੂੰਹ ਚੱਕ ਕੇ ਝਾਕ ਰਿਹਾ ਸੀ। ਰੂਪਚੰਦ ਨੇ ਉਹਨੂੰ ਝੱਟ ਪਛਾਣ ਲਿਆ ਅਤੇ ਹੱਥ ਮਿਲਾ ਕੇ ਉਹਦਾ ਹਾਲ ਚਾਲ ਪੁੱਛਣ ਲੱਗਿਆ। ਗਿੰਦਰ ਨੇ ਵੀ ਉਹਨੂੰ ਪਹਿਲੀ ਨਜ਼ਰ ਹੀ ਪਛਾਣ ਲਿਆ ਸੀ। ਲੋਹੇ ਦੇ ਵੱਡੇ ਚੁੱਲ੍ਹੇ 'ਤੇ ਚਾਹ ਦਾ ਦੇਗਾ ਉੱਬਲ ਰਿਹਾ ਸੀ। ਗਿੰਦਰ ਦੇਗੇ ਨੂੰ ਪੌਣਾ ਕੁ ਪਾਣੀ ਦਾ ਭਰ ਕੇ ਉਹਦੇ 'ਚ ਇਕੱਠਾ ਹੀ ਗੁੜ ਸੁਟਵਾ ਦਿੰਦਾ ਸੀ ਅਤੇ ਵੱਡੀ ਪੱਤੀ ਦੀ ਚਾਹ ਖੱਦਾ ਪਏ ਤੋਂ ਦੇਗੇ ਨੂੰ ਦੁੱਧ ਨਾਲ ਭਰ ਦਿੰਦਾ। ਗਊਸ਼ਾਲਾ 'ਚ ਸਵੇਰ ਤੋਂ ਸ਼ਾਮ ਤੱਕ ਜਿੰਨੇ ਵੀ ਲੋਕ ਆਉਂਦੇ ਸਾਰਿਆਂ ਲਈ ਚਾਹ ਦਾ ਸਦਾ ਵਰਤ ਲੱਗਿਆ ਰਹਿੰਦਾ। ਪਿੱਤਲ ਦੇ ਛੋਟੇ ਗਲਾਸਾਂ ਦਾ ਢੇਰ ਹੁੰਦਾ ਸੀ, ਸਭ ਨੂੰ ਅੱਧਾ ਗਲਾਸ ਮਿਲਦਾ। ਚਾਹ ਪੀ ਕੇ ਗਲਾਸ ਆਪ ਧੋਣਾ ਅਤੇ ਮਾਂਜਣਾ ਸਵਾਰਨਾ ਹੁੰਦਾ ਸੀ। ਜਦੋਂ ਰੂਪਚੰਦ ਗਿਆ ਸੀ, ਵਰਾਂਡੇ 'ਚ 5-7 ਬੰਦੇ ਬੈਠੇ ਚਾਹ ਪੀ ਰਹੇ ਸੀ। ਚਾਹ ਦਾ ਅੱਧਾ ਗਲਾਸ ਗਿੰਦਰ ਨੇ ਰੂਪ ਨੂੰ ਵੀ ਦਿੱਤਾ। ਗੁੜ ਦੀ ਚਾਹ ਉਹਨੂੰ ਹੋਰੂ ਹੋਰੂ ਲੱਗੀ ਪਰ ਸਵਾਦ ਸੀ। ਉਬਲਦੇ ਦੇਗੇ 'ਚ ਥੋੜ੍ਹਾ ਲੂਣ ਵੀ ਸੁੱਟ ਦਿੰਦੇ ਸੀ। ਰੂਪਚੰਦ ਵੀ ਦੂਜਿਆਂ ਵਾਂਗ 2 ਇੱਟਾਂ ਲੈ ਕੇ ਬੈਠ ਗਿਆ ਅਤੇ ਚਾਹ ਪੀਣ ਲੱਗਿਆ। ਉਹਨੇ ਚੋਰ ਅੱਖ ਨਾਲ ਦੇਖਿਆ, ਗਿੰਦਰ ਖਾਸਾ ਬੁੜਾ ਹੋ ਗਿਆ ਸੀ। ਉਹਦੀ ਦਾੜ੍ਹੀ ਮੁੱਛ ਤਾਂ ਚਿੱਟੀ ਸੀ, ਅੱਖਾਂ ਦੀਆਂ ਸੇਲੀਆਂ ਵੀ ਬੱਗੀਆਂ ਹੋ ਚੁੱਕੀਆਂ ਸੀ। ਬਾਹਾਂ ਉੱਤੇ ਵਾਲ ਬੱਗੇ ਸੀ, ਟੰਗਾਂ ਦੇ ਵਾਲ ਵੀ। ਉਹਦੇ ਗੋਡੇ ਵਿੰਗੇ ਹੋ ਚੁੱਕੇ ਸੀ ਵੱਡੇ ਪੈਰਾਂ ਕਰਕੇ। ਉਹ ਜਵਾਨੀ ਵੇਲੇ ਵੀ ਝੂਟੇ ਜਿਹੇ ਮਾਰ ਕੇ ਤੁਰਦਾ ਹੁੰਦਾ ਸੀ। ਹੁਣ ਗੋਡਿਆਂ ਕਰਕੇ ਉਹਨੂੰ ਤੁਰਨਾ ਫਿਰਨਾ ਹੋਰ ਵੀ ਮੁਸ਼ਕਲ ਸੀ, ਪਰ ਦੰਦ ਕਾਇਮ ਸੀ। ਉਹ ਜਦੋਂ ਬੋਲਦਾ ਸੀ ਚਿੱਟੇ ਚਿੱਟੇ ਦੰਦ ਸਾਰੇ ਦਿਸਦੇ। ਰਸਮੀ ਜਿਹੀਆਂ ਗੱਲਾਂ ਤਾਂ ਉੱਥੇ ਹੀ ਹੋ ਗਈਆਂ ਸੀ। ਰੂਪਚੰਦ ਨੇ ਦੱਸਿਆ ਸੀ ਕਿ ਉਹ ਹੁਣ ਰਿਟਾਇਰ ਹੋ ਕੇ ਮਾਨਸਾ ਰਹਿੰਦਾ, ਧਰਮਗੜ੍ਹ ਤਾਂ ਕਦੇ ਕਦੇ ਜਾਇਆ ਜਾਂਦਾ। ਗਿੰਦਰ ਦੀਆਂ ਗੱਲਾਂ ਤੋਂ ਪਤਾ ਲੱਗਿਆ ਕਿ ਉਹਨੂੰ ਇੱਥੇ ਗਊਸ਼ਾਲਾ 'ਚ ਆਏ ਨੂੰ 7 ਸਾਲ ਹੋ ਗਏ। ਉਹ ਕਦੇ ਵੀ ਧਰਮਗੜ੍ਹ ਨਹੀਂ ਗਿਆ। ਕਦੇ ਕਦੇ ਕੋਈ ਪਿੰਡ ਦਾ ਬੰਦਾ ਮਿਲਦਾ ਤਾਂ ਪਿੰਡ ਦੀ ਖਬਰ ਸਾਰ ਦੇ ਜਾਂਦਾ। ਆਖ ਰਿਹਾ ਸੀ, ਬਸ ਇੱਥੇ ਹੀ ਹਾਂ, ਮੈਂ ਤਾਂ ਆਨੰਦ ਬੀਤ ਰਿਹਾ। ਚੁੱਲ੍ਹੇ 'ਚੋਂ ਕੋਲਿਆਂ ਦੀ ਅੱਗ ਬਾਹਰ ਕੱਢ ਕੇ ਗਿੰਦਰ ਨੇ ਇੱਕ ਛੋਟੇ ਪਤੀਲੇ 'ਚ ਖਾਸਾ ਸਾਰਾ ਦੁੱਧ ਤੱਤਾ ਕੀਤਾ। ਫਿਰ ਪਤੀਲੇ ਨੂੰ ਚੁੱਕ ਕੇ ਪੌੜੀਆਂ ਚੜ੍ਹਨ ਲੱਗਿਆ। ਰੂਪਚੰਦ ਨੂੰ ਕਿਹਾ, ਉੱਤੇ ਆ ਜਾ, ਉੱਤੇ ਬਹਿ ਕੇ ਗੱਲਾਂ ਕਰਦੇ ਹਾਂ। ਵਰਾਂਡੇ ਦੇ ਕਿਨਾਰੇ ਛੱਤ ਉੱਤੇ ਇੱਕ ਛੋਟਾ ਚੁਬਾਰਾ ਸੀ। ਚੁਬਾਰੇ 'ਚ 2 ਮੰਜੇ ਬਰੋਬਰ ਡਾਏ ਸੀ।
एक खाली सी, दूजे ते बिस्तरा विछिया सी। बिस्तरे तो लगता सी जिवें उह हमेशा विछिया रहिंदा होएगा। गिंदर ने रूपचंद नूं खाली मंजे ते बिठाता ते आप कंध दे उच्चे आले च एक पोटली कढ लिया। इस पोटली च दाणा खंड दा कसमैला जिहा लफाफा सी। खंड दीआं दो लप्पां उहने पतीले दे दुध च पाईआं ते दुध नूं कड़छी नाल हिलाउण लग्गिआ। फिर दुध दीआं दो बाटियां भर लईआं। एक बाटी रूपचंद दे मंजे कोल रख के कहिंदा, मखिया मास्टर नूं पक्के मिठे वाला दुध पियाने आ, थले गुड़ दी चाह दा तां कोई सुआद नहीं आया होना। पिंड कदों गया सी, गिंदर ने पुछया। परसों ही जाके आया, रूपचंद ने दस्सिया। वेड़े कन्नी भी चक्कर मारदा हुंना कदे? हाँ, पर कदे कदे। उन्हां दा की हाल है साड्यां दा? तू नहीं गया पिंड? दस्सिया तां है, मैं 7 साल तो इत्थे हाँ। ना, मैं नहीं जांदा पिंड। क्यों? उह मुंडे ते उह जा नहीं करदे। फिर आपां वी किनारा कर लिया। रूपचंद ने दुध पी लिया सी। गिंदर दी बाटी उवें जिवें पई सी। आखदा सी उह ठंडा होए तो पीएगा। उहदे दंद कमज़ोर हो चुके हन, देखण नूं तां कायम लगदे आ, पर बहुती गर्म बहुती ठंडी चीज़ झली नहीं जांदी। अंदरों खोखले ने, अन्न फस जांदा। जोगिंदर सिंह उह गुरदेव पटवारी दी माँ सी ना, उह रूपचंद ने गल पूरी नहीं कीती। उह विच ही बोल पिया, कानू मास्टर मास्टर जख्म उचेड़ना, तैनू सब पता है नाले। हमीरो दा जिक्र सुन के गिंदर मोम वांग पिघलन लग पिया। फिर कहिंदा, हाँ की हो गया उहनूं? उहदा की हाल है? तूं तां पिंड जाके आया। उह पूरी हो गई, रूपचंद ने दस्सिया। गिंदर एक वार तां उहदे वल गौह नाल झाकिया, फिर दाढ़ी खुरचदा चुबारे की कंध वल झाकण लग पिया। झाकदा ही रहा, दुध की बाटी चुकी ते कहिंदा, लै मास्टर तू होर लै, मैथों इन्ना पीता नहीं जाना। रूपचंद ने उहदी गल मूड़ी नहीं। गिंदर ने बाकी बचदे दुध की बाटी परां किधरे धरती। रूप ने पिंड दीआं एक दो होर गल्लां कीतीआं, पर उहने हुंगारा नहीं भरिया। चुप कीता, पाटियां पाटियां अखां नाल इधर उधर ही झाकदा रहा। रूपचंद ने मानसा नूं मुड़ना सी। धन्नवाद। अगला अंग है दसौंदी नंबरदार। रियासतां वेले पिंड दे दो नंबरदार सन। आजादी तो बाद जदों रियासतां टुटियां तां सरकार वल्लों 6 नंबरदार होर बना दित्ते गए। धर्मगढ़ पिंड दे 8 अगवाड़ सन। हर अगवाड़ दा अपना एक नंबरदार उसी अगवाड़ विचों। उहनां दी अगवाड़ दा नवां नंबरदार दसौंदी सिंह नूं बनाया गया। यह नंबरदार बनाउण दा पता नहीं की आधार सी। पिंड चों पटवारियां ते पुलिस महकमे दीआं रिपोर्टां गईआं होणगीआं। पुराने नंबरदारां दी सलाह लई गई होएगी। एक गल तां जरूर देखी गई होएगी कि शरीफ खानदान होवे। दसौंदी सिंह दा टब्बर वाकई शरीफ मन्निया जांदा सी। उन्हां दे बंदे ने कदे कुत्ते दे सोटी नहीं मारी सी। किसी नाल कोई लड़ाई झगड़ा नहीं कीता सी। दसौंदी सिंह दा प्यो अत दर्जे दा शरीफ बुढ़ा सी। फिर दसौंदी सिंह आप भी अपने प्यो उत्ते गया सी। उही आदतां उही खाण पीण, बस खेतां वल ध्यान। दसौंदी सिंह दा मुंडा ध्यानां दा जमा ही साध सी। उह शरीर दा मोटा सी, गुब्बण जिहा, बस निरा साध लगदा। जवान हो के भी सारा सारा दिन साध दे डेरे बैठा करदा। साध संगत दे जूठे भांडे मांजदा, बाबियां कोल बैठे बंदियां दे जोड़े साफ करदा। ध्याना तां डेरे ही अन्न पाणी छक लैंदा सी। घर तां बस रात नूं सौण आउंदा। दसौंदी जदों नंबरदार बणिया, उन्होंने खेती दा काम छड्ड दित्ता, बल्द वेच दित्ते। फिर थोड़े सालां बाद हल पंजालियां वी। ध्याने ने भी खेती वल ध्यान नहीं दित्ता सी। उह तां अपने खेत भी नहीं जांदा सी, दसौंदी हिस्से उत्ते जमीन दिंदा। नंबरदार बनाउण वेले इह वी देखिया गया होएगा कि उन्हां कोल जमीन जायदाद चंगी होवे, ताकि वक्त पैण ते नंबरदार सरकार दी मदद कर सके। उन्हां कोल 28 कुमान जमीन सी। दसौंदी सिंह शुद्ध अनपढ़ सी। उन्हां वेले कित्थे स्कूल सी? इत्थे धर्मगढ़ च डेरे च गुरमुखी दे अक्खर सिखाए जांदे, धरती दे कानियां नाल लिख लिख। दसौंदी नूं अक्खर सिखण दी की लोड़ सी? उह तां खेती करदे सी। खेती दे काम च उन्हीं दिनी अक्खरां दी की लोड़ सी? छोटियां जातां दे मुंडे डेरे पढ़न जांदे, जां जट्टां दीआं कुड़ियां जिन्हां लई 5 ग्रंथी दा पाठ सब तों उच्ची पढ़ाई सी। हुण दसौंदी जदों नंबरदार बणिया तां चांदी दी छाप विच इक पत्थर दा नग जड़ाया गया। पत्थर दे नग च खुदिया होया सी उर्दू अक्खरां च, नंबरदार दसौंदी सिंह, मोर छाप, साकनगढ़, धर्मगढ़। इह छाप उह खब्बे हत्थ दी चीची नाल लगदी उंगली च पा के रखदा सी। किसी के कागजां ते गवाही पाउणी हुंदी तां अपनी उंगल विचों मोर छाप कढ के फड़ा दिंदा। पढ़िया लिखिया कोई भी बंदा पत्थर दे नग नूं काली स्याही नाल लबेड़दा, उहनूं कागज़ उत्ते ठप दिंदा। पत्थर दे नग च पुठे अक्खर सन जिहड़े कागज़ उत्ते सिद्धे छप जांदे, नंबरदार दसौंदी सिंह, मोर छाप, साकन, धर्मगढ़।
ਦਸੌਂਦੀ ਸਿੰਘ ਬੜਾ ਚੇਤਨ ਮਨੁੱਖ ਸੀ, ਬੜਾ ਚਲਾਕ ਤੇ ਹੁਸ਼ਿਆਰ। ਉਹਦੀ ਮੋਹਰ ਛਾਪ ਕਾਗਜ਼ ਉੱਤੇ ਲੱਗ ਚੁੱਕੀ ਹੁੰਦੀ ਤਾਂ ਝੱਟ ਅਗਲੇ ਦੇ ਹੱਥੋਂ ਉਹਨੂੰ ਫੜ ਲੈਂਦਾ ਤੇ ਕੱਪੜੇ ਨਾਲ ਸਾਫ਼ ਕਰਕੇ ਖੱਬੇ ਹੱਥ ਦੀ ਚੀਚੀ ਨਾਲ ਲੱਗਦੀ ਉਂਗਲੀ 'ਚ ਉਹਨੂੰ ਅੜੁੰਗ ਲੈਂਦਾ। ਦਸੌਂਦੀ ਸਿੰਘ ਦੀ ਮੋਹਰ ਛਾਪ ਵਿੱਚ ਜਿਵੇਂ ਉਹਦਾ ਸਮੁੱਚਾ ਵਜੂਦ ਮਹਿਫੂਜ਼ ਹੋਵੇ, ਇਹ ਮੋਹਰ ਛਾਪ ਹੀ ਅਸਲ 'ਚ ਉਹਦੀ ਨੰਬਰਦਾਰੀ ਸੀ। ਨੰਬਰਦਾਰ ਦਾ ਮੁੱਖ ਕੰਮ ਸੀ ਜੱਟਾਂ ਤੋਂ ਜ਼ਮੀਨ ਦਾ ਮਾਮਲਾ ਉਗਰਾਉਣਾ, ਸੇਂਜੂ ਜ਼ਮੀਨਾਂ ਦਾ ਬਿਆਨਾ ਉਗਰਾਉਣਾ। ਗੁਰਦਾਵਰ ਦਾ ਕੰਮ ਸੀ ਸਰਕਾਰ ਜ਼ਮੀਨ ਉੱਤੇ ਇੱਕ ਤਰ੍ਹਾਂ ਦਾ ਟੈਕਸ ਲਾਉਂਦੀ, ਜਿਹਨੂੰ ਮਾਮਲਾ ਕਿਹਾ ਜਾਂਦਾ। ਇਸ ਮਾਮਲੇ ਦੀ ਉਗਰਾਈ ਨੰਬਰਦਾਰ ਕਰਦੇ ਸਨ। ਪੁਰਾਣੇ ਸਮਿਆਂ 'ਚ ਗੱਲਾਂ ਸੁਣਦੇ ਸਾਂ ਕਿ ਅਕਾਲ ਪੈ ਜਾਂਦਾ, ਮੀਂਹ ਨਹੀਂ ਪੈਂਦਾ, ਫਸਲ ਹੁੰਦੀ ਨਹੀਂ ਸੀ, ਪਰ ਮਾਮਲਾ ਤਾਂ ਦੇਣਾ ਪੈਂਦਾ। ਜੱਟ ਕਿਸਾਨ ਨੂੰ ਮਾਮਲਾ ਵੀ ਨਹੀਂ ਦੇ ਸਕਦੇ, ਡਰ ਦੇ ਮਾਰੇ ਜੰਗਲਾਂ ਨੂੰ ਭੱਜ ਜਾਂਦੇ। ਉਹਨਾਂ ਦਿਨਾਂ 'ਚ ਬੜੀ ਭੈੜੀ ਹਾਲਤ ਸੀ ਜੱਟਾਂ ਦੀ। ਦਸੌਂਦੀ ਸਿੰਘ ਨੂੰ ਅੱਖਰ ਗਿਆਨ ਤਾਂ ਹੈ ਨਹੀਂ ਸੀ, ਉਹਨਾਂ ਦੇ ਅਗਵਾੜ 'ਚ ਬਾਹਮਣਾਂ ਦੇ ਮੁੰਡੇ ਦੀ ਆਟਾ ਚੱਕੀ ਸੀ। ਉਹ ਮੁੰਡਾ ਪੁਰਾਣੇ ਜ਼ਮਾਨੇ ਦੀਆਂ ਉਰਦੂ ਦੀਆਂ 4 ਜਮਾਤਾਂ ਪੜ੍ਹਿਆ ਸੀ, ਪੂਰਾ ਹਿਸਾਬੀ ਕਿਤਾਬੀ। ਕੰਡੇ ਉੱਤੇ ਉਹੀ ਬੈਠਦਾ ਸੀ, ਉਰਦੂ 'ਚ ਲੋਕਾਂ ਦੇ ਪੀਣੇ ਦਾ ਪੂਰਾ ਹਿਸਾਬ ਕਿਤਾਬ ਰੱਖਦਾ। ਹੇਮਰਾਜ ਖਰਾ ਬੰਦਾ ਸੀ, ਦਸੌਂਦੀ ਸਿੰਘ ਨੂੰ ਵੀ ਉਹਦੇ 'ਤੇ ਪੂਰਾ ਇਤਬਾਰ ਸੀ। ਸੋ ਜਦੋਂ ਅਗਵਾੜ ਦਾ ਮਾਮਲਾ ਉਗਰਾਉਣਾ ਹੁੰਦਾ, ਫਰਦ ਬਣ ਕੇ ਆ ਜਾਂਦੀ, ਲੋਕ ਆਪਣੀ ਜ਼ਮੀਨ ਦਾ ਮਾਮਲਾ ਦੇ ਕੇ ਜਾਂਦੇ ਤਾਂ ਉਹਦਾ ਸਾਰਾ ਹਿਸਾਬ ਕਿਤਾਬ ਹੇਮਰਾਜ ਦਸੌਂਦੀ ਸਿੰਘ ਦੀ ਬਹੀ 'ਚ ਰੱਖਦਾ। ਪੈਸੇ ਗਿਣ ਕੇ ਦਸੌਂਦੀ ਨੂੰ ਫੜਾ ਦਿੰਦਾ, ਦਸੌਂਦੀ ਉਹਨਾਂ ਪੈਸਿਆਂ ਨੂੰ ਆਪਣੇ ਕੁੜਤੇ ਦੀ ਅੰਦਰਲੀ ਜੈਕਟ 'ਚ ਪਾ ਲੈਂਦਾ। ਜੈਕਟ ਨੂੰ 4 ਜੇਬਾਂ ਲੱਗੀਆਂ ਸੀ, 2 ਉੱਤੇ ਛਾਤੀ ਕੋਲ, 2 ਜੇਬਾਂ ਥੱਲੇ। ਇਸ ਉਗਰਾਏ ਹੋਏ ਮਾਮਲੇ ਦੀ ਰਕਮ ਵਿੱਚ ਹੀ ਉਹਨੂੰ ਨੰਬਰਦਾਰੀ ਦਾ ਹਿੱਸਾ ਮਿਲਦਾ ਸੀ। ਮਾਮਲੇ ਦੀ ਸਾਰੀ ਰਕਮ ਜਾਂ 2-3 ਹਿੱਸਿਆਂ 'ਚ ਉਹ ਬਰਨਾਲੇ ਖਜ਼ਾਨੇ 'ਚ ਜਮ੍ਹਾਂ ਕਰਵਾਉਂਦਾ। ਕੋਈ ਉਹਦਾ ਚਲਾਨ ਫਾਰਮ ਭਰ ਦਿੰਦਾ ਸੀ, ਉਹ ਰਕਮ ਆਪ ਜਮ੍ਹਾਂ ਕਰਾਉਂਦਾ, ਪਾਈ ਪਾਈ ਦਾ ਹਿਸਾਬ ਰੱਖਦਾ ਸੀ। ਉਹਨਾਂ ਦਿਨਾਂ 'ਚ ਬਰਨਾਲਾ ਪੈਪਸੂ ਰਾਜ ਦਾ ਇੱਕ ਜ਼ਿਲ੍ਹਾ ਸੀ। ਇੱਥੇ DC ਦਾ ਦਫ਼ਤਰ ਸੀ, ਤਹਿਸੀਲਦਾਰ ਵੀ ਬਰਨਾਲੇ ਬੈਠਦਾ। ਪੈਪਸੂ ਪੂਰਬੀ ਪੰਜਾਬ ਦੀਆਂ 8 ਰਿਆਸਤਾਂ ਨੂੰ ਤੋੜ ਕੇ ਪੰਜਾਬ 'ਚ ਇੱਕ ਵੱਖਰਾ ਸੂਬਾ ਕਾਇਮ ਕਰਤਾ ਸੀ। ਪਟਿਆਲਾ ਦਾ ਮਹਾਰਾਜਾ ਯਾਦਵਿੰਦਰ ਸਿੰਘ ਦਾ ਰਾਜ ਦਾ ਰਾਜ ਪ੍ਰਮੁੱਖ ਸੀ। ਇਹ 8 ਰਿਆਸਤਾਂ ਸੀ, ਨਾਭਾ, ਪਟਿਆਲਾ, ਜੀਂਦ, ਮਲੇਰਕੋਟਲਾ, ਫਰੀਦਕੋਟ, ਕਪੂਰਥਲਾ ਅਤੇ ਨਾਲਾਗੜ੍ਹ। ਪਿੰਡ ਧਰਮਗੜ੍ਹ ਨੂੰ ਥਾਣਾ ਧਨੌਲਾ ਵੀ ਲੱਗਦਾ। ਦਸੌਂਦੀ ਸਿੰਘ ਨਿੱਤ ਵਾਂਗ ਹੀ ਕਦੇ ਧਨੌਲੇ ਜਾਂਦਾ, ਕਦੇ ਬਰਨਾਲੇ। DC ਦੀ ਕਚਹਿਰੀ, ਤਹਿਸੀਲਦਾਰ ਅਤੇ ਥਾਣੇ ਵਿੱਚ ਲੋਕਾਂ ਨੂੰ ਕੰਮ ਪੈਂਦੇ ਹੀ ਰਹਿੰਦੇ ਸੀ। ਗਵਾਹੀ ਪਾਉਣ ਲਈ ਦਸੌਂਦੀ ਨੂੰ ਜਾਣਾ ਪੈਂਦਾ। ਪਿੰਡ ਦੇ ਹੋਰ ਨੰਬਰਦਾਰ ਵੀ ਆਪਣੇ ਆਪਣੇ ਅਗਵਾੜਾਂ ਲਈ ਜਾਂਦੇ ਸੀ। ਧਰਮਗੜ੍ਹ ਦੇ ਲੋਕ ਉਹਨਾਂ ਦਿਨਾਂ 'ਚ ਧਨੌਲੇ ਜਾਣਾ ਹੁੰਦਾ ਤਾਂ ਊਠਾਂ, ਘੋੜਿਆਂ ਜਾਂ ਗੱਡਾ ਜੋੜ ਕੇ ਜਾਂਦੇ, ਪੈਰੀਂ ਵੀ ਤੁਰ ਪੈਂਦੇ ਸੀ। ਉਹਨਾਂ ਦਿਨਾਂ 'ਚ ਪੇਂਡੂ ਬੰਦਿਆਂ ਦੇ ਹੱਡ ਤਕੜੇ ਸੀ, ਪੈਰੀਂ ਤੁਰਨ ਲਈ 5-5 ਕੋਹ ਨੂੰ ਕੋਈ ਖਾਸ ਨਹੀਂ ਮੰਨਦੇ ਸੀ। ਬਰਨਾਲੇ ਜਾਣਾ ਹੁੰਦਾ ਤਾਂ ਹੰਡਿਆਏ ਤੱਕ ਪੈਰਾਂ ਦਾ ਰਾਹ ਸੀ, ਫਿਰ ਤਾਂਗੇ ਮਿਲ ਜਾਂਦੇ। ਦਸੌਂਦੀ ਨੂੰ ਕੋਈ ਸਵਾਰੀ ਮਿਲ ਜਾਂਦੀ ਤਾਂ ਠੀਕ, ਨਹੀਂ ਤਾਂ ਉਹ ਪੈਰੀਂ ਤੁਰ ਕੇ ਧਨੌਲੇ ਬਰਨਾਲੇ ਜਾ ਵੜਦਾ ਸੀ। ਉਹਦੇ 2 ਨਿਯਮ ਪੱਕੇ ਸੀ। ਇੱਕ ਤਾਂ ਉਹ ਕਚਹਿਰੀ ਜਾਂ ਥਾਣੇ ਜਾ ਕੇ ਸੱਚ ਬੋਲਦਾ। ਨਾਲ ਲਿਆਉਣ ਵਾਲਾ ਰਾਹ ਵਿੱਚ ਉਹਨੂੰ ਕਿੰਨਾ ਹੀ ਸਿਖਾਈ ਜਾਂਦਾ, ਨੰਬਰਦਾਰ ਤੂੰ ਆਹ ਗੱਲ ਆਖਣੀ ਹੈ, ਤੂੰ ਨੰਬਰਦਾਰ ਐਂ ਨਾ ਕਹੀਂ। ਉਹ ਹਾਂ ਹਾਂ ਕਹੀ ਜਾਂਦਾ, ਪਰ ਅਫਸਰ ਸਾਹਮਣੇ ਜਾ ਕੇ ਉਹੀ ਆਖਦਾ ਜਿੰਨਾ ਉਹਨੂੰ ਪਤਾ ਹੁੰਦਾ ਜਾਂ ਜਿੰਨਾ ਸੱਚ ਹੁੰਦਾ। ਉਹਦਾ ਦੂਜਾ ਨਿਯਮ ਸੀ ਕਿ ਉਹ ਕਿਸੇ ਦੇ ਪੱਲਿਓਂ ਨਾ ਰੋਟੀ ਖਾਂਦਾ ਸੀ ਨਾ ਚਾਹ ਪੀਂਦਾ। ਘਰੋਂ ਤੁਰਨ ਤੋਂ ਪਹਿਲਾਂ ਰੋਟੀ ਖਾ ਚੁੱਕਿਆ ਹੁੰਦਾ, ਚਾਹ ਪੀਤੀ ਹੁੰਦੀ। ਧਨੌਲੇ ਜਾਂ ਬਰਨਾਲੇ ਜਾ ਕੇ ਚਾਹੇ ਸਾਰਾ ਦਿਨ ਰਹਿਣਾ ਪੈਂਦਾ ਹੋਵੇ, ਅਗਲੇ ਦੇ ਸਿਰੋਂ ਪਾਣੀ ਵੀ ਨਹੀਂ ਪੀਂਦਾ ਸੀ। ਨਾਲ ਲੈ ਕੇ ਜਾਣ ਵਾਲਾ ਬਥੇਰਾ ਆਖਦਾ, ਬਹੁਤ ਜ਼ੋਰ ਲਾਉਂਦਾ, ਹੱਥ ਬੰਨਦਾ, ਪਰ ਦਸੌਂਦੀ ਦੀ ਅੜੀ ਸੀ। ਮਜਾਲ ਹੈ, ਜੀਭ ਉੱਤੇ ਧਰ ਲਵੇ ਕੋਈ ਚੀਜ਼। ਅਗਵਾੜ ਦੀ ਸੱਥ ਵਿੱਚ ਬੈਠੇ ਲੋਕ ਹੱਸਣ ਲੱਗਦੇ, ਉਹ ਦਸੌਂਦੀ ਨੂੰ ਤਾਂ ਭਾਈ ਕੋਈ ਲਿਜਾਵੇ ਨਾ, ਕੋੜਾ ਨਾ ਕੁਝ ਖਾਵੇ ਨਾ ਪੀਵੇ, ਉੱਥੇ ਜਾ ਕੇ ਸੱਚ ਆਖੂ, ਇਹ ਤਾਂ ਅਗਲੇ ਨੂੰ ਚਾਹੇ ਸਜ਼ਾ ਹੋਵੇ ਚਾਹੇ ਬਰੀ ਹੋਵੇ। ਚਾਹੇ ਅਨਪੜ੍ਹ ਸੀ ਪਰ ਦਿਮਾਗ ਤਿੱਖਾ ਸੀ, ਪੂਰੀ ਸਮਝ ਸੀ ਉਹਨੂੰ। ਕੋਰਟ ਕਚਹਿਰੀਆਂ 'ਚ ਜਾਣ ਕਰਕੇ ਤੇ ਵਕੀਲਾਂ ਅਰਜੀ ਨਵੀਸਾਂ ਦੀਆਂ ਗੱਲਾਂ ਸੁਣਨ ਕਰਕੇ ਹੋਰ ਵੀ ਚੇਤੰਨ ਹੋ ਗਿਆ ਸੀ। ਕੋਈ ਵੀ ਬਿਆਨ ਉਹਦੇ ਨਾਂ ਹੇਠ ਲਿਖਿਆ ਜਾਂਦਾ, ਉਹਦੀ ਗਵਾਹੀ ਪੁਆਈ ਜਾਂਦੀ। ਆਪਣੇ ਮੋਹਰ ਛਾਪ ਉਂਗਲ ਵਿੱਚੋਂ ਲਾਉਣ ਤੋਂ ਪਹਿਲਾਂ ਉਹ ਪੜਵਾ ਕੇ ਦੇਖਦਾ, ਇੱਕ ਇੱਕ ਸ਼ਬਦ ਸਮਝਦਾ ਸੀ। ਲਿਖਤ ਦਾ ਕੋਈ ਨੁਕਤਾ ਉਹਦੀ ਸਮਝ 'ਚ ਨਾ ਆਉਂਦਾ ਤਾਂ ਉਹਦੀ ਜ਼ੁਬਾਨੀ ਵਿਆਖਿਆ ਕਰਵਾਉਂਦਾ, ਮੋਹਰ ਛਾਪ ਲੱਗਦੀ। ਉਹਦੇ ਵਿੱਚ ਕਾਂ ਅੱਖ ਰੱਖਦਾ ਸੀ, ਝੱਟ ਅਗਲੇ ਦੇ ਹੱਥੋਂ ਫੜ ਲੈਂਦਾ ਤੇ ਲੀਰ ਨਾਲ ਸਿਆਹੀ ਪੂੰਝ ਕੇ ਉਹਨੂੰ ਆਪਣੀ ਉਂਗਲੀ 'ਚ ਪਾ ਲੈਂਦਾ। ਇੱਕ ਤਰ੍ਹਾਂ ਨਾਲ ਮੋਹਰ ਛਾਪ ਵਿੱਚ ਜਾਨ ਸੀ ਉਹਦੀ, ਗਲਤ ਥਾਂ ਮੋਹਰ ਛਾਪ ਲੱਗਦੀ ਤਾਂ ਉਹਦੀ ਜਾਨ ਨਿਕਲ ਜਾਂਦੀ ਸੀ। ਦਸੌਂਦੀ ਸਿੰਘ ਮਧਰੇ ਕੱਦ ਵਾਲਾ ਵੱਡੀ ਉਮਰ ਦਾ ਬੰਦਾ ਸੀ, ਚਿੱਟਾ ਕੁੜਤਾ, ਚਾਦਰਾ ਗਲ ਤੇੜ ਪਾ ਕੇ ਰੱਖਦਾ, ਪੱਗ ਦਾ ਰੰਗ ਵੀ ਚਿੱਟਾ ਰੱਖਦਾ। ਚਾਹੇ ਉਹਨਾਂ ਦਿਨਾਂ 'ਚ ਬਹੁਤੇ ਲੋਕ ਪੱਗ ਦਾ ਲੜ ਛੱਡ ਕੇ ਰੱਖਦੇ ਸੀ, ਪਰ ਦਸੌਂਦੀ ਲੜ ਟੰਗ ਲੈਂਦਾ, ਬਸ ਪੋਲਾ ਜਿਹਾ, ਜਿਵੇਂ ਪੱਗ ਦੇ ਨਾਲ ਹੀ ਵਲੇਟ ਤਾ ਗਿਆ ਹੋਵੇ। ਉਹ ਅੱਡ ਵੀ ਦਿਸਦਾ, ਉਹ ਜਾਣਦਾ ਸੀ ਕੋਰਟ ਕਚਹਿਰੀ 'ਚ ਸਾਫੇ ਦਾ ਲੜ ਟੰਗ ਕੇ ਜਾਣਾ ਇੱਕ ਮਰਿਆਦਾ ਸੀ।
ਪੈਰਾਂ 'ਚ ਖੱਲ ਤੌੜੀ ਦੀ ਮੋਢੀ ਜੁੱਤੀ। ਘਰੋਂ ਤੁਰਨ ਵਾਲੇ ਉਹ ਆਪਣੀ ਜੁੱਤੀ 'ਤੇ ਸਮੋਸਾ ਮਾਰ ਲੈਂਦਾ। ਮੋਢੇ ਧਰਿਆ ਖੱਦਰ ਦਾ ਸਮੋਸਾ ਉਹਦਾ ਕਈ ਕੁਛ ਸੀ। ਅਫਸਰ ਸਾਹਮਣੇ ਹੋਣ ਵਾਲੇ ਵੇਲੇ ਸਮੋਸੇ ਨੂੰ ਗਲ 'ਚ ਪਾ ਲੈਂਦਾ, ਨਹੀਂ ਤਾਂ ਮੋਢੇ ਰੱਖਦਾ, ਤੌਲੀਏ ਵਾਂਗ ਵਰਤਦਾ। ਇਹ ਕੱਪੜਾ ਮੂੰਹ ਪੂੰਝਦਾ ਸੀ, ਪੈਰਾਂ ਦੇ ਜੋੜੇ ਵੀ ਪੂੰਝੇ ਬੈਠਣ ਵਾਲੇ ਵੇਲੇ ਥੱਲੇ ਰੱਖ ਲੈਂਦਾ। ਦਸੌਂਦੀ ਨਿਹਾਇਤ ਸ਼ਰੀਫ ਆਦਮੀ ਸੀ, ਉਹਨੇ ਕਿਸੇ ਦੇ ਗਲ 'ਚ ਸਾਫਾ ਕਦੇ ਨਹੀਂ ਸੀ ਪਾਇਆ। ਉਹ ਝਗੜਾ ਮੁੱਲ ਲੈਂਦਾ ਹੀ ਨਹੀਂ ਸੀ, ਵਿਹਾਰ ਤੋਂ ਨਿਹਰਾ ਰੱਬ ਦਾ ਬੰਦਾ ਸੀ, ਪਰ ਕਦੇ ਵੀ ਮੰਦਰ ਗੁਰਦੁਆਰੇ ਨਹੀਂ ਜਾਂਦਾ ਸੀ। ਉਹਦੇ ਮੂੰਹੋਂ ਕਦੇ ਕਿਸੇ ਨੇ ਹੇ ਵਾਹਿਗੁਰੂ ਜਾਂ ਹਰੇ ਰਾਮ ਨਹੀਂ ਸੁਣਿਆ ਸੀ। ਉਹਦੇ ਬਿਆਨਾਂ ਸਦਕਾ ਕਿਸੇ ਨੂੰ ਸਜ਼ਾ ਹੋ ਜਾਂਦੀ ਤਾਂ ਅਗਲੇ ਦੇ ਦੁੱਖ 'ਚ ਸ਼ਰੀਕ ਨਹੀਂ ਹੁੰਦਾ ਸੀ। ਭੋਰਾ ਵੀ ਉਦਾਸੀ ਨਾ ਮੰਨਦਾ, ਜੇ ਉਹਦੇ ਬਿਆਨਾਂ ਸਦਕਾ ਕੋਈ ਬਰੀ ਹੋ ਜਾਂਦਾ, ਲੱਡੂ ਵੱਢਣੇ ਜਾਂਦੇ, ਅਗਲੇ ਚਾਬੜਾਂ ਪਾਉਂਦੇ ਤਾਂ ਉਹ ਖੁਸ਼ ਨਹੀਂ ਹੁੰਦਾ ਸੀ। ਲੱਡੂ ਲੈਂਦਾ ਹੀ ਨਹੀਂ ਸੀ। ਦਸੌਂਦੀ ਦਾ ਕਿਸੇ ਨੂੰ ਹਰਖ ਸੋਗ ਨਹੀਂ ਸੀ, ਕਿਉਂਕਿ ਉਹਦਾ ਕਿਸੇ ਵੀ ਧਿਰ ਨਾਲ ਕੋਈ ਵੈਰ ਵਿਰੋਧ ਨਹੀਂ ਸੀ, ਕੋਈ ਹਿੱਤ ਨਹੀਂ ਸੀ। ਨੰਬਰਦਾਰ ਨੂੰ ਇੱਕੋ ਝੋਰਾ ਸੀ ਕਿ ਧਿਆਨਾ ਵਿਆਹ ਨੂੰ ਨਹੀਂ ਮੰਨਦਾ ਸੀ। ਨੰਬਰਦਾਰ ਨੂੰ ਆਪਣੇ ਅੰਦਰ ਹੀ ਕਿਧਰੇ ਇੱਕ ਝੋਰਾ ਖੁਰਚਦਾ ਰਹਿੰਦਾ, ਉਹ ਕਿਸੇ ਨੂੰ ਆਖ ਵੇਖ ਕੇ ਨਹੀਂ ਦੱਸਦਾ ਸੀ। ਧਿਆਨੇ ਦੀ ਮਾਂ ਹੀ ਉਹਦੇ ਨਾਲ ਗੱਲ ਕਰਦੀ, ਕਦੇ ਕਦੇ ਖਿੱਚ ਕੇ ਗਾਲਾਂ ਵੀ ਕੱਢਦੀ, ਉਹਦੇ ਸਾਹਮਣੇ ਆਪਣੇ ਸਿਰ ਦੇ ਵਾਲ ਪੁੱਟ ਲੈਂਦੀ, ਪਰ ਉਹ ਗੌਲਦਾ ਨਹੀਂ ਸੀ, ਬੋਲ ਕੇ ਵੀ ਕੁਛ ਨਹੀਂ ਦੱਸਦਾ ਸੀ। ਪਤਾ ਨਹੀਂ ਉਹਨੂੰ ਇੰਨਾ ਡੇਰੇ ਦਾ ਭੁੱਸ ਕਿਉਂ ਪੈ ਗਿਆ ਸੀ। ਮਾਂ ਤੁੰਨਦੀ ਰਹਿੰਦੀ, ਉਹ ਰੋਟੀ ਵੀ ਡੇਰੀ ਖਾ ਛੱਡਦਾ, ਕਦੇ ਕਦੇ ਆਥਣ ਦੀ ਰੋਟੀ ਡੇਰੇ ਖਾ ਕੇ ਉੱਥੇ ਹੀ ਕਿਧਰੇ ਪੈ ਜਾਂਦਾ। ਵੀ ਤੂੰ 40 ਦਾ ਹੋ ਗਿਆ ਕਮੂਤਾ, ਕੋਈ ਸੁਰਤ ਕਿਉਂ ਨਹੀਂ ਕਰਦਾ? ਮਾਂ ਦੁਹੱਥੜੀ ਪਿੱਟਦੀ, ਫਿਰ ਕੀ ਹੈ, 40 ਦਾ ਹੋ ਗਿਆ, ਫਿਰ 50 ਦਾ ਹੋਜੂ, ਫਿਰ 60 ਦਾ, ਫਿਰ ਉਹ ਹੱਥਾਂ ਦੀ ਤਾੜੀ ਮਾਰ ਕੇ ਮਾਂ ਦਾ ਰੋਣ ਹਵਾ 'ਚ ਰੋਲ ਦਿੰਦਾ। ਉਹ ਇੱਕ ਦਿਨ ਨੰਬਰਦਾਰ ਨੂੰ ਨਾਲ ਲੈ ਕੇ ਡੇਰੇ ਗਈ। ਨੰਬਰਦਾਰ ਮੂੰਹ ਫੱਟ ਬੰਦਾ ਸੀ, ਉਹ ਅੰਦਰੋਂ ਬਲਿਆ ਫਿਰਦਾ ਸੀ। ਬਾਬਿਆਂ ਦੇ ਗੋਡੀ ਹੱਥ ਲਾਏ ਪਰ ਬੈਠਣ ਸਾਰ ਕਹਿਣ ਲੱਗਿਆ, ਬਾਬਾ ਜੀ ਇੱਕ ਪਾਸੇ ਤਾਂ ਤੁਸੀਂ ਲੋਕਾਂ ਦਾ ਭਲਾ ਕਰਦੇ ਹੋ, ਇੱਕ ਪਾਸੇ ਪਾਪ ਕਰੀ ਜਾਂਦੇ ਹੋ। ਸਾਧ ਦੇ ਕੰਨ ਖੜੇ ਹੋ ਗਏ। ਨੰਬਰਦਾਰ ਪਹਿਲਾਂ ਕਦੇ ਡੇਰੇ ਨਹੀਂ ਸੀ ਗਿਆ, ਪਰ ਸਾਧ ਨੂੰ ਪਤਾ ਸੀ ਕਿ ਨੰਬਰਦਾਰ ਦਸੌਂਦੀ ਸਿੰਘ ਹੈ, ਉਹਨਾਂ ਦੇ ਸੇਵਕ ਧਿਆਨ ਸਿੰਘ ਦਾ ਬਾਪ। ਸਾਧ ਤਾਂ ਉਹਨੂੰ ਭਲਾ ਪੁਰਸ਼ ਸਮਝੀ ਬੈਠਾ ਸੀ, ਪਿੰਡ 'ਚ ਉਹਦੀ ਖਾਸੀ ਮਹਿਮਾ ਸੀ, ਪਰ ਉਹ ਹੀ ਭੁੱਲੀ ਉੱਠਿਆ। ਸਾਧ ਨਰਮਾਈ ਨਾਲ ਬੋਲਿਆ, ਦੱਸੋ ਬਜ਼ੁਰਗੋ ਕੀ ਭੁੱਲ ਹੋ ਗਈ ਮੈਂ? ਪਰਮਾਤਮਾ ਬਖਸ਼ਣ ਹਾਰ, ਸਾਡੀ 28 ਘੁਮਾ ਤਾਂ ਐਵੇਂ ਜਾਂਦੀ ਹੈ ਬਾਬਾ ਜੀ, ਧਿਆਨਾ ਸਾਰਾ ਦਿਨ ਇੱਥੇ ਤੁਹਾਡੇ ਕੋਲ ਬੈਠਾ ਰਹਿੰਦਾ, 40 ਦਾ ਹੋ ਗਿਆ, ਉਹ ਵਿਆਹ ਨੂੰ ਸਿਰ ਮਾਰ ਦਿੰਦਾ, ਗਾਹਾਂ ਸਾਡੀ ਦਿਲੀ ਤਾਂ ਖੜ ਗਈ ਮਹਾਰਾਜ, ਉਹਨੂੰ ਤਾਂ ਕਸੂਤੇ ਰਾਹ ਪਾ ਲਿਆ ਤੁਸੀਂ, ਸਾਨੂੰ ਆਪਣੀ ਸਾਧਗਿਰੀ ਦੀ ਲੋੜ ਨਹੀਂ, ਸਾਨੂੰ ਉਹਦੀ ਸਾਧਗਿਰੀ ਦੀ ਲੋੜ ਨਹੀਂ, ਸਾਡਾ ਮੁੰਡਾ ਮੁੜ ਦਿਓ। ਦਸੌਂਦੀ ਮੂੰਹ ਅੱਗੇ ਉਗਲਾਛ ਰਿਹਾ ਸੀ, ਅੱਗ ਉਗਲਾਛ ਰਿਹਾ ਸੀ। ਸਾਧ ਨੂੰ ਨੰਬਰਦਾਰ ਦੇ ਬੋਲੇ ਦਾ ਭੋਰਾ ਵੀ ਰੰਜ ਨਹੀਂ ਸੀ, ਉਹ ਸ਼ਾਂਤ ਚਿੱਤ ਰਹਿਣ ਲੱਗਿਆ, ਅਸੀਂ ਤਾਂ ਭਾਈ ਕਿਸੇ ਸੇਵਕ ਨੂੰ ਮਜਬੂਰ ਨਹੀਂ ਕਰਦੇ ਇੱਥੇ ਆਉਣ ਨੂੰ, ਇਹ ਤਾਂ ਇਹਨਾਂ ਦਾ ਪ੍ਰੇਮ ਹੈ, ਆ ਜਾਂਦੇ ਆ, ਧਿਆਨ ਨਾ ਆਵੇ ਸਾਨੂੰ ਕੋਈ ਫਰਕ ਨਹੀਂ ਪੈਂਦਾ, ਇਹ ਤਾਂ ਡੇਰੇ ਦੀ ਸੇਵਾ, ਕੋਈ ਕਰੇ ਕੋਈ ਨਾ ਕਰੇ, ਨਾ ਆਇਆ ਕਰੇ ਸਾਡੇ ਕੋਲ, ਇਹਦੀ ਸ਼ਾਦੀ ਕਰੋ, ਸਾਨੂੰ ਤਾਂ ਚੰਗਾ ਲੱਗੂਗਾ, ਆਪਦਾ ਘਰ ਵਸਾਵੇ, ਜਦੋਂ ਇੰਨੀ ਜ਼ਮੀਨ ਜਾਇਦਾਦ ਸੀ, ਜਦੋਂ ਇਹਦੀ ਸ਼ਾਦੀ ਹੋ ਗਈ, ਡੇਰੇ ਨਾਲ ਪ੍ਰੇਮ ਤਾਂ ਫਿਰ ਵੀ ਰਹਿ ਸਕਦਾ। ਸਾਧ ਦੀ ਬੋਲਬਾਣੀ 'ਚ ਦਸੌਂਦੀ ਨੂੰ ਆਪਣਾ ਮਹਿਸੂਸ ਹੋਈ, ਉਹਦਾ ਹਰਖ ਢਾਲਾ ਹੋ ਗਿਆ, ਕਹਿਣ ਲੱਗਾ ਹਾਂਜੀ ਇਹ ਖਰੀ ਆਖੀ ਤੁਸੀਂ, ਇਹਦਾ ਵਿਆਹ ਹੋ ਜਾਏ, ਗਲਾਂ ਗਾਹਾਂ ਦੇਲੀ ਵਧੇ, ਫਿਰ ਇਹ ਚਾਹੇ ਕਿਧਰੇ ਤੁਰਿਆ ਫਿਰੇ, ਅਸੀਂ ਡੇਰੇ ਆਉਣੋਂ ਨਹੀਂ ਹਟਾਉਂਦੇ ਇਹਨੂੰ, ਆਈ ਜਾਵੇ ਫਿਰ, ਇਹਨੂੰ ਸਮਝਾਓ ਬਾਬਾ ਜੀ, ਮੈਂ ਤਾਂ ਬਸ ਆਹ ਆਖਦਾ ਵੀ ਮੇਰੀਆਂ ਗੱਲਾਂ ਦਾ ਗੁੱਸਾ ਨਹੀਂ ਕਰਨਾ, ਮੈਂ ਤਾਂ ਸਿੱਧਾ ਸਾਦਾ ਅਨਪੜ੍ਹ ਬੰਦਾ। ਨੰਬਰਦਾਰ ਨੇ ਸਾਧ ਦੇ ਫਿਰ ਗੋਡੇ ਫੜੇ, ਕਿੱਥੇ ਆ, ਧਿਆਨੇ ਨੂੰ ਭੇਜੋ ਮੇਰੇ ਕੋਲ, ਤੁਸੀਂ ਜਾਓ ਘਰ ਨੂੰ, ਦੁੱਧ ਪਾਣੀ ਛੱਕ ਕੇ ਜਾਇਓ, ਪਹਿਲੀ ਵਾਰ ਡੇਰੇ ਆਇਓ। ਸਾਧ ਨੇ ਨੰਬਰਦਾਰ ਨੂੰ ਸ਼ਬਦਾਂ 'ਚ ਬੰਨ੍ਹਿਆ, ਧਿਆਨੇ ਨੂੰ ਪਹਿਲਾਂ ਵੀ ਬਹੁਤ ਸਾਕ ਆਉਂਦੇ ਰਹੇ, ਪਰ ਫਿਰ ਕੀ ਕਰਦਾ, ਕੋਈ ਉਹਦਾ ਕੋਲ ਆ ਕੇ ਵੀ ਨਹੀਂ ਬੈਠਦਾ ਸੀ, ਬੈਠਾ ਹੁੰਦਾ ਤਾਂ ਕੋਈ ਗੱਲ ਨਹੀਂ ਸੁਣਦਾ ਸੀ, ਜਿਵੇਂ ਹੋਰ ਕਿਸੇ ਦੇ ਵਿਆਹ ਦੀਆਂ ਗੱਲਾਂ ਕਰਦੇ ਹੋਣ, ਬੇਚੈਨ ਹੋ ਜਾਂਦਾ ਤੇ ਉੱਠ ਕੇ ਤੁਰ ਜਾਂਦਾ ਸੀਗਾ। ਫਿਰ ਤਾਂ ਲੋਕ ਆਉਣਾ ਹੀ ਹਟ ਗਏ, ਧਿਆਨੇ ਬਾਰੇ ਅੰਦਰੋਂ ਅੰਦਰ ਚਰਚਾ ਹੁੰਦੀ, ਕੀ ਕਰੂਗਾ ਕੋਈ ਉਹਨੂੰ ਧੀ ਦੇ ਕੇ, ਉਹ ਤਾਂ ਡੇਰੇ ਬੈਠਾ ਰਿਹਾ ਕਰੂ, ਬਹੂ ਇਕੱਲੀ ਘਰ ਦੀ ਆ, ਘਰ ਕੀ ਕੰਧਾਂ ਨਾਲ ਗੱਲਾਂ ਕਰੂ, ਡੋਬਣੀ ਆ ਕਿਸੇ ਨੇ ਆਪਣੀ ਧੀ, ਧਿਆਨੇ 'ਚ ਮਰਦਾਂ ਵਾਲੀ ਕੋਈ ਗੱਲ ਤਾਂ ਲੱਗਦੀ ਨਹੀਂ, ਜਿਵੇਂ ਸਾਲਾ ਬੁੜੀ ਦੇ ਢਿੱਡੋਂ ਸਾਹ ਦੀ ਨਿਕਲਿਆ ਹੋਵੇ। ਬਾਬਿਆਂ ਦੀ ਗੱਲ ਉਹ ਮੰਨ ਗਿਆ ਸੀ, ਉਹਨਾਂ ਨੇ ਕਿਹਾ ਸੀ ਕਿ ਲੈ ਬਈ ਧਿਆਨ ਸਿਆ, ਤੂੰ ਹੁਣ ਮੁੜ ਕੇ ਡੇਰੇ ਨਹੀਂ ਆਉਣਾ, ਪਹਿਲਾਂ ਵਿਆਹ ਕਰਾ, ਬਹੂ ਲਿਆ ਕੇ ਦੇ ਆਪਣੇ ਮਾਤਾ ਪਿਤਾ ਨੂੰ, ਜਦੋਂ ਜਵਾਕ ਹੋ ਜਾਈ, ਹੋ ਗਏ ਫਿਰ ਹੀ ਬਣੀ ਡੇਰੇ, ਸਾਡਾ ਇਹ ਹੁਕਮ ਹੈ ਤੈਨੂੰ, ਜਾ ਬਸ, ਅਸੀਂ ਤੇਰੇ ਮਾਤਾ ਪਿਤਾ ਦਾ ਸੰਤਾਪ ਨਹੀਂ ਝੱਲ ਸਕਦੇ। ਧਿਆਨੇ ਦੀ ਮਾਂ ਨੇ ਸਾਕ ਸਕੀਰੀਆਂ ਨੂੰ ਸੁਨੇਹੇ ਘੱਲੇ, ਸ਼ਰੀਕੇ ਚ ਆਖਿਆ, ਵਿਚੋਲਾ ਉਹਨਾਂ ਦੇ ਘਰ ਆਉਣ ਲੱਗੇ। ਅਖੀਰ ਇੱਕ ਕਸਬੀ ਵਿਚੋਲੇ ਨੇ ਟਿੱਬਿਆਂ ਨੂੰ ਪਾਣੀ ਚੜ੍ਹਾ ਤਾ, ਦਾਤੇ ਵਾਸ ਵਾਲੇ ਉਹਦੇ ਰਿਸ਼ਤੇਦਾਰ ਸਨ, ਕੁੜੀ 27-28 ਸਾਲ ਦੀ ਹੋ ਕੇ ਘਰ ਬੈਠੀ ਸੀ।
ਸੋਹਣੀ ਸੁਨੱਖੀ ਸੀ। ਉਹ ਚੰਗੀ ਜ਼ਮੀਨ ਵਾਲਾ ਘਰ ਸੀ, ਘਰ ਇਹੋ ਜਿਹਾ ਹੀ ਘਰ ਭਾਲਦੇ ਸੀ। ਧਿਆਨਾ ਉਹਨਾਂ ਨੂੰ ਮਾੜਾ ਸੀ। ਕੀ ਹੋਇਆ, ਉਮਰ 40 ਸਾਲ ਹੋ ਗਈ, ਜ਼ਮੀਨ ਤਾਂ 28 ਘੁਮਾ ਸੀ, ਝੋਟੇ ਦੇ ਸਿਰ ਅਰਗੀ, ਫਿਰ ਇਕੱਲਾ ਪੁੱਤ, ਉਹਨੂੰ ਨੰਬਰਦਾਰੀ ਵੀ ਮਿਲਣੀ ਸੀ। ਕੁੜੀ ਦਾ ਸਰਦਾਰੀ ਭੋਗੀ ਗਈ, ਸਾਲਾਂ 'ਚ ਹੀ ਉਹਦੇ 2-4 ਜਵਾਕ ਹੋ ਜਾਣਗੇ। ਬੁੜਾ ਬੁੜੀ ਚੰਦ ਰੋਜ਼ ਦਾ ਮੇਲਾ ਹੈ, ਉਹਨਾਂ ਦੀ ਧੀ ਰਾਜ ਕਰੇਗੀ। ਰਾਜ ਮੁੰਡਾ ਡੇਰੇ ਜਾਂਦਾ ਤਾਂ ਕੀ ਹੈ, ਧਰਮ ਦੇ ਰਾਹ ਪਿਆ ਹੋਇਆ, ਕੋਈ ਖਰਾਬੀ ਤਾਂ ਨਹੀਂ ਕਰੇਗਾ ਦੂਜੇ ਮੁੰਡਿਆਂ ਵਾਂਗ। ਅਸਲ 'ਚ ਸਾਰੀਆਂ ਗੱਲਾਂ ਵਿਚੋਲੇ ਨਹੀਂ ਉਹਨਾਂ ਨੂੰ ਜਚਾਤੀਆਂ। ਧਿਆਨੀ ਭਗਤ ਨੂੰ ਸਾਖ ਹੋ ਗਿਆ, ਵਿਆਹ ਵੀ ਹੋ ਗਿਆ, ਬਹੂ ਘਰ ਆ ਗਈ, ਅਵਤਾਰ ਕੁਰ ਜਿਵੇਂ ਰੱਬ ਨੇ ਆਪ ਘੜ ਬੈਠ ਕੇ ਘੜੀ ਹੋਵੇ। ਧਿਆਨੀ ਦੀ ਮਾਂ ਹੁੱਬ ਹੁੱਬ ਗੱਲਾਂ ਕਰਦੀ, ਨੰਬਰਦਾਰ ਦੀ ਆਤਮਾ ਠਰ ਗਈ। ਅਵਤਾਰ ਕੁਰ ਧਿਆਨੂ ਨਾਲ ਜਿਵੇਂ ਕੋਈ ਅਲੋਕਾਰ ਚੀਜ਼ ਹੋਵੇ, ਉਹਨੂੰ ਡੇਰਾ ਭੁੱਲ ਗਿਆ। ਰਾਤ ਤਾਂ ਰਾਤ, ਉਹ ਦਿਨੇ ਵੀ ਸਵਾਦ 'ਚੋਂ ਬਾਹਰ ਨਾ ਨਿਕਲਿਆ ਕਰੇ। ਕੁਛ ਦਿਨ ਤਾਂ ਲੰਘੇ, ਪਤਾ ਹੀ ਨਹੀਂ ਲੱਗਿਆ। ਫਿਰ ਮਾਂ ਧਿਆਨੂ ਨੂੰ ਸਮਝੌਤੀਆਂ ਦੇਣ ਲੱਗ ਪਈ। ਬਹੂ ਭਾਈ, ਚੁੱਲ੍ਹੇ ਚੌਂਕੇ ਖਾਤਰ ਵੀ ਹੈ, ਇਹਨੂੰ ਵਿਹੜੇ ਦੀ ਹਵਾ ਵੀ ਲੱਗਣ ਦੇ ਦਿਆ ਕਰੋ। ਗੁਆਂਢੀ ਬੁੜੀਆਂ ਉਹਨਾਂ ਦੇ ਘਰ ਆਉਂਦੀਆਂ ਆਖਦੀਆਂ, ਕੁੜੇ ਮਾੜੋ ਨੂੰਹ ਤੇਰੀ ਤੇ ਅੰਗ ਪੈਰ 'ਚ ਨੁਕਸ ਹੈ, ਕੋਈ ਬਾਹਰ ਨਹੀਂ ਆਉਣ ਦਿੰਦੀ ਉਹਨੂੰ, ਉਹ ਕੈਦਣ ਤਾਂ ਨਹੀਂ ਭਾਈ? ਮਾੜੋ ਹੱਸਣ ਲੱਗਦੀ, ਕੋਈ ਜਵਾਬ ਨਾ ਦੇ ਸਕਦੀ। ਜਾਂ ਕੀ ਨਜ਼ਰ ਲਾ ਦਿਆਂਗੀਆਂ ਤੇਰੀ ਨੂੰਹ ਨੂੰ? ਇੱਕ ਬੁੜੀ ਧੁੱਸ ਦੇ ਕੇ ਉਹਨਾਂ ਦੀ ਸਬਾਤ ਅੰਦਰ ਜਾਵੜੀ। ਧਿਆਨਾ ਬਾਹਰ ਆ ਗਿਆ। ਅਵਤਾਰ ਕੁਰ ਜਿਹੜੀ ਮੰਜੇ ਉੱਤੇ ਟੇਢੀ ਜਿਹੀ ਹੋਈ ਪਈ ਸੀ, ਉੱਠ ਕੇ ਬੁੜੀ ਦੇ ਪੈਰੀਂ ਹੱਥ ਲਾ ਤੇ ਉਹ ਬਹੂ ਨੂੰ ਬਾਹਰ ਵਿਹੜੇ 'ਚ ਲੈ ਆਈ। ਕਿਉਂ ਬਹੂ, ਤੇਰੀ ਸੱਸ ਤੈਨੂੰ ਵਿਹੜੇ 'ਚ ਨਹੀਂ ਬੈਠਣ ਦਿੰਦੀ? ਬੁੜੀ ਨੇ ਪੁੱਛਿਆ। ਅਵਤਾਰ ਕੁਰ ਨੇ ਨੀਵੀਂ ਪਾ ਲਈ, ਉਹ ਅੱਖਾਂ 'ਚ ਹੱਸ ਰਹੀ ਸੀ। ਕਿਉਂ ਮਾੜੋ, ਤੂੰ ਨਹੀਂ ਬੋਲਦੀ? ਕੁੜੀ ਕੀ ਬੋਲਾਂ ਚੰਦ ਕੁਰੇ, ਦੱਸਦੀ ਨੂੰ ਸ਼ਰਮ ਆਉਂਦੀ ਹੈ, ਸਾਰਾ ਦਿਨ ਅੰਦਰੇ ਘੁੱਸੇ ਰਹਿੰਦੇ ਆ। ਇਹ ਬਹੂ ਸਮਝਾਵੇ ਮੁੰਡੇ ਨੂੰ, ਰਾਤ ਥੋੜ੍ਹੀ ਹੈ, ਮੈਂ ਤਾਂ ਮਾਂ, ਮੈਂ ਕੀ ਆਖਾਂ ਉਹਨੂੰ? ਮਾੜੋ ਮੂੰਹ 'ਤੇ ਚੁੰਨੀ ਦਾ ਪੱਲਾ ਦੇ ਕੇ ਹੱਸਣ ਲੱਗੀ। ਚੰਦ ਕੁਰ ਵੀ ਹੱਸ ਰਹੀ ਸੀ, ਦੋਵਾਂ ਹੱਸਦੀਆਂ ਨੇ ਅਤੇ ਤਾੜੀਆਂ ਵਜਾਉਂਦੀਆਂ ਦੇਖ ਕੇ ਅਵਤਾਰ ਕੁਰ ਸਬਾਤ ਨੂੰ ਤੁਰ ਪਈ। ਉਹਨੂੰ ਬੁੜੀਆਂ ਤੋਂ ਸ਼ਰਮ ਆਈ। ਸ਼ਰੀਕੇ 'ਚ ਭਰਜਾਈਆਂ ਲੱਗਦੀਆਂ, ਦੋ ਤੀਵੀਆਂ ਨੇ ਧਿਆਨੇ ਦਾ ਮੋਢਾ ਵੀ ਹਲੂਣਿਆ ਸੀ। ਕੀ ਕੱਢ ਲਏਗਾ ਵੀ ਬਹੂ 'ਚੋਂ, ਰੱਬ ਨੇ ਰਾਤ ਕਾਸ ਨੂੰ ਬਣਾਈ ਹੈ, ਖਬਰਦਾਰ ਜੇ ਦੇਣੇ ਬਹੂ ਨੂੰ ਅੰਦਰ ਲੈ ਕੇ ਬੈਠਾ। ਅਵਤਾਰ ਕੁਰ ਨੇ ਹੱਸਦੀ ਨੇ ਧਿਆਨੇ ਨੂੰ ਦੱਸਿਆ ਸੀ ਕਿ ਗੁਆਂਢ 'ਚ ਆਪਣੀਆਂ ਗੱਲਾਂ ਹੁੰਦੀਆਂ ਨੇ, ਤੂੰ ਦਿਨ ਵੇਲੇ ਘਰੋਂ ਬਾਹਰ ਹੀ ਰਿਹਾ ਕਰ। ਧਿਆਨਾ ਡੇਰੇ ਨਹੀਂ ਸੀ ਜਾ ਸਕਦਾ, ਬਾਬੇ ਦਾ ਵਰਜਿਆ ਹੋਇਆ ਸੀ, ਘਰੇ ਉਹਨੂੰ ਬੇਬੇ ਬਹੂ ਨਾਲ ਬੈਠਣ ਨਹੀਂ ਦਿੰਦੀ ਸੀ। ਉਹਨੂੰ ਖੇਤ ਜਾਣ ਦਾ ਵੀ ਕੋਈ ਚਾਅ ਨਹੀਂ ਸੀ, ਰੋਟੀ ਖਾਂਦਾ ਹੱਥ 'ਚ ਸੱਥ 'ਚ ਚੌਂਕੜੀਆਂ ਉੱਤੇ ਜਾ ਬੈਠਦਾ, ਲੋਕਾਂ ਦੀਆਂ ਗੱਲਾਂ ਸੁਣਦਾ, ਪਿਛਲੇ ਪਹਿਰ ਦੀ ਚਾਹ ਪੀ ਕੇ ਰਾਤ ਫਿਰ ਸੱਥ 'ਚ ਜਾ ਬਹਿੰਦਾ ਅਤੇ ਮੁੰਡਿਆਂ ਨੂੰ ਤਾਸ਼ ਖੇਡਦਾ ਦੇਖਦਾ ਰਹਿੰਦਾ। ਇਕੱਲਾ ਬੈਠਾ ਹੁੰਦਾ ਤਾਂ ਡੱਕੇ ਤੋੜੀ ਜਾਂਦਾ, ਪਤਾ ਨਹੀਂ ਕੀ ਕੀ ਸੋਚ ਰਿਹਾ ਹੁੰਦਾ। ਇੱਕ ਦਿਨ ਐਵੇਂ ਜਿਵੇਂ ਦੁਪਹਿਰ ਦੀ ਰੋਟੀ ਖਾ ਕੇ ਧਿਆਨਾ ਸੱਥ 'ਚ ਹਥਾਈ ਦੀਆਂ ਚੌਂਕੜੀਆਂ 'ਤੇ ਆ ਬੈਠਾ। ਉਸ ਦਿਨ ਉੱਥੇ ਹੋਰ ਕੋਈ ਨਹੀਂ ਸੀ, ਹਥਾਈ ਦੇ ਪਿੱਪਲ ਦੀ ਛਾਂ ਚੌਂਕੜੀਆਂ ਉੱਤੇ ਫੈਲੀ ਹੋਈ ਸੀ। ਗਰਮੀ ਦਾ ਮੌਸਮ ਸੀ, ਮੀਂਹ ਕਦੇ ਪੈ ਜਾਂਦਾ, ਕਦੇ ਕਦੇ ਦਿਨ ਸੁੱਕਾ ਪੱਕਾ ਹੀ ਰਹਿੰਦਾ, ਪੂਰਾ ਵੱਟ ਹੁੰਦਾ, ਹਵਾ ਜਿਵੇਂ ਥਾਂ ਦੀ ਥਾਂ ਠਹਿਰ ਗਈ ਹੋਵੇ ਕਿਧਰੇ, ਕਦੇ ਕਦੇ ਹਵਾ ਦਾ ਬੁੱਲਾ ਹੁੰਦਾ, ਪਿਆਰ ਦੇ ਪਿੱਪਲ ਦੇ ਪੱਤੇ ਹਿਲਦੇ ਤੇ ਪਿੰਡਿਆਂ ਨੂੰ ਸਾਹ ਜਿਹਾ ਆਉਣ ਲੱਗ ਪੈਂਦਾ, ਜਿਵੇਂ ਜ਼ਖਮ ਤੇ ਸਪਿਰਿਟ ਦਾ ਫੰਬਾ ਲਾ ਕੇ ਕੋਈ ਫੂਕ ਮਾਰ ਦਿੰਦਾ। ਅਚਾਨਕ ਹੀ ਉੱਥੇ ਕਿਧਰੋਂ ਘੀਚਰ ਅਮਲੀ ਆ ਖੜਾ ਹੋਇਆ ਤੇ ਛਾਂ 'ਚ ਦਮ ਲੈਣ ਲੱਗਿਆ। ਉਹ ਸੀ ਤਾਂ ਦੂਜੇ ਅਗਵਾੜ ਦਾ, ਪਰ ਉਹ ਵੀ ਬਾਬਿਆਂ ਕੋਲ ਡੇਰੇ ਜਾਂਦਾ ਹੁੰਦਾ ਸੀ, ਇਸ ਕਰਕੇ ਉਹ ਇੱਕ ਦੂਜੇ ਨੂੰ ਚੰਗੀ ਤਰ੍ਹਾਂ ਜਾਣਦੇ ਸੀ। ਘੀਚਰ ਨੂੰ ਇਹ ਵੀ ਪਤਾ ਸੀ ਕਿ ਧਿਆਨੂ ਦਾ ਵਿਆਹ ਹੋ ਗਿਆ ਅਤੇ ਹੁਣ ਉਹ ਡੇਰੇ ਨਹੀਂ ਜਾਂਦਾ ਨਾ ਖੇਤ ਜਾਂਦਾ, ਸਾਰਾ ਦਿਨ ਘਰ ਹੀ ਰਹਿੰਦਾ। ਕਿਉਂ, ਆਉਂਦੇ ਆ ਨਜ਼ਾਰੇ ਧਿਆਨੇ ਆ, ਉੱਥੇ ਡੇਰੇ ਐਵੇਂ ਲੋਕਾਂ ਦੀਆਂ ਤੀਵੀਆਂ ਕੰਨੀ ਝਾਕਦਾ ਰਹਿੰਦਾ ਸੀ। ਘੀਚਰ ਨੇ ਉਹਦੇ ਕੋਲ ਬੈਠ ਕੇ ਉਹਦੇ ਪਿਛਲੇ ਪਾਸੇ ਹੁੰਦੀ ਦੋਵੇਂ ਮੋਢਿਆਂ ਨੂੰ ਜ਼ੋਰ ਦਾ ਹਲੂਣਾ ਦਿੱਤਾ, ਜਿਵੇਂ ਕੋਈ ਬੇਰੀ ਦੇ ਬੇਰ ਝਾੜਦਾ ਹੋਵੇ। ਨਜ਼ਾਰਾ ਪੂਰਾ, ਧਿਆਨਾ ਮੁਸਕਰਾਇਆ, ਸਾਰਾ ਦਿਨ ਹੀ ਘਰੇ ਰਹਿਣਾ, ਹੋਰ ਕਿੱਥੇ ਜਾਵਾਂ? ਉਹ ਤਾਂ ਹੀ ਮੇਰੇ ਆ ਸਾਲਿਆ, ਬੂਥੜੀ ਨਿਕਲੀ ਪਈ ਹੈ, ਉਹ ਚਰ ਗਈ ਬਹੂ ਤਾਂ ਤੈਨੂੰ ਜਮਾਂ ਸੂਤਿਆ ਪਿਆ ਕੰਜਰ ਦਿਆ ਪੁੱਤਾ ਤੂੰ ਤਾਂ। ਘੀਚਰ ਨੇ ਉਹਦੀਆਂ ਗੱਲਾਂ ਉੱਤੋਂ ਦੀ ਹੱਥ ਫੇਰਿਆ, ਐਂ ਤਾਂ ਕੀ ਆ, ਪੂਰਾ ਖਾਈ ਪੀਂਦਾ, ਮੈਂ ਐਸਾ ਘਰੇ ਸੱਜਰ ਸੂਈ ਹੋਈ, ਕਿੰਨਾ ਖਾ ਲਏ ਕਿੰਨਾ ਪੀ ਲਏ, ਪਰ ਇਸ ਕੰਮ ਦਾ ਰੱਜ ਕੋਈ ਨਹੀਂ। ਉਦੋਂ ਵੀ ਆਪੋ 'ਚ ਖਾਸੇ ਖੁੱਲ੍ਹੇ ਸੀ, ਕਿਉਂ ਘੀਚਰਾ, ਅਗਲੇ ਦਿਨ ਮੇਰਾ ਸਾਲਾ ਇਉਂ ਲੱਗੂ ਜਿਵੇਂ ਇਹ ਚੀਜ਼ ਪਹਿਲਾਂ ਕਦੇ ਦੇਖੀ ਨਹੀਂ ਹੁੰਦੀ, ਬੰਨ ਰੱਖਿਆ ਕਰ ਓਏ, ਐਂ ਤਾਂ ਮਰ ਜਾਏਗਾ ਤੂੰ, ਇਹਦੇ 'ਚ ਨਿਕਲਦਾ ਕੁਛ ਨਹੀਂ। ਅਤੇ ਫਿਰ ਚੌਂਕੜੀ 'ਤੇ ਖੜਾ ਹੋ ਕੇ ਘੀਚਰ ਨੇ ਆਪਣੇ ਕੁੜਤੇ ਹੇਠ ਦੀ ਪਾਈ ਖੱਦਰ ਦੀ ਜਾਕਟ 'ਚੋਂ ਡੱਬੀ ਕੱਢੀ, ਰੀਠੇ ਜਿੰਨੀ ਤੋੜ ਕੇ ਧਿਆਨੇ ਨੂੰ ਕਹਿੰਦਾ, ਆਹ ਫੜ, ਅੱਧਾ ਘੰਟਾ ਪਹਿਲਾਂ ਜਵਾਰ ਦੇ ਦਾਣੇ ਜਿੰਨੀ ਅੰਦਰ ਸਿੱਟ ਲਿਆ ਕਰ, ਜੇ ਬਹੁਤੀਆਂ ਬੋੜੀਆਂ ਨਾ ਪੈ ਜਾਣ ਤਾਂ ਮੈਨੂੰ ਕਹਿ ਦੇ। ਇਹਦੇ ਪੈਸੇ
ਧਿਆਨੇ ਨੇ ਪੁੱਛਿਆ। ਉਹ ਕੋਈ ਨਹੀਂ, ਪੈਸੇ ਇਕੱਠੇ ਲੈ ਲਾਂਗੇ, ਤੂੰ ਪਹਿਲਾਂ ਇਹ ਚੀਜ਼ ਵਰਤ ਕੇ ਤਾਂ ਦੇਖ। ਫਿਰ ਉਹ ਧਿਆਨੇ ਨੂੰ ਮੰਮੀ ਕਾਗਜ਼ ਦਾ ਇੱਕ ਛੋਟਾ ਟੁਕੜਾ ਦਿੰਦੇ ਆ, ਬੋਲਿਆ, ਪਹਿਲਾਂ ਕਦੇ ਖਾਧੀ ਹੈ? ਬਥੇਰੀ ਵਾਰੀ ਬਾਬੇ ਦੇ ਦਿੰਦੇ ਸੀ ਕੰਡਾ, ਕਦੇ ਕਦੇ ਆਪ ਖਾਂਦੇ ਨੇ ਉਹ 5-7 ਦਿਨ। ਕਿਹੜੇ ਧਿਆਨਾਂ ਚੌਥੇ ਦਿਨ ਤੜਕੇ ਹੀ ਕੀਚੜ ਦੇ ਘਰ ਜਾ ਕੇ ਜਾ ਵੜਿਆ। ਉਹਦੇ ਅਮਲੀ ਸਰੀਰ ਹਾਲੇ ਮੰਜੇ ਤੋਂ ਉੱਠਿਆ ਨਹੀਂ ਸੀ। ਇੱਕ ਵਾਰ ਦੀ ਚਾਹ ਪੀ ਚੁੱਕਿਆ, ਫਿਰ ਪੈ ਗਿਆ। ਦੂਜੀ ਚਾਹ ਪੀ ਕੇ ਉੱਠਦਾ ਹੁੰਦਾ। ਫੀਮ ਦਾ ਮਾਵਾ ਖਾ ਕੇ ਫਿਰ ਦੂਜੀ ਚਾਹ ਦੀ ਘੁੱਟ ਭਰਦਾ, ਬਾਹਰ ਖੇਤਾਂ ਵੱਲ ਜੰਗਲ ਪਾਣੀ ਜਾਂਦਾ। ਧਿਆਨਾ ਉਹਦੇ ਪੈਂਦੇ ਜਾ ਬੈਠਾ। ਉਹ ਅੱਗਾ ਅੱਖਾਂ ਉਘੇੜ ਕੇ ਝਾਕਿਆ ਤੇ ਬੈਠੀਆਂ ਰਗਾਂ ਨਾਲ ਬੋਲਿਆ, ਕਿੱਧਰ ਧਿਆਨ ਸੀ ਆ, ਤੜਕੇ ਕਿਵੇਂ ਦਰਸ਼ਨ ਦਿੱਤੇ? ਧਿਆਨ ਨੇ ਕੁਝ ਨੋਟ ਘੀਚਰ ਦੀ ਮੁੱਠੀ 'ਚ ਕਰਦੇ ਕਹਿਣ ਲੱਗਾ, ਅੱਧਾ ਤੋਲਾ ਕਰਦੇ ਹੋਰ ਪੈਸੇ ਬਣਦੇ ਆ ਤਾਂ ਫਿਰ ਦੇ ਜੂ ਮੈਂ, ਉਹਦੇ ਨਾਲ ਇਹਦੀ ਵਿੱਚ ਹੀ ਰਲਾ ਲੈ। ਉਹ ਮਕਾਲ ਹੀ ਹੋਏ, ਘੀਚਰ ਉੱਠ ਕੇ ਬੈਠ ਗਿਆ। ਹੋਰ, ਉਹ ਤਾਂ 3 ਦਿਨ ਮਸਾਂ ਚੱਲੀ, ਇੰਨੀ ਕਿੰਨੀ ਕੁ ਖਾ ਜਾਂਦਾ ਤੂੰ? 2 ਵੇਲੇ ਖਾਂਦਾ ਸੀ, ਕਿਉਂ 1 ਵਾਰੀ ਨਹੀਂ ਸਰਦਾ? ਸਾਲਿਆ, ਐਡੇ ਕੀਚੜੇ ਖਾਧੇ ਆ ਤੇਰੇ? ਉਹ ਨਹੀਂ ਯਾਰ, 1 ਵਾਰੀ ਤਾਂ ਉਦੋਂ ਖਾ ਲੈਣਾ, 1 ਵਾਰੀ ਤੜਕੇ, ਫਿਰ ਨਹੀਂ ਸਾਰਾ ਦਿਨ ਹੱਡ ਟੁੱਟਦੇ ਰਹਿੰਦੇ ਆ, ਫਿਰ ਤਾਂ ਅਮਲ ਪੈ ਗਿਆ। ਉਹ ਤੈਨੂੰ ਮੇਰੇ ਵਾਂਗੂ, ਪਰ ਚੱਲ ਕੋਈ ਨਹੀਂ, ਇਹ ਮਾੜੀ ਚੀਜ਼ ਨਹੀਂ ਹੈਗੀ, ਖਾਂਦਾ ਰਹਿ, ਇੱਥੋਂ ਲੈ ਜਾਇਆ ਕਰ ਮੈਥੋਂ, ਪੈਸਿਆਂ ਦੀ ਦਿੱਕਤ ਨਾ ਮੰਨੀ। ਕੀਚੜ ਨੇ ਘਰ ਵਾਲੇ ਨੂੰ ਚਾਹ ਧਰਨ ਵਾਸਤੇ ਹਾਕ ਮਾਰੀ। ਧਿਆਨ ਨੂੰ ਕਹਿੰਦਾ, ਹੁਣ ਚਾਹ ਦੀ ਘੁੱਟ ਪੀ ਕੇ ਜਾਈ, ਤੂੰ ਕਦੇ ਕਦੇ ਆਇਆ ਨਹੀਂ, ਹੁਣ ਆਇਆ ਕਰੂੰ, ਜਿਹੜਾ ਸਵਾਦ ਪਾਤਾ ਤੂੰ। ਉਹ ਦੋਵੇਂ ਖਿਣ ਖਿਣ ਕਰਕੇ ਗੁੱਜਾ ਜਿਹਾ ਹੱਸਣ ਲੱਗੇ। ਧਿਆਨ ਸਿਆਂ, ਵੀ ਸ਼ਾਹੀ ਨਸ਼ਾ ਹੈ, ਰਾਜੇ ਮਹਾਰਾਜੇ ਖਾਂਦੇ ਰਹੇ ਆ, ਸਾਧ ਸੰਤ ਸਭ ਖਾਂਦੇ ਆ, ਆਪਣਾ ਬਾਬਾ ਨਹੀਂ ਖਾਂਦਾ, ਤੂੰ ਹੀ ਦੱਸਦਾ। ਕਿ ਚਰਮ ਲਈ ਫੀਮ ਦੇ ਠੇਕੇਦਾਰਾਂ ਦਾ ਬੰਦਾ ਸੀ, ਉਹਨੂੰ ਉਹ ਆਪ ਨੂੰ ਖਾਣ ਨੂੰ ਤਾਂ ਵਧੀਆ ਫੀਮ ਦਿੰਦੇ, ਐਨ ਅਸਲੀ ਕੱਚ ਵਾਂਗ ਟੁੱਟਦੀ ਮਿਲਾਵਟ ਵਾਲੀ ਫੀਮ ਉਹਨੂੰ ਸਸਤੀ ਚੁਕਾ ਦਿੰਦੇ, ਜਿਹੜੀ ਉਹ ਥੋੜ੍ਹੀ ਥੋੜ੍ਹੀ ਕਰਕੇ ਪਿੰਡ 'ਚ ਚੋਰੀਓਂ ਵੇਚਦਾ। ਉਧਾਰ ਪੈਸਿਆਂ ਦੀ ਦਿੰਦਾ, ਮਗਰੋਂ ਹਰ ਕਿਸੇ ਤੋਂ ਪੈਸੇ ਉਗਰਾ ਲੈਂਦਾ ਸੀ, ਛੱਡਦਾ ਨਹੀਂ ਸੀ। ਜਿੱਥੇ ਉਹਦਾ ਕੰਮ ਚੋਰੀ ਦੀ ਫੀਮ ਵੇਚਣਾ ਸੀ, ਉੱਥੇ ਨਾਲ ਦੀ ਨਾਲ ਨਵੇਂ ਅਮਲੀ ਵੀ ਤਿਆਰ ਕਰਦਾ ਰਹਿੰਦਾ। ਅਮਲੀਆਂ ਦੇ ਸੰਸਾਰ 'ਚ ਵਾਧਾ ਹੁੰਦਾ ਰਹਿੰਦਾ, ਠੇਕੇਦਾਰਾਂ ਦਾ ਕਾਰੋਬਾਰ ਵਧੀਆ ਚੱਲ ਰਿਹਾ ਸੀ। ਪਹਿਲਾ ਬੱਚਾ ਜੰਮਣ, ਅਵਤਾਰ ਕੌਰ ਉਰਫ ਤਾਰੋ ਦਾਤੇ ਵਾਸ ਗਈ ਤਾਂ ਮਗਰੋਂ ਘਰ ਜਿਵੇਂ ਖਾਲੀ ਖਾਲੀ ਹੋ ਗਿਆ ਹੋਵੇ, ਮਾੜੋ ਲਈ ਵੀ ਤੇ ਧਿਆਨੇ ਲਈ ਵੀ। ਮਾੜੋ ਤਾਂ ਘਰ ਦੇ ਕੰਮਾਂ ਕਾਰਾਂ 'ਚ ਰੁੱਝੀ ਰਹਿੰਦੀ ਤੇ ਧਿਆਨਾ ਮੁੜ ਕੇ ਬਾਬਿਆਂ ਦੇ ਡੇਰੇ ਜਾਣ ਲੱਗਿਆ, ਪਰ ਹੁਣ ਪਹਿਲਾਂ ਵਾਂਗ ਸੰਗਤੀ ਸੇਵਾ ਨਹੀਂ ਕਰਦਾ ਸੀ, ਨਾ ਭਾਂਡੇ ਮਾਂਜਦਾ, ਨਾ ਜੁੱਤੀਆਂ ਪੂੰਝਦਾ, ਚੱਕਣ ਧਰਨ ਜਿਹਾ ਕਰਦਾ ਰਹਿੰਦਾ। ਕੋਈ ਮੰਜਾ ਇੱਥੇ ਢਾਹਤਾ, ਕੋਈ ਇੱਥੇ ਖੜਾ ਕਰਤਾ, ਨਿੰਮਾਂ ਦੇ ਟਾਹਲੀਆਂ ਥੱਲਿਓਂ ਸੰਭਰ ਕੇ ਡੱਕੇ ਇਕੱਠੇ ਕਰਦਾ, ਲੰਗਰ 'ਚ ਜਾ ਸੁੱਟਦਾ, ਬਾਬਿਆਂ ਦਾ ਆਸਣ ਝਾੜ ਕੇ ਵਿਛਾ ਦਿੰਦਾ, ਆਏ ਗਏ ਸੇਵਕਾਂ ਨੂੰ ਲੰਗਰ 'ਚੋਂ ਚਾਹ ਪਾਣੀ ਲਿਆ ਦਿੰਦਾ। ਬਾਬੇ ਜਿਹੜੇ ਕੰਮ ਆਖਦੇ ਹੌਲੀ ਹੌਲੀ ਕਰਦਾ ਰਹਿੰਦਾ। ਹੁਣ ਉਹਦੇ 'ਚ ਪਹਿਲਾਂ ਵਾਲੀ ਫੁਰਤੀ ਨਹੀਂ ਸੀ, ਪਹਿਲਾਂ ਵਾਲੀ ਚਾਲ ਢਾਲ ਨਹੀਂ ਰਹਿ ਗਈ ਸੀ। ਘਰੋਂ ਦੇਰ ਨਾਲ ਡੇਰੇ ਪਹੁੰਚਦਾ, ਦਿਨ ਵੇਲੇ ਅੰਨ ਪਾਣੀ ਤਾਂ ਡੇਰੇ ਹੀ ਛੱਕਦਾ, ਰਾਤ ਦੀ ਰੋਟੀ ਆਪਣੇ ਘਰ ਹਮੇਸ਼ਾ ਖਾਂਦਾ। ਅਸਲ 'ਚ ਫੀਮ ਦਾ ਨਸ਼ਾ ਉਹਨੂੰ ਹੱਡਾਂ 'ਚ ਰਚ ਗਿਆ ਸੀ, ਉਹ ਫੀਮ ਹਮੇਸ਼ਾ ਘੀਚੜ ਤੋਂ ਹੀ ਲੈਂਦਾ, ਪੈਸਿਆਂ ਦਾ ਉਹਦੇ ਨਾਲ ਹਿਸਾਬ ਰੱਖਦਾ, ਮੋੜਦਾ ਰਹਿੰਦਾ। ਧਿਆਨੇ ਨੇ ਨੰਬਰਦਾਰ ਤੋਂ ਕਦੇ ਪੈਸੇ ਨਹੀਂ ਮੰਗੇ ਸੀ, ਹਮੇਸ਼ਾ ਉਹ ਮਾੜੋ ਤੋਂ ਪੈਸੇ ਲੈਂਦਾ। ਡੇਰੇ 'ਚ ਜਦੋਂ ਬਾਬੇ ਆਰਾਮ ਕਰ ਰਹੇ ਹੁੰਦੇ, ਸੇਵਕਾਂ ਦਾ ਆਉਣ ਜਾਣ ਨਹੀਂ ਹੁੰਦਾ ਸੀ, ਧਿਆਨਾ ਪਰੇ ਕਿਧਰੇ ਕਿਸੇ ਰੁੱਖ ਥੱਲੇ ਛੋਟੀ ਮੰਜੀ ਡਾਉਂਦਾ ਪੈ ਜਾਂਦਾ, ਪੈਂਦਾ ਹੀ ਸੌਂ ਜਾਂਦਾ, ਘਰਾੜੇ ਮਾਰਨ ਲੱਗਦਾ। ਪਿਛਲੇ ਪੈਰ ਦੀ ਚਾਹ ਉਹਨੂੰ ਕੋਈ ਸੇਵਕ ਦੇ ਕੇ ਹੀ ਜਾਂਦਾ, ਆਖਦਾ, ਨੰਬਰਦਾਰਾ ਉੱਠੋਏ, ਚਾਹ ਕਿਤੇ ਪਾਣੀ ਨਾ ਬਣ ਜਾਏ, ਹੁਣ ਆਪੇ ਗੌਰ ਕਰੀ, ਘੁਰਾੜੇ ਬੜੇ ਮਾਰਦਾ, ਲੰਗਰ ਤਾਂ ਹੀ ਜਾਂਦੀ ਆ ਤੇਰੀ ਆਵਾਜ਼। ਤਾਰੋ 7ਵੇਂ ਮਹੀਨੇ ਦਾਤੇ ਵਾਸ ਗਈ ਸੀ, 2 ਮਹੀਨਿਆਂ ਬਾਅਦ ਧਰਮਗੜ੍ਹ ਸੁਨੇਹਾ ਪਹੁੰਚਿਆ ਮੁੰਡਾ ਹੈ। ਨੰਬਰਦਾਰ ਦੇ ਘਰ ਕੀ ਸਾਰੇ ਅਗਵਾੜ 'ਚ ਖੁਸ਼ੀ ਦੀ ਲਹਿਰ ਦੌੜ ਗਈ। ਮਾੜੋ ਤੋਂ ਚਾਹ ਨਹੀਂ ਚੁੱਕਿਆ ਜਾਂਦਾ ਸੀ, ਦਸੌਂਦੀ ਹੋਰ ਬੋਲਾ ਜਿਹਾ ਹੋ ਗਿਆ, ਉਹਦੀਆਂ ਰਗਾਂ 'ਚ ਨਵਾਂ ਖੂਨ ਦੌੜਨ ਲੱਗਿਆ। ਉਹ ਡੇਰੇ ਜਾ ਕੇ ਬਾਬਿਆਂ ਨੂੰ ਦੱਸ ਕੇ ਆਇਆ, ਜਾਂਦਾ ਹੋਇਆ ਨਾਲ ਲੱਡੂਆਂ ਦਾ ਡੱਬਾ ਲੈ ਕੇ ਗਿਆ। ਬਾਬਿਆਂ ਨੂੰ ਪੈਸੇ ਮੱਥਾ ਟੇਕ ਕੇ ਆਇਆ, ਖੁਸ਼ੀ ਦਾ ਮੌਕਾ ਸੀ। ਬਾਬਿਆਂ ਨੇ ਕਾਕੇ ਦਾ ਨਾਂ ਖੁਸ਼ੀਆ ਰੱਖ ਦਿੱਤਾ, ਤੇ ਫਿਰ ਡੇਰੇ ਤੋਂ ਘਰ, ਘਰ ਤੋਂ ਅਗਵਾੜ, ਅਗਵਾੜ ਤੋਂ ਦਾਤੇ ਵਾਸ, ਮੁੰਡੇ ਦਾ ਨਾਂ ਖੁਸ਼ੀਆ ਸਿੰਘ ਪੱਕ ਗਿਆ। ਆਥਣ ਨੂੰ ਅਗਵਾੜ ਦੇ ਮੁੰਡਿਆਂ ਨੇ ਧਿਆਨੇ ਤੋਂ ਠੇਕੇ ਦੀਆਂ ਬੋਤਲਾਂ ਮੰਗਵਾ ਲਈਆਂ, ਉਹਨਾਂ ਨੇ ਬਾਹਰਲੇ ਘਰ ਬੈਠ ਕੇ ਦਾਰੂ ਪੀਣ ਲੱਗੇ। ਜਿਹੜਾ ਵੀ ਨਵਾਂ ਕੋਈ ਆਉਂਦਾ, ਸਭ ਨੂੰ ਕੌਲੀ ਦਿੱਤੀ ਜਾਂਦੀ, ਡੂੰਘੇ ਹਨੇਰੇ ਤੱਕ ਲਲਕਾਰੇ ਵੱਜਦੇ ਰਹੇ। ਧਿਆਨੇ ਨੇ ਆਪ ਨਹੀਂ ਪੀਤੀ ਸੀ, ਉਹ ਦਾਰੂ ਪੀਂਦਾ ਹੀ ਨਹੀਂ ਸੀ। ਮੁੰਡਾ ਸੁਣ ਕੇ ਅਗਲੇ ਦਿਨ ਹੀ ਮਾੜੋ ਤੇ ਦਸੌਂਦੀ ਭੱਜੇ ਭੱਜੇ ਦਾਤੇ ਵਾਸ ਗਏ, ਜਾ ਕੇ ਪੋਤੇ ਦਾ ਮੂੰਹ ਦੇਖਿਆ, ਉਹਨੇ ਅਜੇ ਅੱਖਾਂ ਵੀ ਨਹੀਂ ਖੋਲੀਆਂ ਸੀ, ਦੋਵਾਂ ਦੇ ਕਾਲਜੇ ਜਿਵੇਂ ਗਿੱਠ ਗਿੱਠ ਚੌੜੇ ਹੋ ਗਏ ਹੁਣ।
ਉਹ ਇਸੇ ਦਿਨ ਨੂੰ ਉਡੀਕ ਰਹੇ ਸੀ। ਅਵਤਾਰ ਕੁਰ ਪਿੱਟ ਕਰਕੇ ਮੰਜੇ 'ਤੇ ਇੱਕ ਪਾਸੇ 'ਚ ਪੱਲਾ ਕਰੀ ਬੈਠੀ ਸੀ। ਤਾਰੋ ਦੇ ਮੰਜੇ ਕੋਲ ਬੈਠ ਕੇ ਦੋਵਾਂ ਨੇ ਚਾਹ ਪਾਣੀ ਪੀਤਾ। ਤਾਰੋ ਦੀ ਮਾਂ ਵੀ ਉੱਥੇ ਸੀ। ਦੋਵੇਂ ਭਰਜਾਈਆਂ ਇੱਧਰ ਉੱਧਰ ਉਹਨਾਂ ਦੀ ਪ੍ਰਾਹੁਣਚਾਰੀ ਕਰਦੀਆਂ ਫਿਰਦੀਆਂ ਸੀ, ਗੱਲਾਂ ਵੀ ਹੋ ਰਹੀਆਂ ਸਨ। ਮਾੜੋ ਆਖਦੀ, ਨੱਕ ਮੂੰਹ ਸਾਰਾ ਧਿਆਨ ਨੇ 'ਤੇ ਗਿਆ। ਤਾਰੋ ਦੀ ਮਾਂ ਦਾ ਕਹਿਣਾ ਸੀ, ਅਜੇ ਕੀ ਹੈ ਭੈਣੇ, ਜਵਾਕ 100 ਰੰਗ ਵਟਾਉਂਦੇ, ਦੇਖ ਲਈ ਵੱਡਾ ਹੋ ਕੇ ਮਾਮਿਆਂ ਦੇ ਜਾਊ, ਇਹਦਾ ਚੇਨ ਚੱਕਰ ਦੱਸੀ ਜਾਂਦਾ। ਮਾੜੋ ਨੇ ਮੁੰਡੇ ਨੂੰ 100 ਰੁਪਈਆ ਸ਼ਗਨ ਦਿੱਤਾ। ਉਹਨਾਂ ਦਿਨਾਂ 'ਚ 100 ਰੁਪਇਆ 1000 ਦੇ ਬਰਾਬਰ ਸੀ। ਆਮ ਸ਼ਗਨ 2 ਰੁਪਏ ਜਾਂ 1 ਰੁਪਇਆ ਦਿੱਤਾ ਜਾਂਦਾ। ਕੁੜ ਮਾਇਆ ਸੁਣ ਕੇ ਉਹਨਾਂ ਦੀਆਂ ਲਾਗਣਾਂ ਆ ਗਈਆਂ, ਲੱਗੀਆਂ ਵਧਾਈਆਂ ਦੇਣ। ਹੱਥ ਬੰਨੀ ਖੜੀਆਂ ਉਹਨਾਂ ਦੀ ਨਿਗਾਹ ਕਦੇ ਮਾੜੋ ਦੇ ਹੱਥ ਵੱਲ ਜਾਂਦੀ, ਕਦੇ ਦਸੌਂਦੀ ਸਿੰਘ ਦੀ ਜੇਬ ਵੱਲ। ਮਾੜੋ ਰੱਜੀ ਰੂਹ ਦੀ ਮਾਲਕ ਸੀ, ਬਥੇਰੀ ਜ਼ਮੀਨ ਵਾਲੇ ਸਾਨੂੰ। ਉਹਨੇ ਸਭ ਨੂੰ 5-5 ਰੁਪਏ ਦਿੱਤੇ। ਪਹਿਲਾਂ ਹੀ ਨੋਟ ਤੜਵਾ ਕੇ ਲੈ ਗਈ ਸੀ ਜਿਸ ਦਿਨ ਬਸ ਸ਼ਗਨ ਹੀ ਦਿੱਤਾ ਗਿਆ। ਉਸ ਦਿਨ ਬਸ ਸ਼ਗਨ ਹੀ ਦਿੱਤਾ ਗਿਆ, ਲੀੜਾ ਕੱਪੜਾ ਕੋਈ ਨਹੀਂ ਲੈ ਕੇ ਗਏ। ਹਫ਼ਤੇ 10 ਦਿਨ ਬਾਅਦ ਫਿਰ ਮਾੜੋ 'ਤੇ ਧਿਆਨ ਨਾ ਗਏ। ਪੰਜੀਰੀ ਦਾ ਪੀਪਾ ਭਰਿਆ ਸੀ, ਵਿੱਚ ਬਦਾਮ, ਖੋਪਾ, ਦੱਖਾਂ, ਕਮਰਕਸ, ਭਾਠਾ, ਸੌਂਫ, ਜਮੈਣ ਸਭ ਕੁਛ ਪਾਇਆ ਹੋਇਆ ਸੀ। ਅੱਧੋ ਸੁੱਧੀ ਦਾ ਦੇਸੀ ਘਿਓ, ਉਹਨਾਂ ਦਿਨਾਂ 'ਚ ਦੇਸੀ ਘਿਓ ਹੀ ਸੀ ਲਵੇਰੀਆਂ ਮੱਝਾਂ ਦੇ, ਡਾਲਡੇ ਦਾ ਕੋਈ ਨਾਂ ਵੀ ਨਹੀਂ ਜਾਣਦਾ ਸੀ। ਮੁੰਡੇ ਦੇ ਹੱਥਾਂ ਨੂੰ ਸੋਨੇ ਦੇ ਕੰਗਣਾਂ ਦੀ ਜੋੜੀ ਸੀ, ਪੈਰਾਂ ਨੂੰ ਸਗਲੇ ਚਾਂਦੀ ਦੇ ਘੁੰਗਰੂਆਂ ਵਾਲੇ, ਤਾਰੋ ਲਈ ਸੂਟ, ਹੋਰ ਸਸਤੇ ਸੂਟ ਉਹਨਾਂ ਦੀਆਂ ਲਾਗਣਾਂ ਨੂੰ। ਉਸ ਦਿਨ ਮਾੜੋ ਖੁਸ਼ੀ ਨੂੰ ਆਪਣੀ ਗੋਦੀ 'ਚ ਲੈ ਕੇ ਪੀੜ੍ਹੀ 'ਤੇ ਬੈਠੀ ਰਹੀ। ਉਹ ਰੋਂਦਾ ਨਹੀਂ ਸੀ, ਚੁੱਪ ਕੀਤਾ, ਅੱਖਾਂ ਮੀਟੀਆਂ ਹੋਈਆਂ ਸੀ, ਆਰਾਮ ਨਾਲ ਦਾਦੀ ਦੀ ਗੋਦੀ ਦਾ ਨਿੱਘ ਲੈ ਰਿਹਾ ਸੀ। ਬਸ ਇੱਕ ਵਾਰੀ ਪਿਸ਼ਾਬ ਕੀਤਾ, ਤੱਤਾ ਲੱਗਣ ਕਰਕੇ ਮਾੜੋ ਨੂੰ ਪਤਾ ਲੱਗਿਆ। ਆਖ ਰਹੇ ਸੀ, ਲੈ ਇਹਨੇ ਤਾਂ ਵੱਡੀਆਂ ਉਮਰਾਂ ਵਾਲੇ ਨੇ ਵੰਡਾ ਲਿਆ ਪਿਆਰ ਦਾਦੀ ਨਾਲ। ਤਾਰੋ ਦੀ ਮਾਂ ਸਮਝ ਗਈ ਸੀ ਮੁੰਡੇ ਨੇ ਪਿਸ਼ਾਬ ਕੀਤਾ, ਪੋਤੜਾ ਬਦਲਣ ਲਈ ਉਹਨੇ ਮਾੜੋ ਤੋਂ ਮੁੰਡਾ ਫੜਨਾ ਚਾਹਿਆ। ਪਰ ਉਹ ਬੋਲੀ, ਹੁਣ ਕਰ ਹੀ ਲੈਣ ਦੇ, ਸਮਾਰ ਕੇ ਜਿਉਣ ਜੋਗੇ ਨੂੰ ਇਹ ਪਿਸ਼ਾਬ ਨਹੀਂ, ਇਹ ਤਾਂ ਅੰਮ੍ਰਿਤ ਆ ਭਾਈ, ਕਿਸੇ ਕਿਸੇ ਨੂੰ ਮਿਲਦਾ ਕਰਮਾਂ ਵਾਲਿਆਂ ਨੂੰ। ਮਾੜੋ ਦੀ ਗੱਲ ਸੁਣ ਕੇ ਧਿਆਨ ਨਾਲ ਸ਼ਰਮਾ ਰਿਹਾ ਸੀ। ਉਹ ਚੋਰੀ ਛੁਪੇ ਮੁੰਡੇ ਦੇ ਮੂੰਹ ਵੱਲ ਝਾਕਦਾ, ਪਰ ਫੜਿਆ ਨਹੀਂ। ਮਾੜੋ ਨੇ ਬਥੇਰਾ ਆਖਿਆ ਸੀ, ਉਹਦੀ ਸੰਗ ਹੀ ਨਹੀਂ ਫੁੱਟੀ। ਧਿਆਨੇ ਨੇ ਤਾਰੋ ਨਾਲ ਵੀ ਕੋਈ ਗੱਲ ਨਹੀਂ ਕੀਤੀ, ਉਹ ਬਸ ਕਦੇ ਕਦੇ ਇੱਕ ਦੂਜੇ ਵੱਲ ਝਾਕਦੇ ਗੁੱਜਾ ਗੁੱਜਾ ਮੁਸਕਰਾਉਣ ਲੱਗਦੇ। ਤਾਰੋ 3 ਮਹੀਨੇ ਦਾਤੇ ਵਾਸ ਹੀ ਬੈਠੀ ਰਹੀ। ਮਾਂ ਆਖਦੀ ਸੀ, ਇਹਨੂੰ ਤਕੜਾ ਕਰਕੇ ਲਿਜਾਈ, ਤੂੰ ਨਿਆਣੀ ਆ, ਜਵਾਕ ਸਾਂਭਣ ਦਾ ਪਤਾ ਨਹੀਂ, ਤੇਰੀ ਸੱਸ ਤੋਂ ਨਹੀਂ ਹੋਣੀ ਇੰਨੀ ਖੇਚਲਾ, ਇੱਥੇ ਤਾਂ ਅਸੀਂ ਹੈਗੇ ਹਾਂ, ਮੈਂ ਤੇਰੀਆਂ ਭਰਜਾਈਆਂ ਨੇ। ਕੁੜਮਣੀ ਦੀ ਗੱਲ ਮਾੜੋ ਨੇ ਮੰਨ ਲਈ ਸੀ, ਉਹਨੂੰ ਤਾਂ ਚੰਗਾ ਸੀ, ਪੋਤਾ ਪਲ ਰਿਹਾ ਸੀ, ਉਹਦੇ ਹੱਡਾਂ 'ਚ ਹੁਣ ਪਹਿਲਾਂ ਵਾਲੀ ਜਾਨ ਨਹੀਂ ਸੀ। ਮੁੰਡਾ 1.25 ਮਹੀਨੇ ਦਾ ਹੋਇਆ ਤਾਂ ਧਿਆਨ ਨਾਲ ਆਖਣ ਲੱਗ ਪਿਆ, ਬੇਬੇ ਕਿਉਂ ਔਖੀ ਹੁੰਦੀ ਹੈ, ਤੇਰੀ ਕੀ ਉਮਰ ਹੈ ਹੁਣ ਕੰਮ ਕਰਨ ਦੀ, ਉਹ ਕਾਸ ਨੂੰ ਛੱਡ ਰੱਖੀ ਹੈ ਦਾਤੇ ਵਾਸ। ਜਵਾਬ ਦਿੰਦੀ, ਵੀ ਪਲੀ ਜਾਂਦਾ ਸੁੱਖ ਨਾਲ, ਹੈਗੀਆਂ ਸਾਂਭਣ ਵਾਲੀਆਂ ਉਹਨੂੰ। ਮੈਂ ਤਾਂ ਹਾਰ ਗਈ ਭਾਈ, ਕੋਈ ਨਹੀਂ, ਜਰਾਂਦ ਕਰ, ਬਥੇਰਾ ਆਜੂਗੀ, ਇੱਥੇ ਰਹਿਣਾ, ਮਾਂ ਪੁੱਤ ਨੇ ਕਿਧਰੇ ਨਹੀਂ ਜਾਂਦੇ। ਤਾਰੋ 3 ਮਹੀਨੇ ਦਾ ਮੁੰਡਾ ਲੈ ਕੇ ਆਈ ਤਾਂ ਘਰ ਭਰਿਆ ਭਰਿਆ ਲੱਗਣ ਲੱਗਿਆ। ਉਹਨਾਂ ਦਾ ਸੁਨੇਹਾ ਆਏ ਤੋਂ ਹੀ ਧਿਆਨ ਨਾਲ ਗਿਆ ਸੀ, ਦਾਤੇ ਵਾਸ ਵਾਲਿਆਂ ਨੇ ਸ਼ੀਰਸ਼ਕ 'ਚ ਬਥੇਰਾ ਕੁਛ ਦਿੱਤਾ ਸੀ, ਲੀੜਾ ਕੱਪੜਾ ਬਹੁਤ ਸੀ, ਇਸੇ ਕਰਕੇ ਤਾਂ ਦਾਤੇ ਵਾਸ ਵਾਲਿਆਂ ਨੇ ਬਲਦ ਗੱਡੀ ਦੇ ਕੇ ਤੋਰਿਆ ਸੀ ਕੁੜੀ ਨੂੰ। ਧਿਆਨੇ ਨੂੰ ਮੁੰਡੇ ਦਾ ਇੰਨਾ ਚਾਅ ਨਹੀਂ ਸੀ ਜਿੰਨਾ ਗਰੂਰ ਉਹਨੂੰ ਤਾਰੋ ਮੁੜ ਕੇ ਆਈ ਦਾ ਸੀ। ਉਹਦੀ ਫੀਮ ਖਰੀ ਹੋਣ ਲੱਗੀ, ਉਹ ਤਾਂ ਜਿਵੇਂ ਨਵੀਂ ਨਵੇਲੀ ਹੋਵੇ, ਖੁਰਾਕਾਂ ਖਾਧੀਆਂ ਹੋਣ ਕਰਕੇ ਉਹਦੇ ਹੱਡ ਸੰਡੇ ਗਏ, ਪੰਜੀਰੀ ਨੇ ਉਵੇਂ ਜਿਵੇਂ ਮਾਸ ਭਰਤਾ ਸੀ। ਧਿਆਨੇ ਨੂੰ ਲੱਗਦਾ ਜਿਵੇਂ ਉਹ ਕੋਈ ਨਵੀਂ ਤੀਵੀਂ ਹੋਵੇ। ਬੰਨ ਚੱਪਾ ਰੱਖੀ ਬਹੂ, ਦੂਜਾ ਹੁਣ ਢਿੱਡ ਪੈ ਗਿਆ ਤਾਂ ਇਹ ਰੁਲਜੂ ਤੇਰਾ, ਫਿਰ ਨਾ ਕਹੀਂ, ਆਖਿਆ ਨਹੀਂ ਸੀ, ਸੱਸ ਸਮਝੌਤੀਆਂ ਦਿੰਦੇ। ਤਾਰੋ ਹੱਸਣ ਲੱਗਦੀ, ਆਖਦੀ, ਮੈਂ ਕੀ ਕਰਾਂ ਬੇਬੇ ਜੀ, ਆਪਦੇ ਪੁੱਤ ਨੂੰ ਆਖ ਡੇਰੇ ਹੀ ਰਿਹਾ ਕਰੇ। ਮਾੜੋ ਮੁੰਡਾ ਸਾਂਭਦੀ, ਤਾਰੋ ਸਾਰਾ ਦਿਨ ਕੰਮ ਕਰਦੀ ਫਿਰਦੀ, ਘਰ ਦੇ ਵੀ ਤੇ ਮੁੰਡੇ ਦੇ ਵੀ। ਧਿਆਨ ਨਾਲ ਤੜਕੇ ਦੀ ਚਾਹ ਪੀ ਕੇ ਘਰੋਂ ਬਾਹਰ ਹੋ ਜਾਂਦਾ, ਖੇਤਾਂ 'ਚ ਕਿਧਰੇ ਜੰਗਲ ਪਾਣੀ ਹੋ ਕੇ ਉੱਥੋਂ ਸਿੱਧਾ ਹੀ ਡੇਰੇ ਜਾ ਵੜਦਾ। ਸਾਰਾ ਦਿਨ ਡੇਰੇ ਰਹਿੰਦਾ, ਪਹਿਲਾਂ ਵਾਂਗ ਹੀ ਲੰਗਰ ਸੇਵਾ ਕਰਦਾ, ਉੱਥੇ ਰੋਟੀ ਖਾ ਲੈਂਦਾ, ਦੁੱਧ ਪੀ ਲੈਂਦਾ, ਜਦੋਂ ਤੋੜ ਲੱਗਦੀ ਮਾਵਾ ਚੱਕ ਲੈਂਦਾ, ਚੁੱਪ ਕਰਕੇ ਖਾਂਦਾ ਜਿਵੇਂ ਦੂਜੇ ਨੂੰ ਪਤਾ ਨਾ ਲੱਗਣ ਦੇਣਾ ਹੋਵੇ। ਜੇਬ 'ਚ ਰੇਵੜੀਆਂ ਪਤਾਸੇ ਵੀ ਰੱਖਦਾ, ਫੀਮ ਖਾ ਕੇ ਮਗਰੋਂ ਮਿੱਠਾ ਖਾਣ ਨੂੰ ਜੀ ਕਰਦਾ ਸੀ। ਖੁਸ਼ੀਆਂ ਦਿਨੋ ਦਿਨ ਉਡਾਰ ਹੁੰਦਾ ਜਾ ਰਿਹਾ ਸੀ। ਸੱਸ ਨੂੰ ਉਸੇ ਦੇ ਅਛਣਿਆਂ ਪਛਣਿਆਂ 'ਤੇ ਰਹਿੰਦੀਆਂ, ਚਾਹੁੰਦੀਆਂ ਕਿ ਉਹ ਦਿਨਾਂ ਵਿੱਚ ਹੀ ਜਵਾਨ ਹੋ ਜਾਏ। 5 ਸਾਲ ਦਾ ਹੋਇਆ ਮਾੜੋ ਉਹਨੂੰ ਸਕੂਲ ਦਾਖਲ ਕਰਵਾਏ, ਉਹ ਬੜੇ ਚੌਂਪ ਨਾਲ ਤਿਆਰ ਹੋ ਕੇ ਸਕੂਲ ਜਾਂਦਾ, ਠਮਕ ਠਮਕ ਤੁਰਦਾ, ਸੋਹਣਾ ਹੀ ਬੜਾ ਲੱਗਦਾ, ਹੱਸਦਾ ਖੇਡਦਾ ਜਾਂਦਾ। ਕਦੇ ਉਹਨੂੰ ਦੂਜੇ ਜਵਾਕਾਂ ਵਾਂਗ ਸਕੂਲ ਜਾਣ ਵੇਲੇ ਠੁੱਸ ਠੁੱਸ ਨਹੀਂ ਸੀ ਕੀਤੀ। ਹਾਲਾਤ ਬਦਲਦੇ ਜਾ ਰਹੇ ਸੀ, ਪੈਪਸੂ ਰਾਜ ਤੋੜ ਕੇ ਪੰਜਾਬ 'ਚ ਮਿਲਾ ਦਿੱਤਾ ਗਿਆ, ਬਰਨਾਲਾ ਜ਼ਿਲ੍ਹਾ ਵੀ ਨਹੀਂ ਸੀ, ਹੁਣ ਉਹਨਾਂ ਪਿੰਡਾਂ ਨੂੰ ਸੰਗਰੂਰ ਜ਼ਿਲ੍ਹਾ ਲੱਗਦਾ। ਖੁਸ਼ੀ ਇਹਨੇ ਦੂਜੀ ਪਾਸ ਕੀਤੀ, ਮਾੜੋ ਤੁਰ ਗਈ, ਬੁੜੀਆਂ ਗੱਲਾਂ ਕਰਦੀਆਂ, ਕੁੜੇ ਨੰਬਰਦਾਰ ਨਹੀਂ, ਕਰਮਾਂ ਵਾਲੀ ਸੀ, ਭਰਿਆ ਪਰਿਵਾਰ ਛੱਡ ਕੇ ਗਈ ਹੈ।
ਉਹਦੀਆਂ ਨੀਤਾਂ ਨੂੰ ਕਾਸੇ ਦਾ ਘਾਟਾ ਨਹੀਂ ਸੀ। ਹੋਰ ਪੋਤਾ ਤੇ ਦੇਖ ਕੇ ਗਈ, ਏਦੋ ਵੱਡੀ ਕੀ ਗੱਲ ਹੁੰਦੀ ਹੈ ਕੋਈ ਹੋਰ ਆਖਦੀ। ਦਸੌਂਦੀ ਸਿੰਘ ਮਾੜੋ ਮਰੀ ਦਾ ਅੰਦਰ ਕਿਧਰੇ ਜ਼ਰੂਰ ਗਮ ਮੰਨੀ ਬੈਠਾ ਹੋਏਗਾ, ਪਰ ਬਾਹਰੋਂ ਉਹਨੂੰ ਕੋਈ ਖਾਸ ਝੋਰਾ ਨਹੀਂ ਲੱਗਦਾ ਸੀ। ਉਹ ਨਹੁੰ ਦੇ ਹੱਥੋਂ ਪਹਿਲਾਂ ਵਾਂਗ ਰੋਟੀ ਪਾਣੀ ਲੈ ਕੇ ਖਾਂਦਾ ਪੀਂਦਾ, ਖੁਸ਼ੀਏ ਨਾਲ ਪਹਿਲਾਂ ਵਾਂਗ ਹੀ ਨਿੱਕੀਆਂ ਨਿੱਕੀਆਂ ਗੱਲਾਂ ਮਾਰਦਾ। ਪਹਿਲਾਂ ਕਿਹੜਾ ਮਾੜੋ ਨਾਲ ਬੈਠ ਕੇ ਗੱਲਾਂ ਕਰਦਾ ਸੀ, ਹੁਣ ਮਾੜੋ ਨਹੀਂ ਸੀ ਤਾਂ ਕੋਈ ਫਰਕ ਨਹੀਂ ਸੀ। ਦਸੌਂਦੀ ਪਹਿਲਾਂ ਵਾਂਗ ਹੀ ਲੋਕਾਂ ਦੇ ਕੰਮੀ ਧੰਦੇ ਧਨੌਲੇ ਜਾਂਦਾ ਬਰਨਾਲੇ ਤਹਿਸੀਲਦਾਰ ਦੇ। ਧਿਆਨੇ ਨੂੰ ਕੋਈ ਚੜ੍ਹੀ ਲੱਥੀ ਦਾ ਖਿਆਲ ਨਹੀਂ ਸੀ, ਨੰਬਰਦਾਰੀ ਦੇ ਕੰਮਾਂ 'ਚ ਉਹਨੂੰ ਕੋਈ ਦਿਲਚਸਪੀ ਨਹੀਂ ਸੀ। ਉਹ ਤਾਂ ਘਰੋਂ ਡੇਰੇ, ਡੇਰਿਓਂ ਘਰ, ਬਸ ਇੰਨੀ ਉਹਦੀ ਵਾਟ ਸੀ। ਜਦੋਂ ਖੁਸ਼ੀਆ 10ਵੀਂ ਜਮਾਤ ਪਾਸ ਕਰ ਗਿਆ ਤਾਂ ਨੰਬਰਦਾਰ ਨੇ ਉਹਨੂੰ ਅੱਗੇ ਨਹੀਂ ਪੜ੍ਹਾਇਆ। 10ਵੀਂ ਤਾਂ ਪਿੰਡ ਦੇ ਹਾਈ ਸਕੂਲ 'ਚ ਪਾਸ ਕੀਤੀ ਸੀ, ਉਹਦੇ ਨਾਲ ਦੇ ਮੁੰਡੇ ਬਰਨਾਲੇ ਕਾਲਜ 'ਚ ਦਾਖਲ ਹੋ ਗਏ। ਖੁਸ਼ੀਏ ਦੀ ਅੱਗੇ ਕਾਲਜ ਲੱਗਣ ਦੀ ਆਪ ਵੀ ਕੋਈ ਰੁਚੀ ਨਹੀਂ ਸੀ। ਉਦੋਂ ਤੱਕ ਨੰਬਰਦਾਰ ਪੂਰਾ ਹਾਰ ਗਿਆ ਸੀ, ਗੋਡੇ ਸਰੀਰ ਦਾ ਭਾਰ ਨਹੀਂ ਝੱਲਦੇ ਸੀ, ਤੁਰਨ ਵੇਲੇ ਉਹਦਾ ਸਾਹ ਚੜ੍ਹ ਜਾਂਦਾ, ਉਹਦਾ ਭੁੱਖ ਤੇ ਨਾਲ ਕੱਟੀ ਜਾਂਦੀ ਸੀ। ਆਦਤਾਂ ਉਹੀ ਸੀ, ਉਹ ਮਸਾਈ ਕਦੇ ਕਿਸੇ ਨਾਲ ਧਨੌਲੇ ਬਰਨਾਲੇ ਜਾਂਦਾ। ਜ਼ਮੀਨ ਦਾ ਹਾਲਾ ਇਕੱਠਾ ਕਰਨ ਦਾ ਕੰਮ ਹੁਣ ਹੇਮਰਾਜ ਨਹੀਂ ਖੁਸ਼ੀਆ ਕਰਦਾ। ਦਸੌਂਦੀ ਉਹਨੂੰ ਨੰਬਰਦਾਰੀ ਦੇ ਸਾਰੇ ਢੰਗ ਤਰੀਕੇ ਦੱਸਦਾ ਸਮਝਾਉਂਦਾ ਜਾਂਦਾ। ਖੁਸ਼ੀ ਐਨ ਬਣ ਠਣ ਕੇ ਰਹਿੰਦਾ, ਸਿਰ ਦੇ ਵਾਲਾਂ ਦਾ ਜੂੜਾ ਕਰਦਾ, ਪੋਚਵੀਂ ਪਟਿਆਲਾ ਸ਼ਾਹੀ ਬਦਾਮੀ ਰੰਗ ਦੀ ਜਾਂ ਘਿਓ ਕਪੂਰੀ ਪੱਗ ਬੰਨਦਾ, ਦਾੜੀ ਮੁੱਛਾਂ ਦੀ ਲੂਈ ਉਤਰਨ ਲੱਗੀ ਸੀ, ਐਵੇਂ ਹੀ ਮੂੰਹ ਤੇ ਹੱਥ ਫੇਰਦਾ ਜਿਵੇਂ ਵਾਲਾਂ ਨੂੰ ਸਵਾਰਦਾ ਹੋਵੇ, ਗੁਣੇ ਚੁਣੇ ਸ਼ਬਦਾਂ 'ਚ ਗੱਲ ਕਰਦਾ। ਦਸੌਂਦੀ ਸਿੰਘ ਨੇ ਇੱਕ ਦਿਨ ਬਰਨਾਲੇ ਕਚਹਿਰੀਆਂ 'ਚ ਨੰਬਰਦਾਰੀ ਉਹਦੇ ਨਾਂ ਕਰਵਾ ਦਿੱਤੀ, ਆਪਣੇ ਹੱਥ ਦੀ ਮੋਹਰ ਛਾਪ ਖਜ਼ਾਨੇ 'ਚ ਜਮ੍ਹਾਂ ਕਰਾ ਦਿੱਤੀ ਤਾਂ ਕਿ ਪਿੱਛੋਂ ਉਹਦੀ ਕੋਈ ਗਲਤ ਵਰਤੋਂ ਨਾ ਕਰ ਸਕੇ। ਖੁਸ਼ੀਏ ਨੇ 16 ਸਾਲਾਂ ਦੀ ਉਮਰ 'ਚ 10ਵੀਂ ਪਾਸ ਕੀਤੀ ਸੀ। 3-4 ਸਾਲ ਉਹ ਹਾਲਾ ਉਗਰਾਉਣ ਦਾ ਕੰਮ ਕਰਦਾ ਰਿਹਾ, ਫਿਰ ਅਖਬਾਰ ਦੇ ਲੜਾਈ ਝਗੜਿਆਂ 'ਚ ਖੁਸ਼ੀਆ ਹੀ ਜਾਂਦਾ। ਲੋਕ ਉਹਨੂੰ ਪੜ੍ਹਿਆ ਲਿਖਿਆ ਅਤੇ ਸਿਆਣਾ ਸਮਝ ਕੇ ਪਹਿਲਾਂ ਹੀ ਨੰਬਰਦਾਰ ਮੰਨੀ ਬੈਠੇ ਸੀ। ਦਸੌਂਦੀ ਆਪ ਹੀ ਕਹਿ ਦਿੰਦਾ ਸੀ, ਖੁਸ਼ੀਏ ਨੂੰ ਲੈ ਜਾਓ ਭਾਈ, ਇੱਕੋ ਗੱਲ ਹੈ, ਮੈਂ ਤਾਂ ਜਾਣ ਜੋਗਾ ਨਹੀਂ, ਇਹ ਇਨਸਾਫ਼ ਦੀ ਗੱਲ ਕਰੂਗਾ। ਜਦੋਂ ਉਹਨੂੰ ਨੰਬਰਦਾਰੀ ਦਾ ਪਟਾ ਬੰਨੇ ਮਿਲਿਆ, ਉਹਦੀ ਉਮਰ 21 ਸਾਲ ਦੀ ਸੀ, ਉਹ ਮੁੰਡਾ ਨਹੀਂ ਲੱਗਦਾ ਸੀ, ਸਿਆਣੀਆਂ ਗੱਲਾਂ ਕਰਨ ਲੱਗ ਪਿਆ ਸੀ। ਖੁਸ਼ੀਏ ਨੂੰ ਨੰਬਰਦਾਰੀ ਮਿਲਣ ਬਾਅਦ 1 ਸਾਲ ਪਿੱਛੇ ਦਸੌਂਦੀ ਚੱਲਦਾ ਬਣਿਆ, ਉਹ 85 ਸਾਲ ਭੋਗ ਕੇ ਮਰਿਆ ਸੀ। ਖੁਸ਼ੀਏ ਨੇ 2-4 ਸਾਲ ਤਾਂ ਵਧੀਆ ਨੰਬਰਦਾਰੀ ਕੀਤੀ। ਅਗਵਾੜ ਆਖਦਾ ਸੀ, ਮੁੰਡੇ ਦਾ ਸੁਭਾਅ ਜਮ੍ਹਾਂ ਹੀ ਦਸੌਂਦੀ ਤੇ ਹੈ, ਸੱਚ ਬੋਲਦਾ, ਪੂਰਾ ਨਿਬੇੜਦਾ, ਕਿਸੇ ਇੱਕ ਧਿਰ ਦਾ ਪੱਖ ਨਹੀਂ ਕਰਦਾ ਅਤੇ ਨਾ ਕਿਸੇ ਦਾ ਖਾਵੇ ਪੀਵੇ। ਉਦੋਂ ਤੱਕ ਉਹਦਾ ਵਿਆਹ ਵੀ ਹੋ ਚੁੱਕਿਆ ਸੀ, ਚੰਗੇ ਖਾਂਦੇ ਪੀਂਦੇ ਘਰ ਦੀ ਧੀ ਸੀ ਉਹਦੀ ਬਹੂ। ਅਗਲਿਆਂ ਨੇ ਦਾਜ 'ਚ ਖੁਸ਼ੀਏ ਨੂੰ ਸਕੂਟਰ ਦਿੱਤਾ ਸੀ। ਉਹਨਾਂ ਦਿਨਾਂ 'ਚ ਸਕੂਟਰ ਇੱਕ ਵੱਡੀ ਚੀਜ਼ ਸੀ, ਕੋਈ ਮਾੜਾ ਧੀੜਾ ਜਾਂ ਟੈਡੀ ਛਾਲ ਨਹੀਂ ਮਾਰ ਸਕਦਾ ਸੀ। ਪਰ ਫਿਰ ਖੁਸ਼ੀਏ ਦੇ ਵੀ ਰੰਗ ਢੰਗ ਤਰੀਕੇ ਬਦਲਣ ਲੱਗੇ, ਸ਼ਰਾਬ ਪੀਣ ਲੱਗ ਪਿਆ, ਕੋਈ ਉਹਨੂੰ ਕੋਰਟ ਕਚਹਿਰੀ ਜਾਂ ਥਾਣੇ ਲੈ ਕੇ ਜਾਂਦਾ, ਖੁਸ਼ੀਏ ਦੀ ਬੋਤਲ ਪੱਕੀ ਸੀ, ਉਹ ਝੂਠੀਆਂ ਗਵਾਹੀਆਂ ਵੀ ਦੇਣ ਲੱਗ ਪਿਆ, ਘਰ 'ਚ ਕਾਸੇ ਦਾ ਘਾਟਾ ਨਹੀਂ ਸੀ, ਇੰਨੀ ਜ਼ਮੀਨ ਸੀ, ਸਾਰਾ ਕੁਝ ਹੁਣ ਉਸੇ ਦੇ ਹੱਥ ਮੱਥੇ ਸੀ। ਧਿਆਨਾ ਉਹਦਾ ਪਿਓ ਪਿੰਡ ਦਾ ਡੇਰਾ ਛੱਡ ਕੇ ਪਤਾ ਨਹੀਂ ਕਿੱਧਰ ਚਲਾ ਗਿਆ ਸੀ, ਸੁਣਦੇ ਸੀ ਦੂਰ ਕਿਸੇ ਗੁਰਦੁਆਰੇ 'ਚ ਜਾ ਬੈਠਾ। ਖੁਸ਼ੀਆ ਉਹਨੂੰ ਗਾਲਾਂ ਕੱਢਣ ਲੱਗ ਪਿਆ ਸੀ, 2 ਵਾਰੀ ਘਸੁੰਨ ਮੁੱਕੀ ਵੀ ਕਰਦੀ ਸੀ। ਤਾਰੋ ਮੁੰਡੇ ਦੇ ਪੱਖ 'ਚ ਸੀ, ਚਲਾਕ ਬੰਦੇ ਦਾਰੂ ਵਿਆਹ ਕੇ ਖੁਸ਼ੀ ਨੂੰ ਆਪਣੇ ਪੱਖ 'ਚ ਕਰ ਲੈਂਦੇ ਅਤੇ ਉਹਦੀ ਜੇਬ 'ਚ ਮੱਲੋ ਮੱਲੀ ਨੋਟਾਂ ਦੀ ਮੁੱਠੀ ਬੰਦ ਥੁੰਨ ਦਿੰਦੇ। ਅਗਵਾੜ ਦੇ ਸਿਆਣੇ ਬੰਦੇ ਖੁਸ਼ੀ ਨੂੰ ਸੁਣਾ ਕੇ ਆਖਦੇ, ਕੀ ਕਹਿੰਦੀ ਹੋਊਗੀ ਦਸੌਂਦੀ ਦੀ ਰੂਹ, ਉਹ ਕੰਜਰਾ ਕਿਉਂ ਲਾਜ ਲਾਉਣਾ ਦਾਦੇ ਦੀ ਕੋਲ ਨੂੰ, ਘਰੇ ਭੁੱਖ ਨੰਗ ਹੋਵੇ ਫੇਰ ਵੀ ਕੋਈ ਗੱਲ ਸੀ, ਸਾਰਾ ਰੰਗ ਭਾਗ ਲੱਗਿਆ ਹੀ ਹੋਇਆ। ਧੰਨਵਾਦ।